एक शिष्यों चित लाए मेरे मन सारे गुरु कृपाए चित लाए मेरे मन एक चित लाए सारे गुरु रसना पवित्र एक एक शिष्यों चित लाए मेरे मन एक शिष्यों मेरे वाहेगुरु 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 प्रभ जी तू मेरो सुखदाता प्रभ जी तू मेरो सुखदाता प्रभ जी बंधन काट करे मन निर्मल पूर्ण पुरख विदाता बंधन काट करे मन निर्मल पूर्ण पुरख विदाता प्रभ जी तू मेरो सुखदाता
गिर्द हमारे गुर का शब्द रखवारे सखी का गिर्द हमारे Thank you.
बंधन काट करे मन निर्मल पूर्ण पुरख विदाता, बंधन काट करे मन निर्मल पूर्ण पुरख विदाता। प्रभु जी तू मेरो सुखदाता, तू मेरो सुखदाता, तू मेरो सुखदाता, तू मेरो सुखदाता। प्रभु जी नानक प्रभु अपना सीता की से न बिरती जासी, नानक अपना सीता की से न बिरती जासी, अनद करे तेरे दासा अनद करे तेरे दासा, जप पूर्ण होई आसा अनद करे तेरे दासा, जप पूर्ण होई आसा। बंधन काट करे मन निर्मल पूर्ण पुरख विधाता, बंधन काट करे मन निर्मल पूर्ण पुरख विदाता। प्रभु जी
ਵਾਹਿਗੁਰੂ 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 ਵਾਹਿਗੁਰੂ। ਸ਼ਬਦਾਂ ਦੇ ਹੁਕਮ ਆਪ ਜੀ ਨੇ ਕੀਤੇ ਪਰ ਪ੍ਰਕਰਨ ਤੋਂ ਬਾਹਰ ਨਹੀਂ ਜਾ ਸਕਦਾ ਕਿਉਂਕਿ ਤੁਸੀਂ ਪਿਆਰ ਕਰਦੇ ਹੋ। ਜੀ ਟੀ ਵੀ ਨਗਰ ਤੋਂ ਹੋ, ਗੁਰੂ ਤੇਗ ਬਹਾਦਰ ਨਗਰ ਤੋਂ ਤੁਸੀਂ, ਅਤੇ ਤੁਹਾਡਾ ਪਿਆਰ ਗੁਰੂ ਤੇਗ ਬਹਾਦਰ ਸਾਹਿਬ ਨਾਲ ਬਹੁਤ ਹੈ। ਤੁਸੀਂ ਸੱਦੇ ਹੋ ਉੱਤੇ, ਸੁਣਦੇ ਹੋ, ਗੁਰੂ ਤੇਗ ਬਹਾਦਰ ਸਵਾਂਗ ਰਚਾਏ ਨੇ ਅਤੇ ਉਹ ਮੈਂ ਸ਼ਹੀਦੀ ਦਾ ਸ਼ਬਦ ਹੈ ਅਤੇ ਮੈਂ ਸਹੀ ਨਹੀਂ ਸਮਝਦਾ ਪੜ੍ਹਨਾ, ਕਿਉਂਕਿ ਜਿਹੜੀ ਜਿੰਦੀ ਮੱਤ ਥੋੜ੍ਹੀ ਹੈ ਨਾ ਫਿਰ ਉਹ ਬਾਹਰ ਜਾ ਕੇ ਕਈ ਵਾਰੀ ਕਹਿ ਦਿੰਦੇ ਬਈ ਪਰਕਣ ਤੋਂ ਬਾਹਰ ਹੋ ਗਿਆ ਸ਼ਬਦ। ਪਰ ਮੈਂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੀ ਉਸਤਤ ਕਰ ਸਕਦਾ, ਉਹ ਮੈਂ ਮੰਨ ਲੈਣਾ ਸ਼ਬਦ। ਵਾਹ ਵਾਹ ਗੋਬਿੰਦ ਸਿੰਘ ਪੜ੍ਹ ਦੇਣਾ, ਜੋ ਪੁਰਾਣੀ ਗੋਬਿੰਦ ਤੇ ਆ ਵੀ ਪੜ੍ਹ ਦੇਣਾ। ਆਪ ਜੀ ਸਾਰੇ ਪਿਆਰ ਬਖਸ਼ਿਓ, ਜਿਹੜੇ 12-13 ਮਿੰਟ ਨੇ ਆਪਾਂ ਸਮੇਂ 'ਚ ਰਹਿ ਕੇ ਅਸੀਸ ਲੈਣੀ ਤੁਹਾਡੀ, ਸਾਰੇ ਕਰੋ ਕਿਰਪਾ, ਇੱਦਾਂ ਗਾਇਓ ਸਾਰੇ। ਜੋ ਪ੍ਰਾਣੀ ਗੋਬਿੰਦ ਧਿਆਵੇ, ਜੋ ਪ੍ਰਾਣੀ ਗੋਬਿੰਦ ਧਿਆਵੇ, ਪੜਿਆ ਅਨਪੜਿਆ ਪਰਮ ਗਤ ਪਾਏ, ਵਾਹਿਗੁਰੂ ਜੋ ਪ੍ਰਾਣੀ ਗੋਬਿੰਦ ਧਿਆਵੇ, ਜੋ ਪ੍ਰਾਣੀ ਗੋਬਿੰਦ ਧਿਆਵੇ, ਪੜਿਆ ਪੜਿਆ ਪਰਮ ਗਤ ਪਾਵੇ, ਸੰਗ ਸਿਮਰ ਗੋਪਾਲ, ਸਿਮਰ ਗੋਪਾਲ, ਸਿਮਰ ਗੋਪਾਲ, ਸਿਮਰ ਗੋਪਾਲ, ਸਿਮਰ ਗੋਪਾਲ, ਬਿਨ ਨਾਵੇ ਝੂਠਾ ਤਨ ਮਾਲ, ਬਿਨ ਨਾਵੇ
ਹਸਨ ਤੇ ਆਇਆ ਤਿਸ ਜਨ ਕੇ ਸੰਗ ਤਰੇ ਸਭ ਕੋਈ ਸੋ ਪਰਵਾਰ ਸਦਾ ਇਹ ਬਖਸ਼ੀਸ਼ ਖਸਮ ਤੇ ਪਾਵਾ ਆਠ ਪਹਿਰ ਕਰੀ ਜਪੀ ਨਾਮ ਸਹਿਜ ਸਮਾਵਾ ਨਾਮ ਨਾਨਕ ਮਿਲੇ ਗੋਬਿੰਦ ਸਿੰਘ ਵਾਹ ਵਾਹ ਗੋਬਿੰਦ ਸਿੰਘ
ਪਠਾਨਕੋਟਾਂ ਸ਼ੁਕਰ ਤਨ ਤਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਆਪ ਸਮੂਹ ਸਾਧ ਸੰਗਤ ਜੀ ਦਾ ਸਮੇਂ 'ਚ ਰਹਿਣਾ ਮਜਬੂਰੀ ਆਉਂਦੀ ਜਦੋਂ ਪਿੱਛੇ ਕੋਈ ਪਤਵੰਦਾ ਸੱਜਣ ਹੋਵੇ। ਕੱਲ੍ਹ ਨਗਰ ਕੀਰਤਨ 2 ਵਜੇ ਦਾ ਸਮਾਂ ਗੁਰਮੁਖਾਂ ਨੇ ਰੱਖਿਆ ਅਤੇ ਸਾਰੇ ਤੁਸੀਂ ਦੂਰੋਂ ਨੇੜਿਓਂ ਆਇਓ, ਆਪਣਾ ਸਮਾਂ ਕੱਢ ਕੇ ਕੀਮਤੀ। ਅਸੀਂ ਵੀ ਪ੍ਰੇਮ ਵਿੱਚ ਹੀ ਆਏ ਹਾਂ, ਪ੍ਰੋਫੈਸ਼ਨ ਤਰੀਕੇ ਨਾਲ ਨਹੀਂ ਆਏ। ਸਾਰੇ ਪਿਆਰ ਨਾਲ ਸਾਰੇ ਪ੍ਰੋਗਰਾਮ ਅਟੈਂਡ ਕਰੋ। ਜਿਹੜੇ ਆਇਓ, ਮੈਂ ਬੇਨਤੀ ਕੀਤੀ ਸੀ ਕਿ 8 ਵਜੇ ਅੰਦਰ ਆਓ ਅਤੇ ਕੋਸ਼ਿਸ਼ ਕਰਿਓ ਕਿ ਕੋਈ ਉੱਠਿਓ ਨਾ, ਕਿਉਂਕਿ ਮੇਰੇ ਤੋਂ ਬਾਅਦ ਬੜਾ ਹੀ ਸੋਹਣਾ ਪ੍ਰੋਗਰਾਮ ਹੈ। ਸਾਰੇ ਗੁਣੀ ਸੱਜਣ ਨੇ, ਅਸੀਂ ਤਾਂ ਨਿਰਗੁਣੇ ਆ ਰਹੇ, ਪਹਿਲਾਂ ਹੀ ਬਹਿਣ ਵਾਲੇ ਹਾਂ, ਅਤੇ ਸਾਰੇ ਪੱਤਰ ਦੇ ਸੱਜਣ ਬਾਅਦ 'ਚ ਬੈਠਣੇ, ਗੁਰਮੁਖ ਜਣ ਗੁਣੀ ਜਣ ਸਭ ਦਾ ਸੁਣ ਕੇ ਜਾਇਓ। ਭੁੱਲਾਂ ਚੁੱਕਾਂ ਦੀ ਖਿਮਾ ਜੀ ਬੁਲਾਓ, ਫਤਿਹ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੀਰਤਨ ਨਿਰਮੋਲਕ ਹੀਰਾ ਅਨੰਦ ਗੁਣੀ ਗਹੀਰਾ। ਸੋ ਭਾਈ ਸਾਹਿਬ ਭਾਈ ਗੁਰਮੀਤ ਸਿੰਘ ਜੀ ਸਹਾਰਨਪੁਰ ਵਾਲੇ ਸਨ, ਜਿਨ੍ਹਾਂ ਨੇ ਆਪ ਜੀਆਂ ਨੂੰ ਗੁਰੂ ਦੇ ਕੀਰਤਨ ਦੇ ਨਾਲ ਜੋੜਨਾ ਕਰਨਾ ਕੀਤਾ ਹੈ। ਸੋ ਬਹੁਤ ਆਨੰਦਮਈ ਭਾਈ ਸਾਹਿਬ ਜੀ ਨੇ ਕੀਰਤਨ ਕਰਨਾ ਕੀਤਾ ਹੈ। ਸੋ ਕੱਲ੍ਹ ਰੋਜ਼ ਨੂੰ ਵੀ ਇਹਨਾਂ ਦਾ ਸਮਾਂ ਹੈ। ਸੋ ਹੁਣ ਸਾਡੇ ਪਾਸ ਪਹੁੰਚ ਚੁੱਕੇ ਹਨ ਦਮਦਮੀ ਟਕਸਾਲ ਦੇ ਮੁਖੀ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਸਾਬਕਾ ਜਥੇਦਾਰ, ਬਹੁਤ ਹੀ ਸੁੰਦਰ ਬੁਲਾਰੇ ਭਾਈ ਜਸਬੀਰ ਸਿੰਘ ਜੀ ਰੋਡੇ, ਜੋ ਕਿ ਆਪ ਸੰਗਤਾਂ ਨੂੰ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਜੀਆਂ ਦੀ ਜੀਵਨੀ ਦੇ ਨਾਲ ਜੋੜਨਾ ਕਰ ਰਹੇ ਹਨ। ਸੋ ਸਮੂਹ ਸਾਧ ਸੰਗਤਾਂ ਦੇ ਚਰਨਾਂ 'ਚ ਬੇਨਤੀ ਹੈ ਭਾਈ ਕਿ ਤੁਸੀਂ ਕੀਰਤਨ ਸੁਣਨਾ ਕੀਤਾ। ਰਾਤ ਨੂੰ ਬਾਬਾ ਜੀਆਂ ਨੇ ਬੇਨਤੀ ਕੀਤੀ ਸੀ ਵੀ ਕੀਰਤਨ ਦੇ ਨਾਲ ਇੱਕ ਧੁੰਨ ਬਣਦੀ ਹੈ, ਅੰਦਰ ਆਨੰਦ ਬਣਦਾ ਹੈ, ਪਰ ਗੁਰੂ ਦਾ ਇਤਿਹਾਸ ਵੀ ਬਹੁਤ ਹੈ ਨਾਲ ਜ਼ਰੂਰੀ ਜਾਣਨਾ। ਸੋ ਜੋ ਸੰਗਤਾਂ ਜਿੱਥੋਂ ਤੱਕ ਆਵਾਜ਼ ਸੁਣ ਰਹੀਆਂ ਹਨ, ਬਹੁਤ ਗੁਰੂ ਦੀ ਪਿਆਰੀ ਸੰਗਤ ਥੱਲੇ ਸੱਜ ਬੈਠੀ ਹੈ। ਸੋ ਉਹਨਾਂ ਸੰਗਤਾਂ ਦੇ ਚਰਨਾਂ 'ਚ ਬੇਨਤੀ, ਜੇ ਤੁਸੀਂ ਭਾਈ ਐਡੀ ਦੂਰੋਂ ਚੱਲ ਕੇ ਗੁਰੂ ਘਰ ਦੇ ਵਿੱਚ ਪਹੁੰਚ ਚੁੱਕੇ ਹੋ ਅਤੇ ਫਿਰ ਗੁਰੂ ਦਰਬਾਰ ਦੇ ਵਿੱਚ ਵੀ ਪਹੁੰਚ ਜਾਓ, ਕਿਉਂਕਿ ਗੁਰੂ ਦਰਬਾਰ ਦੇ ਵਿੱਚ ਪਹੁੰਚ ਕਰਕੇ ਹਾਜ਼ਰੀਆਂ ਲਵਾ ਕਰ ਗੁਰੂ ਦੀ ਗੋਦ ਦੇ ਵਿੱਚ ਸੱਜ ਬੈਠ ਕਰਕੇ ਜੋ ਕਿ ਕਥਾ ਸਰਵਣ ਕਰਨੀ ਕਰੋ। ਸੋ ਗੁਰੂ ਚਰਨਾਂ ਦੇ ਸਮੂਹ ਸਾਧ ਸੰਗਤ ਨੂੰ ਬੇਨਤੀ ਹੈ ਕਿ ਗੁਰੂ ਦਰਬਾਰ ਦੇ ਵਿੱਚ ਪਹੁੰਚੋ। ਥੱਲੇ ਬੈਠ ਕੇ ਆਵਾਜ਼ ਤਾਂ ਆਉਂਦੀ ਹੈ, ਪਰ ਜੋ ਸਾਹਮਣੇ ਲਾਈਵ ਦੇਖਣਾ ਹੈ ਉਹ ਕੁਝ ਅਲੱਗ ਹੁੰਦਾ ਹੈ। ਸੋ ਆਪ ਸੰਗਤਾਂ ਨੂੰ ਬੇਨਤੀ, ਭਾਈ ਦਰਬਾਰ ਦੇ ਵਿੱਚ ਪਹੁੰਚ ਕਰਕੇ ਜੋ ਗੁਰੂ ਕਾ ਇਤਿਹਾਸ ਹੈ ਸਰਵਣ ਕਰਨਾ ਕਰੋ। ਸੋ ਇੰਨੀਆਂ ਬੇਨਤੀਆਂ ਪ੍ਰਵਾਨ, ਆਓ ਕਥਾ ਸਰਵਣ ਕਰਦੇ ਹਾਂ ਭਾਈ ਸਾਹਿਬ ਜੀ ਪਾਸੋਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ
ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰਬਾਣੀ ਕਹੈ ਸੇਵਕ ਜਨ ਮਾਨੈ ਪ੍ਰਤੱਖ ਗੁਰੂ ਨਿਸਤਾਰੇ ਸੱਜਣ ਸੱਚਾ ਪਾਤਸ਼ਾਹ ਸਿਰਸਾਹਾਂ ਦੇ ਸਾਹੋ ਜਿਸ ਪਾਸ ਬੈਠਿਆਂ ਸੋਹੀਐ ਸਭਨਾਂ ਦਾ ਵੇਸਾਹੋ ਸਤਿਗੁਰੂ ਗਰੀਬ ਨਿਵਾਜ ਪਤਿਤ ਪਾਵਨ ਭਗਤ ਵਛਲ ਕਿਰਪਾ ਦੇ ਖਜ਼ਾਨੇ ਜੋਗੋ ਜੋਗ ਅਟਲ ਸਤਿਗੁਰੂ ਸਰਬਦਾਤਾ ਬਖਸ਼ਣ ਵਾਲੇ ਗੁਰੂ ਗਰੀਬ ਨਿਵਾਜ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਜੁੜੇ ਹੋਏ ਗੁਰੂ ਖਾਲਸਾ ਜੀ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਸਾਹਿਬ ਸੱਚੇ ਪਾਤਸ਼ਾਹ ਜੀ ਮੀਰੀ ਪੀਰੀ ਦੇ ਮਾਲਕ ਸਤਿਗੁਰੂ ਜੀ ਦਾ ਅਵਤਾਰ ਪੁਰਬ ਮਨਾਉਣ ਲਈ ਸੰਗਤਾਂ ਨੇ ਵੱਡੇ ਉਪਰਾਲੇ ਕੀਤੇ ਹਨ। ਇਸ ਸੰਬੰਧ ਵਿੱਚ ਹੀ ਗੁਰੂ ਕੀਆਂ ਸੰਗਤਾਂ ਦੂਰੋਂ ਦਰੇਡੋਂ ਚੱਲ ਕੇ ਗੁਰੂ ਦਰਬਾਰ ਵਿੱਚ ਹਾਜ਼ਰ ਹੋਏ ਹੋ। ਸਤਿਗੁਰੂ ਜੀ ਦੀ ਕਿਰਪਾ ਤੋਂ ਬਿਨਾਂ ਸਤਿਸੰਗਤ ਦੀਆਂ ਘੜੀਆਂ ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਦਰ ਹਜ਼ੂਰੀ ਵਿੱਚ ਜੁੜਨਾ, ਇਹ ਸਤਿਗੁਰੂ ਦੀ ਕਿਰਪਾ ਤੋਂ ਬਿਨਾਂ ਇਹ ਪ੍ਰਾਪਤੀ ਨਹੀਂ ਹੁੰਦੀ। ਇਸ ਲਈ ਜਿੰਨੀਆਂ ਵੀ ਸੰਗਤਾਂ ਸਤਿਗੁਰੂ ਦੇ ਦਰ 'ਤੇ ਪਹੁੰਚੀਆਂ ਹਨ ਵੱਡੇ ਭਾਗ ਹਨ ਭਾਈ ਸਾਹਿਬ ਦੇ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਿਰਪਾ ਕਰਕੇ ਸਾਡੀਆਂ ਹਾਜ਼ਰੀਆਂ ਆਪਣੇ ਦਰ 'ਤੇ ਪ੍ਰਵਾਨ ਕਰ ਲੈਣ। ਆਪਾਂ ਕੁਝ ਜ਼ਰੂਰੀ ਵਿਚਾਰਾਂ ਕਰਨ ਵਾਸਤੇ ਐਡਾ ਵੱਡਾ ਉਪਰਾਲਾ ਕੀਤਾ ਹੈ, ਇਸ ਲਈ ਜਿੰਨੀਆਂ ਸੰਗਤਾਂ ਬਾਹਰ ਨੇ ਉਹਨਾਂ ਨੂੰ ਬੇਨਤੀ ਹੈ ਕਿ ਵੱਧ ਤੋਂ ਵੱਧ ਸੰਗਤਾਂ ਗੁਰੂ ਦਰਬਾਰ ਵਿੱਚ ਆ ਕੇ ਸਜੋ, ਗੁਰਦੁਆਰਾ ਸਾਹਿਬ ਦੇ ਅੰਦਰ ਸਜੋ, ਤਾਂ ਕਿ ਆਪਾਂ ਪੂਰਾ ਲਾਭ ਲੈ ਸਕੀਏ, ਇਤਿਹਾਸ ਤੋਂ ਜਾਣੂ ਹੋ ਸਕੀਏ। ਆਓ ਸਭ ਤੋਂ ਪਹਿਲਾਂ ਸਤਿਗੁਰੂ ਪਾਤਸ਼ਾਹ ਦੀ ਬਖਸ਼ਿਸ਼ ਕੀਤੀ ਹੋਈ ਫਤਿਹ ਸਾਂਝੀ ਕਰੋ। ਸਰਬੱਤ ਸੰਗਤ ਗੱਜ ਕੇ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਪਾਵਨ ਸਥਾਨ ਗੁਰਦੁਆਰਾ ਗੁਪਤਸਰ ਮਨਵਾੜ, ਦੁਨੀਆਂ ਦੇ ਵਿੱਚ ਜਿੰਨੇ ਵੀ ਗੁਰੂ ਕੇ ਸਿੱਖ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਦੇ ਦਰਸ਼ਨ ਕਰਨ ਜਾਂਦੇ ਨੇ, ਉਹਨਾਂ ਦੇ ਮਨ ਵਿੱਚ ਤੀਬਰ ਇੱਛਾ ਹੁੰਦੀ ਹੈ ਕਿ ਅਸੀਂ ਇਸ ਸਥਾਨ ਦੇ ਪਾਵਨ ਦਰਸ਼ਨ ਵੀ ਕਰੀਏ। ਮੈਂ ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹੀ ਦਾ ਪ੍ਰਸੰਗ ਆਰੰਭ ਕਰਨ ਤੋਂ ਪਹਿਲਾਂ 2 ਮਿੰਟ ਆਪ ਜੀ ਦੇ ਲੈਣਾ ਚਾਹਵਾਂਗਾ ਕਿ ਇਹ ਸਥਾਨ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਆਪ ਵਰੋਸਾਇਆ ਹੈ, ਕਿਉਂਕਿ ਸਤਿਗੁਰੂ ਜੀ ਸੱਚਖੰਡ ਚਲੇ ਗਏ ਸਨ। ਉਸ ਤੋਂ ਬਾਅਦ ਜੋ ਪੂਨਾ 17 ਦੀ ਜੇਲ੍ਹ ਵਿੱਚ 2 ਰਾਜੇ ਕੈਦੀ ਸਨ,
ਜਿਨ੍ਹਾਂ ਦਾ ਨਾਮ ਬਾਲਾ ਰਾਓ ਅਤੇ ਰੁਸਤਮ ਰਾਓ ਆਉਂਦਾ ਹੈ, ਉਸ ਜੇਲ੍ਹ ਦੇ ਪਹਿਰੇਦਾਰ ਗੁਰੂ ਕੇ ਸਿੱਖ ਸਨ। ਉਹ ਪਹਿਰੇ ਦੇ ਉੱਪਰ ਵੀ ਵਾਹਿਗੁਰੂ ਜਾਪ ਕਰਿਆ ਕਰਨ ਜਾਂ ਸੁਖਮਨੀ ਸਾਹਿਬ ਪੜ੍ਹਿਆ ਕਰਨ। ਜਦੋਂ ਇੱਕ ਦਿਨ ਉਹਨਾਂ ਰਾਜਿਆਂ ਦੇ ਕੰਨਾਂ ਵਿੱਚ ਇਹ ਗੁਰੂ ਕੀ ਬਾਣੀ ਦਾ ਸ਼ਬਦ ਦੀ ਗੂੰਜ ਪਈ, ਆਵਾਜ਼ ਪਈ ਕਿ ਗੁਰੂ ਕਾ ਸ਼ਬਦ ਪੜ੍ਹਨ ਨਾਲ, ਗੁਰੂ ਕੀ ਬਾਣੀ ਪੜ੍ਹਨ ਨਾਲ, ਗੁਰੂ ਨਾਲ ਲਿਵ ਜੋੜਨ ਦੇ ਨਾਲ ਇਹ ਦਾਤਾਂ ਪ੍ਰਾਪਤ ਹੁੰਦੀਆਂ ਹਨ। ਕਿਉਂਕਿ ਮਹਾਰਾਜ ਬੰਧਨਾਂ ਤੋਂ ਮੁਕਤ ਕਰ ਸਕਦੇ ਹਨ। ਜਦੋਂ ਇਹ ਪੁੱਛਿਆ ਕਿ ਕੀ ਅੱਜ ਵੀ ਗੁਰੂ ਸਾਹਿਬ ਬੰਧਨਾਂ ਤੋਂ ਮੁਕਤ ਕਰ ਸਕਦੇ ਹਨ, ਤਾਂ ਗੁਰੂ ਕੇ ਸਿੱਖਾਂ ਨੇ ਕਿਹਾ, ਹਾਂ ਭਾਈ, ਤੁਸੀਂ ਵਾਹਿਗੁਰੂ ਮੰਤਰ ਦਾ ਸਿਮਰਨ ਕਰੋ, ਚਿੱਤ ਜੋੜ ਕੇ ਕਲਗੀਧਰ ਦਾ ਧਿਆਨ ਧਰ ਕੇ, ਅਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਿਰਪਾ ਕਰਨਗੇ। ਇੱਕ ਦਿਨ ਐਸਾ ਹੀ ਹੋਇਆ, ਸਤਿਗੁਰੂ ਪਾਤਸ਼ਾਹ ਜੀ ਸਮੇਤ ਘੋੜੇ ਕੇ ਜੇਲ੍ਹ 'ਚ ਪ੍ਰਵੇਸ਼ ਹੋਏ ਅਤੇ ਉਹ ਬਾਲਾ ਰਾਜ ਅਤੇ ਰੁਸਤਮ ਰਾਓ ਨੂੰ ਸਤਿਗੁਰੂ ਜੀ ਫਰਮਾਉਂਦੇ ਨੇ ਕਿ ਗੁਰੂ ਕੇ ਸਿੱਖੋ, ਤੁਸੀਂ ਸਿਮਰਨ ਕਰਦੇ ਹੋ, ਦੱਸੋ ਕੀ ਚਾਹੁੰਦੇ ਹੋ। ਜਦੋਂ ਸਾਹਮਣੇ ਦੇਖਿਆ ਜਿਵੇਂ ਗੁਰੂ ਕੇ ਸਿੱਖਾਂ ਨੇ ਦੱਸਿਆ ਸੀ ਉਸੇ ਤਰ੍ਹਾਂ ਦਾ ਨਜ਼ਾਰਾ ਤੱਕਿਆ, ਕਹਿੰਦੇ ਸਤਿਗੁਰੂ ਜੀ ਸਾਡੀ ਬੰਦ ਖਲਾਸੀ ਕਰੋ। ਅਤੇ ਮਹਾਰਾਜ ਨੇ ਕਿਹਾ ਸੀ, ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ। ਗੱਜ ਕੇ ਵਾਹਿਗੁਰੂ ਬੋਲੇ, ਸਾਧ ਸੰਗਤ ਜੀ ਕੜੀਆਂ ਟੁੱਟ ਗਈਆਂ, ਜੰਦਰੇ ਖੁੱਲ੍ਹ ਗਏ। ਅਤੇ ਫਿਰ ਕਿਹਾ ਕਿ ਹੁਣ ਤੁਸੀਂ ਘੋੜੇ ਦੇ ਰਕਾਬ ਫੜੋ, ਇੱਕ ਜਣਾ ਦੂਸਰੇ ਪਾਸੇ, ਇੱਕ ਜਣਾ ਦੂਸਰੇ ਪਾਸੇ, ਤੁਹਾਨੂੰ ਇੱਥੋਂ ਮੁਕਤ ਕਰਦੇ ਹਾਂ, ਪਰ ਗੱਜ ਕੇ ਸਾਰੀ ਜੇਲ੍ਹ ਨੂੰ ਦੱਸ ਦਿਓ ਕਿ ਅਸੀਂ ਜਾ ਰਹੇ ਹਾਂ। ਜਦੋਂ ਇਵੇਂ ਹੀ ਹੋਇਆ, ਫਿਰ ਇੱਥੇ ਲਿਆ ਕੇ ਸਤਿਗੁਰੂ ਪਾਤਸ਼ਾਹ ਜੀ ਨੇ ਉਹਨਾਂ ਦਾ ਉਤਾਰਾ ਕੀਤਾ ਸੀ। ਇਹ ਥਾਂ ਗੁਪਤ ਸੀ, ਇਹ ਮੋਨੀ ਬਾਬਾ ਨਿਧਾਨ ਸਿੰਘ ਜੀ ਨੇ ਕਿਰਪਾ ਕੀਤੀ। ਸਾਧ ਸੰਗਤ ਜੀ, ਸਤਿਗੁਰੂ ਪਾਤਸ਼ਾਹ ਜੀ ਨੇ ਉਹਨਾਂ ਨੂੰ ਦਰਸ਼ਨ ਦੇ ਕੇ ਕਿਹਾ ਕਿ ਸਾਡੀ ਜਗ੍ਹਾ ਹੈ, ਇਸ ਨੂੰ ਪ੍ਰਗਟ ਕਰਨਾ ਹੈ। ਤਾਂ ਜਦੋਂ ਇੱਥੋਂ ਦੀ ਸੰਗਤ ਨੇ, ਇੱਥੋਂ ਦੇ ਕਾਬਜ ਲੋਕਾਂ ਨੇ ਗੱਲ ਨਾ ਸਮਝੀ, ਤਾਂ ਫਿਰ ਉਹਨਾਂ ਕਿਹਾ ਕਿ ਗੁਰੂ ਕੀਆਂ ਨਿਸ਼ਾਨੀਆਂ ਪਾਈ ਇੱਥੇ ਨੇ, ਇੱਥੇ ਖੂਹ ਹੈ, ਜਦੋਂ ਆਪਾਂ ਪੁੱਟਾਂਗੇ ਤੁਸੀਂ ਇਹ ਨਿਸ਼ਾਨੀਆਂ ਦੇਖ ਲਿਓ। ਇਸ ਤਰ੍ਹਾਂ ਹੀ ਹੋਇਆ, ਫਿਰ ਇਹ ਜਗ੍ਹਾ ਪ੍ਰਗਟ ਹੋਈ ਅਤੇ ਫਿਰ ਇਹ ਜਗ੍ਹਾ ਦੇ ਉੱਪਰ ਬਾਬਾ ਨਿਧਾਨ ਸਿੰਘ ਜੀ ਦੀ ਸੰਪਰਦਾ ਵੱਲੋਂ ਸੇਵਾ ਕੀਤੀ ਗਈ। ਸਤਿਕਾਰਯੋਗ ਸੱਚਖੰਡ ਵਾਸੀ ਬਾਬਾ ਸ਼ੀਸ਼ਾ ਸਿੰਘ ਜੀ, ਜਿਨ੍ਹਾਂ ਨੇ ਮਹਾਨ ਸੇਵਾ ਕੀਤੀ। ਅੱਜ ਵੀ ਥਾਵਾਂ ਥਾਵਾਂ 'ਤੇ ਇਹ ਸੰਪਰਦਾਵਾਂ ਦੀਆਂ ਸੇਵਾਵਾਂ ਚੱਲਦੀਆਂ ਨੇ। ਬਾਬਾ ਬਲਵਿੰਦਰ ਸਿੰਘ ਜੀ, ਬਾਬਾ ਨਰਿੰਦਰ ਸਿੰਘ ਜੀ, ਸਾਧ ਸਿੰਘ ਜੀ ਦੇਖਣ ਨੂੰ ਐਂ ਲੱਗਦਾ ਹੈ ਵੀ ਕੀ ਔਖਾ ਕੰਮ ਹੈ, ਪਰ ਇਹ ਬੜੀ ਕਠਿਨ ਸੇਵਾ ਹੈ। ਗੁਰਪੀਰਾਂ ਕੀ ਚਾਕਰੀ ਮਹਾਂਕਰੜੀ, ਸੁਖਸਾਰ ਸੁਖਸਾਰ ਤਾਂ ਹੈ ਪਰ ਮਹਾਂਕਰੜੀ ਹੈ। ਫਿਰ ਮੈਂ ਛੋਟੀ ਜਿਹੀ ਬੇਨਤੀ ਹੋਰ ਵੀ ਕਰ ਦਵਾਂ, ਇਹ ਜਿਹੜੀ ਸੰਪਰਦਾ ਹੈ ਇਹ ਕੇਵਲ ਟੋਕਰੀਆਂ ਢੋਣ ਵਾਲੀ ਸੰਪਰਦਾ ਨਹੀਂ, ਟੋਕਰੀਆਂ ਢੋਣੀਆਂ ਵੀ ਬੜੀਆਂ ਮੁਸ਼ਕਲ ਨੇ। ਸਾਧ ਸੰਗਤ ਜੀ, ਖੱਦਰ ਦੇ ਝੱਗੇ ਕੱਪੜੇ ਪਾ ਕੇ, ਝੱਗੀਆਂ ਪਾ ਕੇ, ਰੂੜੀ ਕੁੱਟ ਕੇ, ਨੰਗੇ ਪੈਰੀ ਰਹਿ ਕੇ, ਵੱਡੇ ਵੱਡੇ ਗੁਰੂ ਕੇ ਮਹਿਲ ਸੋਨੇ ਦੇ ਸਾਰ ਦੇਣੇ, ਇਹ ਕੋਈ ਛੋਟੀਆਂ ਗੱਲਾਂ ਥੋੜ੍ਹੀ ਆ।
ਪਰ ਨਹੀਂ, ਜਦੋਂ ਕੌਮ 'ਤੇ ਸਮਾਂ ਪਿਆ ਅਤੇ ਇਹ ਸੰਪਰਦਾ ਦੇ ਬੇਅੰਤ ਸਿੰਘਾਂ ਨੇ 6 ਜੂਨ ਨੂੰ 1984 ਨੂੰ 20ਵੀਂ ਸਦੀ ਦੇ ਮਹਾਨ ਯੋਧੇ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਜੀ ਦੇ ਨਾਲ ਮਿਲ ਕੇ ਉੱਥੇ ਚੜ੍ਹੀਆਂ ਹੋਈਆਂ ਫੌਜਾਂ ਦਾ ਮੂੰਹ ਤੋੜ ਜਵਾਬ ਵੀ ਦਿੱਤਾ ਸੀ। ਇਹ ਐਸੀ ਸੰਪਰਦਾ ਹੈ ਜਿੱਥੇ ਤੁਸੀਂ ਸਜੇ ਹੋ। ਸੋ ਭਾਈ, ਤਨ ਮਨ ਧਨ ਦੇ ਨਾਲ ਅਜਿਹੀਆਂ ਸੰਪਰਦਾ ਦਾ ਸਹਿਯੋਗ ਦੇਣਾ ਚਾਹੀਦਾ ਤਾਂ ਕਿ ਵੱਡੀ ਪੱਧਰ 'ਤੇ ਆਪਾਂ ਹੋਰ ਵੀ ਸੇਵਾਵਾਂ ਕਰ ਸਕੀਏ, ਦਰਸ਼ਨ ਦੀਦਾਰੇ ਕਰ ਸਕੀਏ। ਆਪਾਂ ਤਾਂ ਇੱਕ ਮਹੱਲਾ ਇਕੱਠਾ ਹੋ ਕੇ ਆਪਣੇ ਮੁਹੱਲੇ 'ਚ ਗੁਰਦੁਆਰਾ ਬਣਾ ਲੈਂਦੇ ਹਾਂ ਨਾ, ਉਹ ਵੀ ਇਹੋ ਜਿਹਾ ਨਹੀਂ ਬਣਦਾ। ਇਹ ਸੰਪਰਦਾਵਾਂ ਦੇ ਉੱਪਰ ਕਿਰਪਾ ਹੈ, ਗੁਰੂ ਮਹਾਰਾਜ ਦੇ ਆਪ ਦਾ ਹੱਥ ਹੈ ਮਹਾਰਾਜ ਦਾ। ਸੋ ਇਸ ਕਰਕੇ ਇਹ ਵੱਡੀਆਂ ਸੇਵਾਵਾਂ ਚੱਲਦੀਆਂ, ਸਤਿਗੁਰੂ ਜੀ ਇਹਨਾਂ ਮਹਾਂਪੁਰਖਾਂ ਦੇ ਸਿਰ 'ਤੇ ਮਿਹਰ ਭਰਿਆ ਹੱਥ ਰੱਖਣ, ਇਸੇ ਤਰ੍ਹਾਂ ਸੇਵਾ ਲੈਂਦੇ ਰਹਿਣ। ਜਦੋਂ ਵੀ ਕੌਮ ਨੂੰ ਲੋੜ ਪਵੇ, ਜਿੱਥੇ ਵੀ ਲੋੜ ਪਵੇ, ਉੱਥੇ ਹੀ ਸੇਵਾ ਪਹਿਲਾਂ ਵਾਂਗ ਲੈਂਦੇ ਰਹਿਣ। ਸੋ ਸਮੁੱਚੀਆਂ ਗੁਰੂ ਕੀਆਂ ਸੰਗਤਾਂ ਨੇ ਪ੍ਰਬੰਧ ਕੀਤਾ ਹੈ, ਦਲ ਭੰਜਨ ਗੁਰ ਸੂਰਮਾ ਬੜ ਜੋਧਾ ਬਹੁ ਪਰਉਪਕਾਰੀ ਗੁਰੂ, ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਅਵਤਾਰ ਪੁਰਬ ਮਨਾਉਣ ਦਾ। ਇਹ ਇੱਕ ਨਵੇਕਲੇ ਯੋਧੇ, ਨਵੇਕਲੇ ਪੀਰ ਉਸਤਾਦ ਗੁਰੂ ਹੋਏ ਭਾਈ ਦੁਨੀਆਂ ਦੇ ਵਿੱਚ, ਜਿਨ੍ਹਾਂ ਦਾ ਆਪਾਂ ਪ੍ਰਸੰਗ ਆਰੰਭ ਕਰਨ ਲੱਗੇ ਹਾਂ। ਦੁਨੀਆਂ ਵਿੱਚ ਕਿਹੋ ਜਿਹੇ ਯੋਧੇ ਹੋਏ, ਅੱਜ ਅਤੇ ਕੱਲ੍ਹ 2 ਦਿਨ ਦੱਸਦਾ ਸਮਾਂ। ਮੈਂ ਪਹਿਲਾਂ ਹੀ ਬੇਨਤੀ ਕਰ ਦੇਵਾਂ, ਜਿੱਥੇ ਸਤਿਗੁਰੂ ਦੇ ਅਵਤਾਰ ਧਾਰਨ ਦਾ ਪ੍ਰਸੰਗ ਆਪਾਂ ਸੁਣਾਂਗੇ, ਉੱਥੇ ਕੁਝ ਵਿਰੋਧੀਆਂ ਵੱਲੋਂ, ਈਰਖਾਲੂ ਭਰਾਵਾਂ ਵੱਲੋਂ ਜੋ ਕੁਝ ਹੋਇਆ ਉਹ ਵੀ ਸਰਵਣ ਕਰਾਂਗੇ, ਅਤੇ ਨਾਲ ਨਾਲ ਸਤਿਗੁਰੂ ਪਾਤਸ਼ਾਹ ਜੀ ਨੇ ਕਿਵੇਂ ਸਿੱਖਿਆ ਦਿੱਤੀ ਸਿੱਖਾਂ ਨੂੰ, ਕਿਵੇਂ ਗੁਰਬਾਣੀ ਦਾ ਅਦਬ ਕਰਨ ਦਾ ਸਾਨੂੰ ਤਰੀਕਾ ਸਿਖਾਇਆ, ਗੁਰਬਾਣੀ ਦੀ ਮਹਿਮਾ ਦੱਸੀ, ਕਿਵੇਂ ਸਤਿਗੁਰੂ ਪਾਤਸ਼ਾਹ ਜੀ ਨੇ ਆਪਣੇ ਜੀਵਨ ਕਾਲ ਦੇ ਵਿੱਚ ਗਵਾਲੀਅਰ ਦੇ ਕਿਲੇ ਵਿੱਚ ਕੈਦਖਾਨੇ 'ਚ ਵੀ ਰਹੇ ਪਰ ਕਿੰਨੇ ਜੀਵਾਂ ਦਾ ਉਧਾਰ ਕਰਕੇ ਨਿਕਲੇ। ਸੋ ਸਤਿਗੁਰੂ ਦੀ ਬੇਅੰਤ ਮਹਿਮਾ ਹੈ, ਅਤੇ ਪਿਤਾ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਹੁਕਮ ਦੇ ਮੁਤਾਬਕ ਕਿਵੇਂ ਸਤਿਗੁਰੂ ਪਾਤਸ਼ਾਹ ਜੀ ਨੇ ਸ੍ਰੀ ਅਕਾਲ ਤਖਤ ਸਾਹਿਬ ਦੀ ਰਚਨਾ ਕੀਤੀ, ਕਿਲ੍ਹਾ ਲੋਹਗੜ੍ਹ ਬਣਾਇਆ, ਫੌਜਾਂ ਰੱਖੀਆਂ, 4 ਵੱਡੇ ਯੁੱਧ ਲੜੇ, ਉਹਨਾਂ 'ਚ ਫਤਿਹ ਪ੍ਰਾਪਤ ਕੀਤੀ। ਇਹ ਸਾਰੇ ਪ੍ਰਸੰਗ ਆਪਾਂ ਅੱਜ ਅਤੇ ਕੱਲ੍ਹ 2 ਦਿਨਾਂ 'ਚ ਸਰਵਣ ਕਰਾਂਗੇ। ਦਾਸ ਕੋਸ਼ਿਸ਼ ਕਰੇਗਾ ਕਿ ਸੀਮਿਤ ਸਮੇਂ, ਮਿੱਥੇ ਸਮੇਂ ਦੇ ਵਿੱਚ, ਨਿਸ਼ਚਿਤ ਕੀਤੇ ਸਮੇਂ ਦੇ ਵਿੱਚ ਹੀ ਆਪਾਂ ਇਹ ਸਤਿਗੁਰੂ ਪਾਤਸ਼ਾਹ ਜੀ ਦੇ ਬਚਨ ਸੁਣ ਸਕੀਏ, ਸੁਣਾ ਸਕੀਏ। ਸੋ ਆਓ ਸਾਰੀ ਸੰਗਤ ਇੱਕ ਵਾਰੀ ਗੱਜ ਕੇ ਬੋਲੋ, ਸਤਨਾਮ ਸ੍ਰੀ ਵਾਹਿਗੁਰੂ ਜੀ। ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ, ਬਾਣੀ ਕੇ ਬਹੁਤ ਸ਼ਾਂਤੀ ਦੇ ਪੁੰਜ ਸਤਿਗੁਰੂ, ਜਿਨ੍ਹਾਂ ਨੇ ਬਹੁਤ ਵਡਮੁੱਲੀਆਂ ਬਖਸ਼ਿਸ਼ਾਂ ਸਾਡੇ 'ਤੇ ਕੀਤੀਆਂ। ਸਾਧ ਸੰਗਤ, ਸਤਿਗੁਰੂ ਜੀ ਨੇ ਸਾਡੇ 'ਤੇ ਰਹਿਮਤ ਕੀਤੀ। ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਬਾਣੀ ਲਿਖਵਾਈ, ਪੋਥੀ ਸਾਹਿਬ ਇਕੱਤਰ ਕੀਤੀ,
ਆਪ ਸਤਿਗੁਰੂ ਜੀ ਨੇ ਸਾਨੂੰ ਤਰੀਕਾ ਦੱਸਿਆ ਕਿ ਗੁਰਬਾਣੀ ਦਾ ਅਦਬ ਕਿਵੇਂ ਕਰਨਾ। ਜਿਸ ਦਿਨ ਹਰਿਮੰਦਰ ਸਾਹਿਬ ਦੇ ਵਿੱਚ ਸਾਧ ਸੰਗਤ ਗੁਰੂ ਕੀ ਬਾਣੀ ਦਾ ਪ੍ਰਕਾਸ਼ ਹੋਇਆ ਅਤੇ ਸਤਿਗੁਰੂ ਜੀ ਨੇ ਇੰਨਾ ਸਤਿਕਾਰ ਆਪ ਕੀਤਾ ਕਿ ਜਿੱਥੇ ਹੁਣ ਅਕਾਲ ਤਖਤ ਸਾਹਿਬ ਹੈ, ਅਕਾਲ ਤਖਤ ਸਾਹਿਬ ਦੀ ਸਿਰਜਣਾ ਤੋਂ ਪਹਿਲਾਂ ਇਸ ਸਥਾਨ ਦਾ ਨਾਮ ਕੋਠਾ ਸਾਹਿਬ ਸੀ। ਮਹਾਰਾਜ ਦਾ ਸਰੂਪ ਸ਼ਾਮ ਨੂੰ ਰਾਤ ਨੂੰ ਬਿਰਾਜਮਾਨ ਹੋ ਕੇ ਕੋਠਾ ਸਾਹਿਬ ਜਾਂਦਾ। ਬੜੀਆਂ ਸੰਗਤਾਂ ਅੱਜ ਵੀ ਤੁਸੀਂ ਟੈਲੀਵਿਜ਼ਨ 'ਤੇ ਦੇਖਦੇ ਹੋ, ਅਦਭੁਤ ਸਤਿਕਾਰ ਨਾਲ ਗੁਰੂ ਕਾ ਸਰੂਪ ਲੈ ਕੇ ਜਾਂਦੀਆਂ। ਜਦੋਂ ਸੁਖ ਆਸਣ ਹੋ ਜਾਂਦਾ ਅਤੇ ਸਤਿਗੁਰੂ ਪਾਤਸ਼ਾਹ ਜੀ ਫਿਰ ਉਹ ਪਲੰਘ 'ਤੇ ਨਹੀਂ ਸੀ ਬਿਰਾਜ 'ਤੇ, ਸਤਿਗੁਰੂ ਪਾਤਸ਼ਾਹ ਜੀ ਗੁਰਬਾਣੀ ਵਾਲੇ ਪਲੰਘ ਦੇ ਥੱਲੇ ਬਿਰਾਜਦੇ ਸੀ। ਅੱਜ ਵੀ ਜਦੋਂ ਆਪਾਂ ਦਰਸ਼ਨ ਕਰਨ ਜਾਂਦੇ ਹਾਂ ਨਾ ਸ਼੍ਰੀ ਅਕਾਲ ਤਖਤ ਸਾਹਿਬ 'ਤੇ, ਅਤੇ ਜਿੱਥੇ ਕੋਠਾ ਸਾਹਿਬ ਦੇ ਅੰਦਰ ਸਤਿਗੁਰੂ ਦਾ ਪਲੰਘ ਹੈ ਉਹਦੇ ਥੱਲੇ ਇੱਕ ਚਾਦਰ ਵਿਛੀ ਹੁੰਦੀ, ਚਾਦਰ ਉਹ ਇਸੇ ਦੀ ਜਨਾਇਕ ਹੈ ਕਿ ਇਹ ਚਾਦਰ ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਸੀ, ਉਹਨਾਂ ਦੀ ਯਾਦ ਵਿੱਚ ਹੀ ਅੱਜ ਵੀ ਵਿਛਾਈ ਜਾਂਦੀ ਆ। ਅਤੇ ਸਾਧ ਸੰਗਤ ਜਦੋਂ ਧੰਨ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹਰਿਮੰਦਰ ਸਾਹਿਬ ਵਿੱਚ ਹੋਇਆ ਉਦੋਂ ਤੋਂ ਜਿਹੜਾ ਚੌਰ ਸਾਹਿਬ ਸੀ ਉਹ ਧੰਨ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਉੱਪਰ ਚੌਰ ਹੁੰਦਾ ਸੀ। ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਆਪਣੇ ਉੱਪਰ ਚੌਰ ਨਹੀਂ ਸਨ ਕਰਾਉਂਦੇ। ਇਹ ਸਾਨੂੰ ਬਾਣੀ ਦਾ ਅਦਬ ਸਿਖਾਇਆ। ਅਤੇ ਦੂਸਰਾ ਪਾਸਾ ਤੱਕੋ ਕਿ ਜਦੋਂ ਵੱਡੇ ਭਰਾ ਨੂੰ ਪਿਰਥੀਏ ਨੂੰ ਇਸ ਗੱਲ ਦਾ ਬੜਾ ਗਿਲਾ ਸੀ ਕਿ ਇਹ ਮੇਰਾ ਹੱਕ ਬਣਦਾ ਸੀ ਗੁਰੂ ਘਰ ਦੀ ਗੁਰਿਆਈ ਗੱਦੀ ਧੰਨ ਗੁਰੂ ਰਾਮਦਾਸ ਸਾਹਿਬ ਨੇ ਮੈਨੂੰ ਦੇਣੀ ਸੀ ਅਤੇ ਇਹ ਦੂਜੇ ਥਾਂ 'ਤੇ ਕਿਵੇਂ ਚਲੀ ਗਈ। ਉਹ ਵਿਉਂਤਾਂ ਵਿੱਚ ਰਹਿੰਦਾ ਵੀ ਕਿਵੇਂ ਹੋਵੇ ਕੀ ਹੋਵੇ। ਇੱਕ ਦਿਨ ਕੀ ਹੋਇਆ ਕਿ ਜੋ ਸੰਗਤਾਂ ਵੱਲੋਂ ਅੱਜ ਵੀ ਜਿਵੇਂ ਗੁਰੂ ਕੀਆਂ ਸੰਗਤਾਂ ਜਿਹੋ ਜਿਹੀ ਸ਼ਰਧਾ ਹੈ ਜਿਹੋ ਜਿਹੀ ਸਮਰੱਥਾ ਹੈ ਉਸ ਢੰਗ ਦੇ ਨਾਲ ਕੋਈ ਸੋਨਾ ਮਹਾਰਾਜ ਦੇ ਚਰਨਾਂ 'ਚ ਭੇਟਾ ਕਰ ਦਿੰਦਾ ਹੈ। ਆਪਾਂ ਦੇਖਦੇ ਹਾਂ ਹਰਿਮੰਦਰ ਸਾਹਿਬ ਜਦੋਂ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਸੀ, ਸਾਧ ਸੰਗਤ ਜੀ ਇੱਥੇ ਸੋਨੇ ਦੀਆਂ ਚਾਂਦਨੀਆਂ ਹੀਰਿਆਂ ਜਿਹੜੇ ਹਾਰ ਇੱਥੋਂ ਤੱਕ ਕਿ ਸਾਰਾ ਸ੍ਰੀ ਹਰਿਮੰਦਰ ਸਾਹਿਬ ਹੀ ਸੋਨੇ ਨਾਲ ਸ਼ਿੰਗਾਰ ਦਿੱਤਾ ਸੀ। ਇਹ ਗੁਰੂ ਘਰ ਦੇ ਸ਼ਰਧਾਲੂ ਸਿੱਖਾਂ ਦੀ ਸ਼ਰਧਾ ਹੈ ਅਤੇ ਜੋ ਬੀਬੀਆਂ ਮਾਈਆਂ ਜਾਂ ਦੂਰ ਦਰੇਡੇ ਤੋਂ ਗੁਰੂ ਕੇ ਸਿੱਖ ਕੀਮਤੀ ਦਸਾਲੇ ਕੀਮਤੀ ਕੱਪੜੇ ਗੁਰੂ ਘਰ ਦੀ ਭੇਟਾ ਵਿੱਚ ਲਿਆਉਂਦੇ ਸਨ, ਅੱਜ ਵਰਗੇ ਸਾਧਨ ਨਹੀਂ ਸਨ। ਮਾਈਆਂ ਬੀਬੀਆਂ ਉਹਨਾਂ ਕੱਪੜਿਆਂ ਨੂੰ ਸਾਂਭਣ ਵਾਸਤੇ ਆ ਹੁਣ ਬਰਸਾਤ ਰੁੱਤ ਸ਼ੁਰੂ ਹੁੰਦੀ ਹੈ ਨਾ, ਇਦੋਂ ਪਹਿਲਾਂ ਇੱਕ ਵਿਸ਼ੇਸ਼ ਕਿਸਮ ਦੀ ਧੂਫ ਮੰਗਾਈ ਜਾਂਦੀ, ਮਸਾਲੇ ਪਾਏ ਜਾਂਦੇ, ਉਹ ਸਾਰੇ ਕੱਪੜਿਆਂ ਨੂੰ ਧੁੱਪ ਵਿੱਚ ਰੱਖ ਕੇ ਨਾ ਧੋਣੀ ਦਿੱਤੀ ਜਾਂਦੀ ਤਾਂ ਕਿ ਇਹਨਾਂ ਨੂੰ ਕੀੜਾ ਨਾ ਲੱਗੇ, ਇਹਨਾਂ ਨੂੰ ਸਿਉਂਕ ਨਾ ਲੱਗ ਜੇ, ਕੱਪੜੇ ਖਰਾਬ ਨਾ ਹੋ ਜਾਣ। ਧੰਨ ਸਾਡੇ ਮਾਤਾ ਜੀ ਮਾਤਾ ਗੰਗਾ ਜੀ, ਸਤਿਗੁਰੂ ਪਾਤਸ਼ਾਹ ਜੀ ਦੇ ਮਹਿਲ। ਇੱਕ ਦਿਨ ਉਹਨਾਂ ਕੀਮਤੀ ਕੱਪੜਿਆਂ ਨੂੰ ਇਸ ਤਰ੍ਹਾਂ ਦੀ ਧੂਫ ਦੇ ਰਹੇ ਨੇ, ਧੂਣੀ ਦੇ ਰਹੇ ਨੇ ਅਤੇ ਉੱਧਰ
ਮਾਤਾ ਗੰਗਾ ਦੀ ਜਠਾਣੀ ਬੀਬੀ ਕਰਮੋ ਉਹ ਆਪਣੇ ਕੋਠੇ 'ਤੇ ਖੜ੍ਹੀ ਦੇਖ ਰਹੀ ਕਿ ਬੜੇ ਕੀਮਤੀ ਕੱਪੜੇ ਨੇ। ਦਿਲ ਵਿੱਚ ਈਰਖਾ ਹੋਈ ਵੀ ਇਹਨਾਂ ਕੱਪੜਿਆਂ ਦੀ ਮਾਲਕ ਮੈਂ ਹੋਣਾ ਸੀ। ਜਿੱਥੇ ਈਰਖਾ ਹੋਈ ਉਹਨੂੰ ਆਪਣੇ ਪਤੀ 'ਤੇ ਬੜਾ ਗੁੱਸਾ ਆਇਆ, ਪ੍ਰਿਥੀ ਚੰਦ 'ਤੇ ਬੜਾ ਗੁੱਸਾ ਆਇਆ ਅਤੇ ਉਹ ਭਰੀ ਪੀਤੀ ਹੋਈ ਸੀ। ਜਦ ਪ੍ਰਿਥੀ ਘਰ ਆਇਆ ਅਤੇ ਉਹਦੇ ਨਾਲ ਉਹਨੇ ਝਗੜਾ ਸ਼ੁਰੂ ਕਰ ਦਿੱਤਾ ਬੀਬੀ ਕਰਮੋ ਨੇ ਆਪਣੇ ਪਤੀ ਨਾਲ। ਇੱਥੋਂ ਤੱਕ ਕਹਿ ਦਿੱਤਾ ਕਿ ਤੇਰੀ ਨਲਾਇਕੀ ਕਰਕੇ ਤੈਨੂੰ ਗੁਰਤਾ ਗੱਦੀ ਨਹੀਂ ਮਿਲੀ ਅਤੇ ਜੇ ਗੁਰਤਾ ਗੱਦੀ ਤੈਨੂੰ ਮਿਲ ਜਾਂਦੀ ਤਾਂ ਜਿਹੜੇ ਮੈਂ ਅੱਜ ਬਹੁਤ ਬੇਸਮਾਲ ਕੀਮਤੀ ਕੱਪੜੇ ਦੇਖੇ ਨਾ, ਇਹਨਾਂ ਦੀ ਮਾਲਕ ਗੰਗਾ ਨੇ ਨਹੀਂ ਸੀ ਹੋਣਾ, ਮੈਂ ਹੋਣਾ ਸੀ। ਪ੍ਰਿਥੀਆ ਕਹਿੰਦਾ ਵੀ ਤੂੰ ਜ਼ਿਆਦਾ ਈਰਖਾ ਨਾ ਕਰ, ਸਮਾਂ ਆਏਗਾ ਕਿਉਂਕਿ ਤੂੰ ਦੇਖਦੀ ਹੈ, ਦੇਖੋ ਉੱਧਰ ਸਤਿਗੁਰੂ ਪਾਤਸ਼ਾਹ ਸੋਢੀ ਸੁਲਤਾਨ ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ, ਕਿਉਂਕਿ ਉਹ 'ਤੇ ਗੁਰੇ ਅਰਜਨ ਪ੍ਰਤੱਖ ਹਰ ਭੱਟਾ ਨੇ ਕਿਹਾ ਨਾ, ਉਹ 'ਤੇ ਪ੍ਰਤੱਖ ਪਰਮਾਤਮਾ ਹੈ, ਉਹਨੂੰ ਕੋਈ ਦੁਆਇਸ਼ ਨਹੀਂ। ਜਦੋਂ ਸਤਿਗੁਰੂ ਦਾ ਭਤੀਜਾ ਮਿਹਰਬਾਨ ਕਦੇ ਸਤਿਗੁਰੂ ਦੀ ਸ਼ਰਨ ਵਿੱਚ ਆਉਂਦਾ, ਮਹਾਰਾਜ ਬਹੁਤ ਪਿਆਰ ਨਾਲ ਦਲਾਰਦੇ ਉਹਨੂੰ, ਪਿਆਰ ਨਾਲ ਬਿਠਾਉਂਦੇ, ਅਤੇ ਜਿਹੜਾ ਮਿਹਰਬਾਨ ਸੀ ਉਹ ਪ੍ਰਿਥੀ ਚੰਦ ਦਾ ਪੁੱਤਰ ਸੀ ਅਤੇ ਸਤਿਗੁਰੂ ਜੀ ਉਹਨੂੰ ਲਿਖਣ ਦੀ ਜਾਂਚ ਦੱਸਦੇ। ਇਹ ਗੱਲਾਂ ਵੇਖ ਕੇ ਪ੍ਰਿਥੀ ਕਹਿੰਦਾ ਆਪਣੀ ਘਰਵਾਲੀ ਨੂੰ ਵੀ ਤੂੰ ਘਬਰਾ ਨਾ, ਤੂੰ ਦੇਖਿਆ ਨਹੀਂ ਕਿ ਮੇਰਾ ਭਰਾ ਤੇ ਮੇਰੇ ਪੁੱਤਰ ਤੇ ਹੀ ਬਹੁਤ ਖੁਸ਼ ਹੈ, ਕਿਉਂਕਿ ਉਹਦੇ ਆਪਦੇ ਪੁੱਤਰ ਤੇ ਹੈ ਕੋਈ ਨਹੀਂ ਤੇ ਹੁਣ ਇੰਨਾ ਸਮਾਂ ਬੀਤ ਗਿਆ ਤੇ ਗਾਂ ਹੋਣਾ ਵੀ ਨਹੀਂ, ਇਸ ਵਾਸਤੇ ਮੇਰਾ ਪੁੱਤਰ ਮਿਹਰਬਾਨ ਗੁਰੂ ਅਰਜਨ ਤੋਂ ਬਾਅਦ ਇਸ ਗੁਰਤਾ ਗੱਦੀ ਦਾ ਮਾਲਕ ਬਣੇਗਾ, ਤੂੰ ਫਿਕਰ ਨਾ ਕਰ। ਇੱਥੇ ਇਤਿਹਾਸਕਾਰ ਲਿਖਦੇ ਨੇ ਕਿ ਜਿਹੜੀਆਂ ਬੀਬੀਆਂ ਸੇਵਾਦਾਰਨੀਆਂ ਨੌਕਰਾਣੀਆਂ ਘਰਾਂ ਵਿੱਚ ਸਨ ਉਹ ਅਕਸਰ ਮਿਲਦੀਆਂ ਸਨ, ਕਿਉਂਕਿ ਘਰ ਤੇ ਨਿਆਲ ਨਾਲ ਸਨ, ਬੀਬੀ ਕਰਮੋ ਦਾ ਵੀ ਅਤੇ ਸਤਿਗੁਰੂ ਦਾ ਵੀ, ਪ੍ਰਿਥੀਏ ਦਾ ਵੀ ਅਤੇ ਧੰਨ ਗੁਰੂ ਅਰਜਨ ਸਾਹਿਬ ਜੀ ਦਾ ਵੀ। ਉਹਨਾਂ ਬੀਬੀਆਂ ਨੇ ਇੱਕ ਦਿਨ ਇਹ ਗੱਲ ਮਾਤਾ ਗੰਗਾ ਜੀ ਕੋਲ ਕੀਤੀ, ਮਾਤਾ ਜੀ ਬੀਬੀ ਕਰਮੋ ਬੜੀ ਈਰਖਾ ਕਰਦੀ ਅਤੇ ਆਹ ਬਚਨ ਕਹੇ ਨੇ ਉਹਨੇ, ਸਾਨੂੰ ਬੜਾ ਔਖਾ ਲੱਗਾ। ਉਹਨੇ ਇਹ ਕਿਹਾ ਹੈ ਕਿ ਇਹਨਾਂ ਦੇ ਘਰ ਵਿੱਚ ਤਾਂ ਔਲਾਦ ਹੀ ਨਹੀਂ ਹੈ, ਇਹਨਾਂ ਦੇ ਘਰ ਵਿੱਚ ਕੋਈ ਪੁੱਤਰ ਹੀ ਨਹੀਂ ਹੈ, ਤਿਗਾਂ ਗੁਰਤਾ ਗੱਦੀ ਦਾ ਵਾਰਸ ਤਾਂ ਮਿਹਰਬਾਨ ਹੀ ਬਣੇਗਾ, ਮੇਰਾ ਪੁੱਤਰ ਹੀ ਬਣੇਗਾ ਨਾ। ਅਤੇ ਮਾਤਾ ਜੀ ਉਹਨਾਂ ਤੋਂ ਸੁਣ ਕੇ ਵੀ ਉਹਨਾਂ ਨੂੰ ਕੋਈ ਬਦ ਅਸੀਸ ਜਾਂ ਕੌੜਾ ਬਚਨ ਨਹੀਂ ਕਿਹਾ, ਕਹਿੰਦੇ ਕੋਈ ਨਹੀਂ ਜੋ ਅਕਾਲ ਪੁਰਖ ਦਾ ਹੁਕਮ ਹੋਏਗਾ ਉਹੀ ਹੋਣਾ ਭਾਈ। ਪਰ ਮਾਤਾ ਨੇ ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਦੇ ਚਰਨਾਂ 'ਚ ਸੀਸ ਨਿਵਾ ਕੇ ਵਾਸਤਾ ਪਾਇਆ, ਹੇ ਪ੍ਰਭੂ ਮਾਲਕ ਤੁਸੀਂ ਦੁਨੀਆ ਨੂੰ ਦਾਤਾਂ ਦਿੰਦੇ ਹੋ, ਇਹ ਦਰ ਨਿਆਸਰਿਆਂ ਦਾ ਆਸਰਾ ਹੈ, ਨਿਮਾਣਿਆਂ ਦਾ ਮਾਣ ਹੈ, ਨਥਾਵਿਆਂ ਦਾ ਥਾਂ ਹੈ,
ਅਤੇ ਮੇਰੀ ਗਰੀਬਣੀ ਦੀ ਝੋਲੀ ਵੀ ਭਰੋ, ਮੇਰੇ ਘਰ ਵਿੱਚ ਵੀ ਪੁੱਤਰ ਚਾਹੀਦਾ। ਹੁਣ ਜਦੋਂ ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਦੇਖਦੇ ਨੇ ਕਿ ਕੋਈ ਸ਼ਰਧਾ ਭਾਵਨਾ ਦੇ ਨਾਲ ਧੰਨ ਗੁਰੂ ਨਾਨਕ ਦੇ ਦਰ ਦੇ ਉੱਪਰ ਆ ਕੇ ਕੋਈ ਬੇਨਤੀ ਕਰਦਾ, ਕੋਈ ਅਰਦਾਸ ਕਰਦਾ ਹੈ, ਅਤੇ ਉਹਦੀ ਫਰਿਆਦ ਸੁਣੀ ਜਾਂਦੀ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਕੁਝ ਕੁ ਸੋਚ ਕੇ ਕਿਹਾ, ਗੰਗਾ ਜੇ ਤੈਨੂੰ ਪੁੱਤਰ ਚਾਹੀਦਾ ਨਾ ਤਾਂ ਫਿਰ ਬੀੜ ਦੇ ਵਿੱਚ ਮੱਝਾਂ ਦੀ ਸੇਵਾ ਕਰਦਾ ਇੱਕ ਸੰਤ ਜਿਹਦੀ ਬੜੀ ਸੇਵਾ, ਜਿਹਦਾ ਬੜਾ ਸਿਮਰਨ ਹੈ, ਜਿਹੜੀ ਬਹੁਤ ਪਹੁੰਚੀ ਹੋਈ ਹਸਤੀ ਆ। ਸਤਿਸੰਗ ਜੀ ਅੱਜ ਦੇ ਪ੍ਰਚਾਰਕ ਇਸ ਗੱਲ ਨੂੰ ਥੋੜ੍ਹਾ ਜਿਹਾ ਘੁਮਾ ਕੇ ਕਰਦੇ ਨੇ, ਪਤਾ ਨਹੀਂ ਬੇਸਮਝੀ ਕਰਦੇ ਹੈ ਕਾਰਨ ਕਰਦੇ ਨੇ, ਅਤੇ ਪਤਾ ਨਹੀਂ ਜਾਣ ਬੁੱਝ ਕੇ ਗੁਰੂ ਦੇ ਉੱਪਰ ਤਰਕ ਕਰਦੇ ਨੇ, ਅਤੇ ਖੁਦ ਹੀ ਜਾਣਨ ਜਾਂ ਸਤਿਗੁਰੂ ਆਪ ਜਾਣੇ ਰਹੋ ਵਿਚਾਰ। ਪਰ ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਗੁਰਸਿੱਖਾਂ ਨੂੰ ਵਡਿਆਈ ਬਖਸ਼ਣ ਵਾਸਤੇ, ਫਿਰ ਬਾਬਾ ਬੁੱਢਾ ਜੀ ਵਰਗੇ ਸਿੱਖ ਜਿਨ੍ਹਾਂ ਨੇ ਧੰਨ ਗੁਰੂ ਨਾਨਕ ਸਾਹਿਬ ਦੀ ਸੰਗਤ ਕੀਤੀ, ਪੰਜਵੇਂ ਗੁਰੂ ਤੱਕ ਗੁਰਤਾ ਗੱਦੀ ਦੇ ਤਿਲਕ ਦਿੱਤੇ ਬਾਬਾ ਬੁੱਢਾ ਜੀ ਨੇ, ਹਰ ਹੁਕਮ ਮੰਨਿਆ ਬਾਬਾ ਬੁੱਢਾ ਜੀ ਨੇ। ਉਸ ਬਾਬੇ ਬੁੱਢੇ ਬਾਰੇ ਕਿੰਤੂ ਕਰਨਾ ਕੋਈ ਸਿਆਣਪ ਭਰੀ ਗੱਲ ਨਹੀਂ ਹੁੰਦੀ, ਕਦੇ ਵੀ ਨਹੀਂ ਕਰਨਾ ਚਾਹੀਦਾ। ਸਤਿਸੰਗ ਜੀ ਜਦੋਂ ਉਹਨਾਂ ਬਾਰੇ ਕਿਹਾ ਕਿ ਤੂੰ ਇਸ ਤਰ੍ਹਾਂ ਕਰ, ਜਿਵੇਂ ਸਧਾਰਨ ਸਿੱਖ ਜਾਂਦੇ ਨਾ, ਤੂੰ ਇਹ ਨਾ ਗੁਰੂ ਕੇ ਮਹਿਲ ਬਣ ਕੇ ਨਾ ਜਾਈ, ਉੱਥੇ ਸਧਾਰਨ ਸਿੱਖਾਂ ਵਾਂਗ ਤੂੰ ਆਪਣੇ ਹੱਥੀਂ ਕਣਕ ਦਾ ਅਤੇ ਛੋਲਿਆਂ ਦਾ ਆਟਾ ਪੀ, ਉਹਨੂੰ ਮਲਾਈ, ਮਿੱਸੇ ਪ੍ਰਸ਼ਾਦੇ ਪਕਾਈ, ਅਤੇ ਹੱਥੀਂ ਦੁੱਧ ਰਿੜਕ ਕੇ, ਦਹੀਂ ਰਿੜਕ ਕੇ, ਮੱਖਣ ਕੱਢ ਕੇ ਲੈ ਕੇ ਜਾਈ, ਲੱਸੀ ਦੀ ਚਾਟੀ ਲੈ ਕੇ ਜਾਈ, ਨਾਲ ਆਪਣੇ ਸਿਰ 'ਤੇ ਰੱਖ ਕੇ ਲੈ ਕੇ ਜਾਈ, ਅਤੇ ਰੁਮਾਲ ਵਿੱਚ ਲਪੇਟ ਕੇ ਲਿਜਾਈ ਪ੍ਰਸ਼ਾਦੇ, ਅਤੇ ਬਾਬਾ ਬੁੱਢਾ ਜੀ ਨੂੰ ਛਕਾ ਕੇ ਆ, ਅਤੇ ਉਹਨਾਂ ਨੇ ਤੈਨੂੰ ਬਖਸ਼ਿਸ਼ਾਂ ਕਰ ਦੇਣੀਆਂ। ਹੁਣ ਸਤਿਗੁਰੂ ਪਾਤਸ਼ਾਹ ਜੀ ਦੇ ਦੱਸੇ ਮੁਤਾਬਕ ਜੁਗਤੀ ਤਾਂ ਸਾਰੀ ਦੱਸ ਦਿੱਤੀ ਸਤਿਗੁਰੂ ਨੇ, ਮਾਤਾ ਜੀ ਨੇ ਇਸੇ ਤਰ੍ਹਾਂ ਕੀਤਾ। ਅੰਮ੍ਰਿਤ ਵੇਲੇ ਉੱਠੇ, ਇਸ਼ਨਾਨ ਕੀਤਾ, ਸਿਮਰਨ ਕੀਤਾ, ਅਤੇ ਪਹਿਲਾਂ ਦਿਨ ਵੇਲੇ ਹੱਥੀਂ ਕਣਕ ਧੋਤੀ ਸੁਕਾਈ, ਅਤੇ ਛੋਲਿਆਂ ਦਾ ਪੀਣ ਕੀਤਾ, ਅਤੇ ਮਾਤਾ ਨੇ ਹੱਥੀਂ ਚੱਕੀ ਫੇਰੀ, ਆਟਾ ਪੀਸਿਆ, ਗੁੰਨਿਆ, ਪਕਾਇਆ, ਮਿੱਸੀਆਂ ਰੋਟੀਆਂ ਲੈ ਕੇ, ਨਾਲ ਗੰਢੇ ਲੈ ਕੇ, ਨਾਲ ਚਾਟੀ ਲੱਸੀ ਲਿਜਾ ਕੇ ਜਿਹਦੇ ਵਿੱਚ ਮੱਖਣ ਵੀ ਰੱਖਿਆ ਹੋਇਆ, ਅਤੇ ਸਿਰ 'ਤੇ ਰੱਖ ਕੇ ਨਾਲ ਹੋਰ ਬੀਬੀਆਂ ਨੂੰ ਲਿਜਾ ਕੇ ਮਾਤਾ ਜੀ ਬੀੜ ਬਾਬਾ ਬੁੱਢਾ ਪਹੁੰਚੇ। ਬੀੜ ਸਾਹਿਬ ਪਹੁੰਚ ਕੇ ਦੇਖੋ ਜਾਣੀ ਜਾਣ ਸਤਿਗੁਰੂ ਸੱਚੇ ਪਾਤਸ਼ਾਹ ਜਿਹੜਾ ਤਰੀਕਾ ਦੱਸਿਆ, ਐਵੇਂ ਥੋੜ੍ਹਾ ਦੱਸਿਆ ਸੀ, ਅਤੇ ਦੂਰੋਂ ਹੀ ਮੱਥੇ 'ਤੇ ਹੱਥ ਰੱਖ ਕੇ ਵੇਖਦੇ ਨੇ ਬਾਬਾ ਬੁੱਢਾ ਜੀ ਵੀ ਕੌਣ ਆ ਰਿਹਾ। ਜਦੋਂ ਨੇੜੇ ਆਏ ਗੁਰਸਿੱਖਾਂ ਨੇ ਦੱਸਿਆ, ਬਾਬਾ ਜੀ ਇਹ ਤਾਂ ਮਾਤਾ ਗੰਗਾ ਹੈ, ਅਤੇ ਕਹਿਣ ਲੱਗੇ ਵੇਖਿਆ ਫਿਰ ਮਾਵਾਂ ਨੂੰ ਫਿਕਰ ਹੁੰਦਾ ਨਾ, ਕਹਿੰਦੇ ਮੈਨੂੰ ਭੁੱਖ ਬੜੀ ਲੱਗੀ ਸੀ, ਅਤੇ ਮਾਂ ਨੂੰ ਫਿਕਰ ਨਹੀਂ, ਉਹ ਤਾਂ ਕਿਹਨੂੰ, ਦੇਖੋ ਬੜੀ ਉਮਰ 'ਚ ਵੱਡੇ ਨੇ ਪਰ ਸਤਿਕਾਰ ਗੁਰੂ ਕੇ ਮਹਿਲ ਹੋਣ ਕਰਕੇ ਕਹਿੰਦੇ ਦੇਖੋ ਮਾਤਾ ਸਾਡੀ ਨੂੰ ਫਿਕਰ ਹੈ, ਉਹ ਪ੍ਰਸ਼ਾਦੇ ਲੈ ਕੇ ਜ਼ਰੂਰ ਆਈ ਹੋਏਗੀ। ਜਦੋਂ ਨੇੜੇ ਆਈ
ਨਮਸਕਾਰ ਕੀਤੀ ਬੀਬੀਆਂ ਨੇ। ਪੁੱਛਿਆ ਬਾਬਾ ਬੁੱਢਾ ਜੀ ਨੇ, ਮਾਤਾ ਜੀ ਮੈਨੂੰ ਬੜੀ ਭੁੱਖ ਲੱਗੀ। ਅਤੇ ਮਾਤਾ ਜੀ ਕਹਿੰਦੇ, ਬੈਠੋ ਬਾਬਾ ਜੀ, ਫਿਰ ਮੈਂ ਤਾਂ ਪ੍ਰਸ਼ਾਦਾ ਹੀ ਤੁਹਾਨੂੰ ਛਕਾਉਣ ਲੈ ਕੇ ਆਈ ਹਾਂ। ਚੌਂਕੜਾ ਮਾਰਿਆ ਉੱਥੇ ਹੀ ਰੜੇ ਮੈਦਾਨ ਜਿੱਥੇ ਮੱਝਾਂ ਚੱਲ ਰਹੀਆਂ ਸਨ, ਅੱਜ ਤਾਂ ਰੰਗ ਲੱਗੇ ਹੋਏ ਨਾ, ਉਦੋਂ ਬੀੜ ਸੀ, ਬੀੜ ਭਾਵ ਬੀਆ ਬਾਣ ਸੀ। ਉੱਥੇ ਬੈਠ ਕੇ ਚੌਂਕੜਾ ਮਾਰ ਕੇ ਹੱਥ ਧੋਤੇ, ਪ੍ਰਸ਼ਾਦਾ ਛਕਿਆ ਅਤੇ ਗੰਢਾ ਰੱਖਿਆ। ਕਹਿੰਦੇ, ਮਾਤਾ ਜੀ ਗੰਢਾ ਲਿਆਂਦਾ ਨਾਲ? ਹਾਂ ਗੰਢਾ ਲਿਆਂਦਾ। ਅਤੇ ਜਿਵੇਂ ਆਮ ਆਪਾਂ ਜ਼ਿਮੀਂਦਾਰ ਵਲ ਵਾਹੁੰਦੇ, ਖੇਤਾਂ 'ਚ ਬੈਠ ਕੇ ਗੋਡੇ 'ਤੇ ਰੱਖ ਕੇ ਮੁੱਕੀ ਮਾਰ ਕੇ ਗੰਢਾ ਭੰਨ ਲੈਂਦੇ ਹਾਂ ਨਾ, ਇਸ ਤਰ੍ਹਾਂ ਗੰਢਾ ਭੰਨਿਆ, ਪ੍ਰਸ਼ਾਦਿਆਂ 'ਤੇ ਰੱਖ ਲਿਆ। ਇੰਨੇ ਨੂੰ ਬਿਜਲੀ ਚਮਕੀ ਅਸਮਾਨ ਵਿੱਚ। ਮਾਤਾ ਜੀ ਕੁਝ ਬੋਲੇ ਨਹੀਂ ਹਲੇ, ਅਸਮਾਨ ਵਿੱਚ ਬਿਜਲੀ ਚਮਕਦੀ ਹੈ। ਅਤੇ ਬਾਬਾ ਜੀ ਸਹਿਜ ਸੁਭਾਏ ਬੋਲਦੇ, ਮਾਤਾ ਜੀ ਘਰ ਵਿੱਚ ਸਾਹਿਬਜ਼ਾਦਾ ਆਏਗਾ, ਜਿਵੇਂ ਕਹਿੰਦੇ ਅਸੀਂ ਗੋਡੇ 'ਤੇ ਰੱਖ ਕੇ ਗੰਢਾ ਭੰਨਿਆ ਨਾ, ਇਸ ਤਰ੍ਹਾਂ ਜ਼ਾਲਮ ਲੋਕਾਂ ਦੇ ਸਿਰ ਭੰਨੇਗਾ। ਜਿਵੇਂ ਅਸਮਾਨ ਵਿੱਚ ਬਿਜਲੀ ਚਮਕਦੀ ਹੈ, ਇਸ ਤਰ੍ਹਾਂ ਉਹਦੀ ਤੇਜ਼ ਚਮਕੇਗੀ। ਜਿਸ ਤਰ੍ਹਾਂ ਬਿਜਲੀ ਚਮਕਦੀ, ਇਸ ਤੋਂ ਵੱਧ ਉਹਦਾ ਤੇਜ਼ ਪ੍ਰਤਾਪ ਹੋਏਗਾ। ਇਸ ਤਰ੍ਹਾਂ ਦੇ ਬਚਨ ਬੇਅੰਤ। ਮਾਤਾ ਨੇ ਨਹੀਂ ਕੁਝ ਮੰਗਿਆ ਜਾ ਕੇ ਹਲੇ, ਜਾਣੀ ਜਾਣ ਬਾਬਾ ਬੁੱਢਾ ਜੀ ਨੇ। ਕਵੀ ਸੰਤੋਖ ਸਿੰਘ ਜੀ ਇੱਥੇ ਹੋਰ ਵੀ ਬੜਾ ਸੋਹਣਾ ਬਚਨ ਲਿਖਦੇ ਨੇ, ਪ੍ਰਿੰਸੀਪਲ ਗੰਡਾ ਸਿੰਘ ਨੇ, ਪ੍ਰਿੰਸੀਪਲ ਸਤਵੀਰ ਸਿੰਘ ਨੇ, ਉਹਨਾਂ ਨੇ ਵੀ ਇਹ ਗੱਲਾਂ ਲਿਖੀਆਂ ਨੇ। ਸੰਤ ਬਾਬਾ ਗੁਰਬਚਨ ਸਿੰਘ ਜੀ ਖਾਲਸਾ ਜੀ ਭਿੰਡਰਾਂ ਵਾਲੇ ਮਹਾਂਪੁਰਖ ਹੀ ਪ੍ਰਚਾਰ ਕਰਿਆ ਕਰਦੇ ਸਨ ਕਿ ਭਾਈ ਅੱਜ ਵੀ ਜਿਨ੍ਹਾਂ ਦੇ ਘਰ ਔਲਾਦ ਨਹੀਂ ਨਾ ਹੈਗੇ, ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਦੱਸੇ ਤਰੀਕੇ ਮੁਤਾਬਕ ਅੱਜ ਵੀ ਕਿਸੇ ਪੁੱਤਰ ਦੀ ਇੱਛਾ ਰੱਖ ਕੇ ਬੀਬੀਆਂ ਇਸੇ ਤਰ੍ਹਾਂ ਕਰਨ, ਆਪਣੇ ਹੱਥੀਂ ਮਿੱਸੇ ਪ੍ਰਸ਼ਾਦੇ ਪਕਾ ਕੇ ਅੱਜ ਵੀ ਬਾਬਾ ਬੁੱਢਾ ਦੀ ਬੀੜ 'ਚ ਲਿਜਾ ਕੇ ਉਸੇ ਤਰ੍ਹਾਂ ਅਰਦਾਸ ਕਰਨ, ਬਾਬਾ ਜੀ ਦੇ ਚਰਨਾਂ 'ਚ ਜਾ ਕੇ ਅੱਜ ਵੀ ਉਹ ਦਾਤਾਂ ਧੰਨ ਗੁਰੂ ਗ੍ਰੰਥ ਸਾਹਿਬ ਜੀ ਬਖਸ਼ਦੇ ਨੇ। ਅੱਜ ਵੀ ਦਾਤਾਂ ਮਿਲਦੀਆਂ ਨੇ, ਬੇਅੰਤ ਭੀੜਾਂ ਲੱਗੀਆਂ ਹੁੰਦੀਆਂ। ਭਾਈ ਇਹ ਦਾਤ ਹੈ ਗੁਰੂ ਕੀ, ਜਿਹੜੀ ਨੁਖਟਣ ਵਾਲੀ ਨਹੀਂ, ਮੁੱਕਣ ਵਾਲੀ ਨਹੀਂ, ਇਹ ਦਾਤ ਹੈ। ਇਹ ਦਾਤ ਲੈ ਕੇ, ਖੁਸ਼ੀਆਂ ਲੈ ਕੇ, ਬਾਬਾ ਜੀ ਤੋਂ ਆਸ਼ੀਰਵਾਦ ਲੈ ਕੇ ਮਾਤਾ ਜੀ ਉਸੇ ਤਰ੍ਹਾਂ ਵਾਪਸ ਆਏ। ਬੜੀ ਪ੍ਰਸੰਨ ਹੈ ਮਾਤਾ ਜੀ ਵੀ ਸਤਿਗੁਰੂ ਨੇ ਕਿਰਪਾ ਕਰ ਦਿੱਤੀ, ਰਸਤਾ ਦਿਖਾ ਦਿੱਤਾ, ਬਾਬਾ ਬੁੱਢਾ ਜੀ ਨੇ ਬਖਸ਼ਿਸ਼ਾਂ ਦੇ ਦਿੱਤੀਆਂ, ਬਚਨ ਕਰ ਦਿੱਤੇ, ਹੁਣ ਅਵਸ਼ ਘਰ ਵਿੱਚ ਸਾਹਿਬਜ਼ਾਦਾ ਹੋਏਗਾ। ਸਾਧ ਸੰਗਤ ਜੀ, ਇਹ ਜਿਹੜੇ ਬਚਨ ਹੈ 1594 ਈਸਵੀ ਦੇ ਆ, ਜਦੋਂ ਇਹ ਬਚਨ ਕਹੇ। ਕੁਝ ਕਾਰਨਾਂ ਕਰਕੇ ਧੰਨ ਗੁਰੂ ਅਰਜਨ ਸਾਹਿਬ, ਗੁਰੂ ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਵਡਾਲੀ ਨਗਰ ਵਿੱਚ ਚਲੇ ਗਏ, ਪਰਿਵਾਰ ਸਮੇਤ, ਸਿੱਖਾਂ ਸੇਵਕਾਂ ਸਮੇਤ ਉੱਥੇ ਰਹਿਣ ਲੱਗ ਪਏ। ਸਾਲ ਇੱਕ ਬੀਤਿਆ ਹੈ ਅਤੇ ਇੱਥੇ ਬਾਬਾ ਬੁੱਢਾ ਜੀ ਦੇ ਬਚਨ, ਉਹਨਾਂ ਦਾ ਵਾਰ ਪੂਰਾ ਹੋਣ ਲੱਗਾ। 1595 ਈਸਵੀ ਨੂੰ ਬੁੱਧਵਾਰੇ ਵਾਲੇ ਦਿਨ ਸਤਿਗੁਰੂ ਪਾਤਸ਼ਾਹ ਜੀ ਦੇ
ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹੀ ਦੇ ਗ੍ਰਹਿ ਵੇਖੇ ਮਾਤਾ ਗੰਗਾ ਜੀ ਦੇ ਕੁੱਖੋਂ ਦਲ ਭੰਜਨ ਗੁਰਸੂਰਮਾ ਬੜ ਜੋਧਾ ਬਹੁ ਪਰ ਉਪਕਾਰੀ ਗੁਰੂ ਸਾਹਿਬ ਸੱਚੇ ਪਾਤਸ਼ਾਹੀ ਦਾ ਅਵਤਾਰ ਹੋਇਆ। ਜਦੋਂ ਅਵਤਾਰ ਹੋਇਆ ਤਾਂ ਗੁਰਸਿੱਖਾਂ ਨੇ ਵਧਾਈਆਂ ਦਿੱਤੀਆਂ। ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਸਤਿਗੁਰ ਸਾਚਾ ਦੀ ਹੈ ਭੇਜ ਚਿਰ ਜੀਵਨ ਉਪਜਿਆ ਸੰਯੋਗ ਬਚਨ ਗੁਰਬਾਣੀ ਵਿੱਚ ਦਰਜ ਨੇ। ਆਸਾ ਰਾਗ ਵਿੱਚ ਸਤਿਗੁਰੂ ਪਾਤਸ਼ਾਹ ਜੀ ਨੇ ਕਿਰਪਾ ਕੀਤੀ, ਜੰਮਿਆ ਪੂਤ ਭਗਤ ਗੋਬਿੰਦ ਕਾ ਪ੍ਰਗਟਿਆ ਸਭ ਮੈਂ ਲਿਖਿਆ ਧੁਰ ਕਾ, ਇਹ ਬਚਨ ਕੀਤੇ ਸਤਿਗੁਰੂ ਜੀ। ਜਦੋਂ ਇਹ ਬਚਨ ਕਹੇ ਸਨ ਸਤਿਗੁਰ ਸਾਚਾ ਦੀ ਹੈ ਭੇਜ ਚਿਰ ਜੀਵਨ ਉਪਜਿਆ ਸੰਯੋਗ, ਅਤੇ ਗੁਰੂ ਘਰ ਵਿੱਚ ਖੁਸ਼ੀਆਂ, ਗੁਰਸਿੱਖਾਂ ਵਿੱਚ ਖੁਸ਼ੀਆਂ ਕਿ ਸਤਿਗੁਰੂ ਪਾਤਸ਼ਾਹ ਜੀ ਨੇ ਚਿਰ ਜੀਵਨ ਦੀ ਦਾਤ ਵੀ ਦਿੱਤੀ ਆ, ਬਖਸ਼ਿਸ਼ ਕੀਤੀ ਆ। ਦੂਸਰੇ ਪਾਸੇ ਪ੍ਰਿਥੀ ਚੰਦ ਨੂੰ ਕੋਈ ਸ਼ਰਧਾ ਹੀ ਨਹੀਂ ਸੀ, ਕੋਈ ਭਰੋਸਾ ਹੀ ਨਹੀਂ ਸੀ। ਹੁਣ ਇੱਕ ਪਾਸੇ ਰੁਸ਼ਨਾਈਆਂ ਹੋ ਰਹੀਆਂ, ਗੁਰੂ ਘਰਾਂ ਦੇ ਵਿੱਚ ਖੁਸ਼ੀਆਂ ਹੋ ਰਹੀਆਂ ਨੇ, ਅਤੇ ਇੱਕ ਘਰ ਦੇ ਵਿੱਚ ਹਨੇਰਾ ਛਾ ਗਿਆ। ਉਹ ਮੀਣੇ ਪ੍ਰਥੀ ਦਾ ਘਰ ਸੀ ਜਿਹਦੇ ਘਰ ਵਿੱਚ ਹਨੇਰਾ ਛਾ ਗਿਆ, ਕਹਿੰਦਾ ਵੀ ਮੈਂ ਤਾਂ ਆਸਾਂ ਲਾ ਕੇ ਬੈਠਾ ਸੀ। ਗੱਲ ਇੱਥੇ ਮੁੱਕੀ ਨਹੀਂ, ਫਿਰ ਕਮੀਨਗੀ 'ਤੇ ਉੱਤਰ ਆਇਆ, ਕੁਝ ਜੀਆਂ ਹਰਕਤਾਂ 'ਤੇ ਉੱਤਰ ਆਇਆ। ਇਤਿਹਾਸ ਲਿਖਦਾ ਕਿ ਫਿਰ ਇੱਕ ਮਾਈ ਜਿਹੜੀ ਦਾਈ ਸੀ, ਪਹਿਲਾਂ ਦਾਂਜਾਂ ਬੱਚਿਆਂ ਨੂੰ ਖੜਾਉਂਦੀਆਂ ਸਨ, ਖੜਾਉਂਦੀਆਂ ਖੜਾਉਂਦੀਆਂ ਦੁੱਧ ਵੀ ਚਗਾ ਦਿੰਦੀਆਂ ਸਨ, ਅਤੇ ਇੱਕ ਮਾਈ ਜਿਹਦਾ ਨਾਮ ਸੋਭੀ ਵੀ ਆਉਂਦਾ, ਪਰ ਕਵੀ ਸੰਤੋਖ ਸਿੰਘ ਜੀ ਉਹਦਾ ਨਾਮ ਫੱਤੋ ਲਿਖਦੇ ਨੇ, ਬੀਬੀ ਫੱਤੋ ਸੀ। ਉਸ ਬੀਬੀ ਨੂੰ 500 ਰੁਪਈਏ ਦੇ ਲਾਲਚ ਦਿੱਤਾ ਕਿ ਤੂੰ ਆਪਣੇ ਅਸਥਰਾਂ ਨੂੰ ਜ਼ਹਿਰ ਲਵਾ ਕੇ ਜਾ, ਅਤੇ ਖਿਡਾਉਂਦੀ ਖਿਡਾਉਂਦੀ ਤੂੰ ਗੁਰੂ ਹਰਗੋਬਿੰਦ ਸਾਹਿਬ ਨੂੰ, ਬਾਲਕ ਨੂੰ, ਗੁਰੂ ਅਰਜਨ ਸਾਹਿਬ ਦੇ ਪੁੱਤਰ ਨੂੰ ਆਪਣਾ ਦੁੱਧ ਚੰਘਾਈ, ਅਤੇ ਇਸ ਤਰ੍ਹਾਂ ਨੂੰ ਜ਼ਹਿਰ ਲੱਗੀ ਹੋਣ ਕਾਰਨ ਆਪੇ ਉਹ ਪੂਰਾ ਹੋ ਜਾਏਗਾ, ਮਰ ਜਾਏਗਾ। ਉਹ ਗਈ ਅੰਮ੍ਰਿਤਸਰ ਸਾਹਿਬ ਤੋਂ ਬਡਾਲੀ ਗਈ, ਅਤੇ ਇੰਨੀ ਤਿੱਖੀ ਜ਼ਹਿਰ ਲਾਈ ਆਪਣੇ ਅਸਥਰਾਂ ਨੂੰ ਵੀ ਜੇ ਇੱਕ ਪਲ ਵਾਸਤੇ ਵੀ ਇਹ ਅਸਥਰ ਮੂੰਹ ਵਿੱਚ ਪਾਇਆ ਤਾਂ ਮੇਰਾ ਕੰਮ ਪੂਰਾ ਹੋ ਜਾਏ। ਪਰ ਸਾਧ ਸੰਗਤ, ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਫਰਮਾਇਆ ਹੋਇਆ ਇਹ ਬਚਨ ਬਾਣੀ ਦਾ, ਗੁਰਬਾਣੀ ਚਿਰ ਜੀਵਨ ਉਪਜਿਆ ਸੰਯੋਗ, ਉਹਨੂੰ ਕੌਣ ਮੇਟ ਸਕਦਾ, ਕੋਈ ਮੇਟ ਸਕਦਾ ਸੀ? ਜਦੋਂ ਆਪਣਾ ਦਾ ਲਾ ਕੇ ਉਸ ਬੀਬੀ ਸੋਭੀ ਨੇ, ਬੀਬੀ ਫੱਤੋ ਨੇ ਬਾਲਕ ਹਰਗੋਬਿੰਦ ਸਾਹਿਬ ਨੂੰ ਆਪਣੀ ਗੋਦੀ 'ਚ ਉਠਾਇਆ ਅਤੇ ਪਰਦਾ ਕਰਕੇ ਉਹਨੂੰ ਦੁੱਧ ਚੰਘਾਉਣਾ ਚਾਹਿਆ, ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਬਾਲਕ ਰੂਪ ਵਿੱਚ ਰੋਣ ਲੱਗ ਪਏ, ਦੁੱਧ ਚੁੰਘਿਆ ਨੇ। ਜਦੋਂ ਉੱਚੀ ਉੱਚੀ ਰੋਣ ਲੱਗੇ, ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਘਰ ਸਨ, ਪੁੱਛਿਆ ਕੀ ਗੱਲ ਹੈ, ਬਾਲਕ ਰੋਂਦਾ ਕਿਉਂ ਆ? ਪੁੱਛਣ ਦੀ ਡੇਰ ਸੀ, ਉਹ ਕੰਬ ਗਈ, ਡਰ ਗਈ, ਅਤੇ ਡਰਦੀ ਨੇ
ਆਪਣਾ ਪਾਪ ਦੱਸ ਦਿੱਤਾ, ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਮੈਨੂੰ ਬਖਸ਼ ਲਿਓ, ਮੈਂ ਤਾਂ ਬਹੁਤ ਅਨਰਥ ਕਰਨ ਵਾਸਤੇ ਆਈ ਸੀ, ਪ੍ਰਿਥੀਏ ਨੇ ਮੈਨੂੰ ਇੰਨੀ ਵੱਡੀ ਰਕਮ ਦਿੱਤੀ ਕਿ 500 ਰੁਪਇਆ ਤੈਨੂੰ ਦਿੱਤਾ ਜਾਏਗਾ, ਅਤੇ ਮੈਂ ਆਪਣੇ ਅਸਥਰਾਂ ਨੂੰ ਜ਼ਹਿਰ ਲਾ ਕੇ ਆ ਗਈ। ਸਤਿਗੁਰੂ ਨੇ ਫਿਰ ਵੀ ਕੁਝ ਕਿਹਾ ਨਹੀਂ, ਕਹਿੰਦੇ ਚਲੇ ਜਾ ਤੂੰ, ਇਹ ਕੰਮ ਨਹੀਂ ਤੈਨੂੰ ਕਰਨਾ ਚਾਹੀਦਾ ਸੀ। ਪਰ ਇਤਿਹਾਸਕਾਰ ਲਿਖਦੇ ਨੇ ਕਿ ਜ਼ਹਿਰ ਇੰਨਾ ਤੇਜ਼ ਸੀ ਕਿ ਉਸੇ ਜ਼ਹਿਰ ਦੇ ਕਾਰਨ ਬੀਬੀ ਫੱਤੋ ਮਰ ਗਈ, ਉਹ ਆਪ ਪੂਰੀ ਹੋ ਗਈ। ਜਦੋਂ ਇਹ ਵਾਰ ਖਾਲੀ ਗਿਆ, ਬੜਾ ਪਛਤਾਇਆ, ਪਛਤਾਉਂਦਾ ਰਹਿ ਗਿਆ। ਫਿਰ ਇੱਕ ਦੂਸਰਾ ਕਾਰਨ ਲੱਭਿਆ। ਇੱਕ ਦਿਨ ਪ੍ਰਿਥੀ ਦੇ ਘਰ ਵਿੱਚ ਇੱਕ ਸਪੇਰਾ ਜ਼ਹਿਰੀ ਸੱਪ ਲੈ ਕੇ ਆਇਆ, ਖੋਟੀ ਨੀਤ ਅਤੇ ਪੁੱਠੇ ਪਾਸੇ ਨੂੰ ਝੱਟ ਦਿਮਾਗ ਕੰਮ ਕਰਦਾ। ਫਿਰ ਮਨ ਕਹਿੰਦੇ ਬੁਰੇ ਕੰਮ ਕੋ ਉੱਠ ਖਲੋਇਆ, ਨਾਮਕ ਵੇਲਾ ਪੈ ਪੈ ਸੋਇਆ। ਕੰਮ ਬੁਰਾ ਸੋਚਿਆ, ਸਵੇਰੇ ਨੂੰ ਕਹਿੰਦਾ ਵੀ ਦੱਸ ਕਿੰਨਾ ਪੈਸਾ ਚਾਹੀਦਾ ਹੈ, ਤੂੰ ਇਹ ਸੱਪ ਗੁਰੂ ਅਰਜਨ ਸਾਹਿਬ ਦੇ ਘਰ ਵਿੱਚ ਛੱਡ ਦੇ। ਉਦੋਂ ਛੱਡੀ ਜਦੋਂ ਗੁਰੂ ਸਾਹਿਬ ਘਰ ਨਾ ਹੋਏ ਅਤੇ ਬੱਚੇ ਖੇਡਦੇ ਹੋਣਗੇ, ਅਤੇ ਇਹ ਸੱਪ ਜਦੋਂ ਲੜੇਗਾ ਤਾਂ ਹਰਗੋਬਿੰਦ ਰਾਏ ਪੂਰਾ ਹੋ ਜਾਏਗਾ। ਫਿਰ ਸਵੇਰਾ ਗਿਆ, ਘਰ ਵਿੱਚ ਸੱਪ ਛੱਡ ਦਿੱਤਾ, ਬੱਚੇ ਖੇਡ ਰਹੇ ਨੇ। ਜਦੋਂ ਉਹ ਸੱਪ ਗੁਰੂ ਹਰਗੋਬਿੰਦ ਸਾਹਿਬ ਬਾਲਕ ਰੂਪ ਵਿੱਚ ਨਹੀਂ ਹਲੇ, ਉਹਨਾਂ ਵੱਲ ਨੂੰ ਆਇਆ, ਕਵੀ ਸੰਤੋਖ ਸਿੰਘ ਨੇ ਬੜਾ ਇੱਥੇ ਸੋਹਣਾ ਜ਼ਿਕਰ ਕੀਤਾ, ਕਹਿੰਦੇ ਉਹ ਚਮਕੀਲਾ ਸਬਕ ਵੇਖ ਕੇ ਨਾ, ਪਤਾ ਨਹੀਂ ਵੀ ਸੱਪ ਹੈ, ਬੱਚੇ ਨੇ ਹਲੇ, ਕੋਈ ਚਮਕੀਲੀ ਚੀਜ਼ ਵੇਖ ਕੇ ਉਹਦੀ ਸਰੀਰ ਤੋਂ ਫੜ ਲਿਆ ਅਤੇ ਉਹਨੂੰ ਇਸ ਤਰ੍ਹਾਂ ਮਧੋਲਿਆ ਕਿ ਮਧੋਲ ਕੇ ਹੀ ਸੱਪ ਮਾਰ ਦਿੱਤਾ। ਅਤੇ ਉਦੋਂ ਤੱਕ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਵੀ ਦਲੀਜਾਂ ਟੱਪ ਕੇ ਘਰ ਆ ਗਏ, ਵੇਖਿਆ ਕਿ ਹੱਥ ਵਿੱਚ ਸੱਪ ਫੜਿਆ ਹੋਇਆ ਪਰ ਸੱਪ ਮਰ ਗਿਆ। ਇਹ ਵਾਰ ਵੀ ਖਾਲੀ ਗਿਆ। ਫਿਰ ਸੰਸਦ ਤੀਸਰਾ ਵਾਰ, ਇੱਕ ਦੁਨੀ ਚੰਦ ਦਾ ਬ੍ਰਾਹਮਣ, ਉਹਨੂੰ ਸੱਦਿਆ ਵੀ ਤੇਰੀ ਘਰੇ ਆਉਣੀ ਜਾਣੀ ਆਮ ਹੈ, ਤੂੰ ਗੁਰੂ ਅਰਜਨ ਸਾਹਿਬ ਦੇ ਘਰੇ ਜਾਂਦਾ ਹੀ ਰਹਿੰਦਾ, ਤੈਨੂੰ ਮੂੰਹ ਮੰਗਵਾਂ ਮੈਂ ਇਨਾਮ ਦੇਵਾਂਗਾ, ਤੂੰ ਆਪਣੇ ਹੱਥੀਂ ਦਹੀਂ ਚ ਘੋਲ ਕੇ ਨਾ, ਕਦੇ ਕਦੇ ਉਹ ਦਹੀਂ ਛੁਕਾ ਦਿੰਦਾ ਸੀ ਬੱਚਿਆਂ ਨੂੰ ਘਰ ਵਿੱਚ ਜਾ ਕੇ, ਜਿੰਨੇ ਖੇਡਦੇ ਉਹਨਾਂ ਨੂੰ ਵੀ, ਗੁਰੂ ਸਾਹਿਬ ਦੇ ਸਾਹਿਬਜ਼ਾਦੇ ਨੂੰ ਵੀ, ਅਤੇ ਉਸ ਦਹੀਂ 'ਚ ਜ਼ਹਿਰ ਮਿਲਾ ਦੀ। ਹੁਣ ਲਾਲਚ ਵੱਸ ਦੁਨੀ ਚੰਦ ਵੀ ਘਰੇ ਚਲੇ ਗਿਆ, ਪਰ ਜਦੋਂ ਗੁਰੂ ਸਾਹਿਬ ਨੂੰ ਉਹ ਦਹੀਂ ਛਕਾਉਣਾ ਚਾਹੇ ਮਹਾਰਾਜ ਛਕਣ ਨਾ, ਜਦੋਂ ਜ਼ਬਰਦਸਤੀ ਕਰੇ ਮਹਾਰਾਜ ਰੋਣ ਲੱਗ ਪੈਣ, ਬੱਚੇ ਸੀ। ਅਤੇ ਮਾਤਾ ਗੰਗਾ ਜੀ ਨੇ ਪੁੱਛਿਆ ਕੀ ਗੱਲ ਹੋਈ, ਇਹ ਤਾਂ ਰੋਂਦੇ ਨਹੀਂ, ਉੱਚੀ ਕਿਉਂ ਰੋਂਦੇ ਨੇ? ਅਤੇ ਉਹਨੇ ਕਿਹਾ ਵੀ ਇਹ ਗੱਲ ਹੁਣ ਮੇਰੇ ਹੱਥੋਂ ਨਿਕਲ ਜਾਣੀ ਆ ਅਤੇ ਸਭ ਨੂੰ ਪਤਾ ਲੱਗ ਜਾਣਾ। ਦੋ ਗੱਲਾਂ ਇਤਿਹਾਸਕਾਰ ਲਿਖਦੇ ਨੇ, ਮੈਂ ਇੱਕ ਦੀ ਬੇਨਤੀ ਕਰਾਂ ਕਿ ਉਹ ਦਹੀਂ ਵਾਲਾ ਕੌਲਾ ਥੱਲੇ ਰੱਖ ਦਿੱਤਾ ਅਤੇ ਉਹ ਦਹੀਂ ਇੱਕ ਕੁੱਤੇ ਨੇ ਖਾ ਲਿਆ। ਉੱਧਰੋਂ ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਆਪ
ਗੁਰੂ ਗਰੀਬ ਨਿਵਾਜ ਘਰ ਵਿੱਚ ਆਏ, ਬ੍ਰਾਹਮਣ ਵੀ ਖੜਾ ਹੈ ਅਤੇ ਕੁੱਤਾ ਦਹੀਂ ਖਾ ਕੇ ਮਰ ਗਿਆ। ਸਤਿਗੁਰੂ ਪਾਤਸ਼ਾਹ ਜੀ ਨੇ ਉਹਦਾ ਵੀ ਉਧਾਰ ਕਰਨਾ ਹੋਣਾ ਜੀਵ ਦਾ, ਪਰ ਇੱਥੇ ਸ਼ਬਦ ਉਚਾਰਿਆ, ਲੇਪ ਨਾ ਲਾਗਾ ਤਿਲਕਾ ਮੂਲ, ਦੁਸ਼ਟ ਬ੍ਰਾਹਮਣ ਮੂਆ ਹੋਏ ਕੈ ਸੂਲ। ਕਹਿੰਦੇ ਐਸੀ ਉਹਦੇ ਪੇਟ ਵਿੱਚ ਦਰਦ ਹੋਇਆ ਬ੍ਰਾਹਮਣ ਦੇ ਕਿ ਆਪਣੇ ਦਰਦ ਕਾਰਨ ਹੀ ਮਰ ਗਿਆ। ਇਹ ਤਿੰਨ ਵਾਰ ਇੰਨੀ ਭੈੜੀ ਹਰਕਤ ਕੀਤੀ ਪਿਰਥੀਏ ਨੇ, ਪਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਵਾਲ ਵੀ ਉਂਗਾ ਨਹੀਂ ਕਰ ਸਕੇ। ਪਰ ਆਪਦੀਆਂ ਕੁਟਲ ਚਾਲਾਂ ਤੋਂ ਬਾਜ ਨਹੀਂ ਆਇਆ, ਉਸੇ ਤਰ੍ਹਾਂ ਰਿਹਾ। ਅਤੇ ਸਾਧ ਸਿੰਘ ਜੀ, ਸਤਿਗੁਰੂ ਪਾਤਸ਼ਾਹ ਜੀ ਨੇ ਜਦੋਂ ਸਾਹਿਬਜ਼ਾਦੇ ਹਲੇ 10 ਸਾਲ ਦੇ ਸਨ, ਉਹਨਾਂ ਸਮਿਆਂ ਵਿੱਚ ਬੱਚਿਆਂ ਦੇ ਵਿਆਹ ਛੋਟੀ ਉਮਰ ਵਿੱਚ ਕਰ ਦਿੰਦੇ ਅਤੇ ਮੁਕਲਾਵੇ ਬਾਅਦ ਵਿੱਚ ਹੁੰਦੇ। ਇਹ ਤਾਂ ਸਾਡੇ ਵੇਖਣ 'ਚ, ਸਾਡੇ ਬਜ਼ੁਰਗਾਂ ਦੇ ਵੇਖਣ 'ਚ ਤੱਕ ਵੀ ਇਹ ਰਵਾਇਤ ਚੱਲਦੀ ਰਹੀ। ਸਾਧ ਸੰਗਤ ਜੀ, ਉੱਧਰੋਂ ਜੋ ਚੰਦੂ ਸੀ ਜਹਾਂਗੀਰ ਦਾ ਵਜ਼ੀਰ, ਇਹਨੇ ਕੁਝ ਲਾਗੀ ਲੋਕ ਭੇਜੇ ਕਿ ਜਾਓ ਮੇਰੀ ਬੱਚੀ ਦਾ, ਮੇਰੀ ਲੜਕੀ ਦਾ ਰਿਸ਼ਤਾ ਕਰਕੇ ਆਓ। ਇਹ ਪੰਜਾਬ ਵਿੱਚ ਆਏ, ਚੰਗੇ ਚੰਗੇ ਘਰ ਵੇਖੇ, ਸਭ ਨੇ ਦੱਸ ਪਾਈ ਵੀ ਇਸ ਵੇਲੇ ਜਿਹੜੀ ਚੜ੍ਹਤ ਹੈ ਨਾ, ਉਹ ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਦਰ 'ਤੇ ਦੂਰ ਦਰੇਡਿਆਂ ਤੋਂ, ਕਾਬਲ ਕੰਧਾਰ ਤੋਂ, ਪਿਸ਼ਾਵਰ ਤੋਂ, ਅਸਾਮ ਤੋਂ ਸੰਗਤਾਂ ਜੱਥੇ ਬਣਾ ਬਣਾ ਕੇ ਆਉਂਦੀਆਂ ਨੇ, ਕੀਰਤੀ ਕਰਦੀਆਂ ਨੇ। ਅਤੇ ਉਹਨਾਂ ਦੇ ਘਰ ਬੜਾ ਸੁੰਦਰ ਸਾਹਿਬਜ਼ਾਦਾ ਹੈ, ਇਹ ਰਿਸ਼ਤਾ ਉੱਥੇ ਕਰ ਦੇਣਾ ਚਾਹੀਦਾ। ਸਤਿਗੁਰੂ ਪਾਤਸ਼ਾਹ ਜੀ ਨੂੰ ਬੇਨਤੀ ਕੀਤੀ, ਇਹ ਜਦੋਂ ਰਿਸ਼ਤਾ ਪ੍ਰਵਾਨ ਕਰ ਲਿਆ, ਕਰਕੇ ਚਲੇ ਗਏ ਵੀ ਹੁਣ ਚੰਦੂ ਨੂੰ ਦੱਸਾਂਗੇ ਜਾ ਕੇ। ਜਦੋਂ ਚੰਦੂ ਨੂੰ ਦੱਸਿਆ, ਚੰਦੂ ਹੁਣ ਸੋਚਦਾ ਕਿ ਮੈਂ ਰਾਜ ਮਹਿਲਾਂ ਵਿੱਚ ਰਹਿਣ ਵਾਲਾ ਦੀਵਾਨ ਹਾਂ, ਅਤੇ ਗੁਰੂ ਘਰ ਨੂੰ ਜਿਹੜੇ ਰਾਜ ਮਹਿਲਾਂ ਦੇ ਸੁਪਨੇ ਹੁੰਦੇ ਨਾ, ਉਹ ਬੜੇ ਭੈੜੇ ਹੁੰਦੇ। ਸਾਧ ਸਿੰਘ ਜੀ, ਉਹਨੇ ਗੁਰੂ ਘਰ ਨੂੰ ਸਮਝਿਆ ਵੀ ਇਹ ਫਕੀਰਾਂ ਦਾ ਘਰ ਹੈ, ਇੱਕ ਫਕੀਰਾਂ ਦੇ ਘਰੇ ਇੱਕ ਰਾਜ ਮਹਿਲਾਂ 'ਚ ਰਹਿਣ ਵਾਲੀ ਬੱਚੀ ਦਾ ਰਿਸ਼ਤਾ ਕਰਿਆਂ ਦਾ ਬੜੀ ਮਾੜੀ ਗੱਲ ਕੀਤੀ। ਇਤਿਹਾਸ 'ਚ ਆਉਂਦਾ ਕਿ ਇੱਥੋਂ ਤੱਕ ਬਚਨ ਕਹਿ ਦਿੱਤੇ ਕਿ ਤਾਂ ਸੁੰਦਰ ਚੁਬਾਰੇ ਦੀ ਇੱਟ ਸੀ ਜਿਹੜੀ ਤੁਸੀਂ ਮੋਰੀ ਨੂੰ ਲਾ ਆਏ, ਨਾਲੀ ਨੂੰ ਲਾ ਆਏ। ਸਾਧ ਸੰਗਤ, ਇਹ ਗੱਲ ਦਿੱਲੀ ਦੀਆਂ ਸੰਗਤਾਂ ਤੱਕ ਪਹੁੰਚ ਗਈ। ਸੰਗਤਾਂ ਨੇ ਇਸ ਗੱਲ ਦਾ ਬੁਰਾ ਮਨਾਇਆ ਵੀ ਚੰਦੂ ਨੂੰ ਇਹ ਗੱਲ ਕਹਿਣ ਦਾ ਕੋਈ ਅਧਿਕਾਰ ਹੀ ਨਹੀਂ ਹੈ, ਆਪਣੇ ਆਪ ਨੂੰ ਉੱਚਾ ਸਮਝ ਅਤੇ ਗੁਰੂ ਘਰ ਨੂੰ ਨੀਵਾਂ। ਇੱਕ ਚਿੱਠੀ ਲਿਖੀ, ਸਿੱਖ ਭੇਜੇ, ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਬੈਠੇ ਨੇ ਦੀਵਾਨ ਲਾ ਕੇ। ਦੀਵਾਨ ਦੇ ਵਿੱਚ ਚਿੱਠੀ ਪਹੁੰਚੀ, ਸੰਗਤ ਨੇ ਸਾਹਮਣੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਪੜ੍ਹੀ, ਜਿਸ ਵਿੱਚ ਲਿਖਿਆ ਹੋਇਆ, ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ, ਗੁਰੂ ਨਾਨਕ ਦਾ ਘਰ ਬੜਾ ਵੱਡਾ ਹੈ। ਅਤੇ ਆਹ ਗੱਲਾਂ ਦਿੱਲੀ ਦੇ ਵਿੱਚ ਸੁਣੀਆਂ ਕਿ ਚੰਦੂ ਨੇ ਬੜੇ ਮਾੜੇ ਬਚਨ ਕਹੇ ਨੇ। ਸੰਗਤ ਦੀ ਬੇਨਤੀ ਹੈ ਕਿ ਤੁਸੀਂ ਇਸ
ਚੰਦੂ ਦੇ ਨਾਲ ਰਿਸ਼ਤਾ ਨਾ ਜੋੜ। ਹੁਣ ਸੰਗਤ ਦੀ ਲਿਖੀ ਹੋਈ ਪੱਤਰਿਕਾ ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜਿਹੜੇ ਸੰਗਤ ਨੂੰ ਇੰਨੀ ਵਡਿਆਈ ਦਿੰਦੇ ਅਤੇ ਉਹ ਕਿਉਂ ਨਾ ਪ੍ਰਵਾਨ ਕਰਦੇ ਭਾਈ? ਉਹਨਾਂ ਨੇ ਪ੍ਰਵਾਨ ਕਰ ਲਈ ਗੱਲ ਕਿ ਦੱਸੋ ਭਾਈ ਕੀ ਕਰਨਾ ਚਾਹੀਦਾ। ਕਹਿੰਦੇ ਮਹਾਰਾਜ ਸੰਗਤ ਦੀ ਬੇਨਤੀ ਹੈ, ਇਹਨੂੰ ਪ੍ਰਵਾਨ ਕਰੋ ਅਤੇ ਸਹਿਜ ਸੁਭਾਅ ਵਿੱਚ ਬੈਠੇ ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ ਚਲੋ ਭਾਈ ਇਹ ਸੰਗਤ ਦੀ ਬੇਨਤੀ ਪ੍ਰਵਾਨ। ਪਰ ਹੁਣੇ ਕੋਈ ਗੁਰੂ ਕਾ ਸਿੱਖ ਸ਼ਰਧਾ ਭਾਵਨਾ ਵਾਲਾ ਕੋਈ ਰਿਸ਼ਤਾ ਜੋੜੇ ਸਾਡੇ ਨਾਲ ਤਾਂ ਕਿ ਆਪਾਂ ਇਹ ਕੰਮ ਹੀ ਮੁਕਾ ਦਈਏ, ਚੰਦੂ ਨੂੰ ਪਤਾ ਲੱਗ ਜਾਵੇ ਵੀ ਸਾਡਾ ਰਸਤਾ ਛੱਡਿਆ ਹੀ ਨਹੀਂ, ਹੋਰ ਰਸਤਾ ਲੈ ਵੀ ਲਿਆ। ਅਤੇ ਉੱਥੇ ਇੱਕ ਗੁਰੂ ਕਾ ਸਿੱਖ ਨਾਰਾਇਣ ਦਾਸ ਉਹ ਬੈਠਾ ਸੀ, ਉਹ ਖੜਾ ਹੋਇਆ, ਗਲ ਵਿੱਚ ਪੱਲਾ ਪਾਇਆ, ਹੱਥ ਜੋੜੇ, ਗੁਰੂ ਗਰੀਬ ਨਿਵਾਜ ਮੇਰੇ 'ਤੇ ਕਰੋ ਕਿਰਪਾ, ਮੇਰੀ ਬੱਚੀ ਵਰ ਦੇ ਯੋਗ ਹੈ ਅਤੇ ਮੈਂ ਹਰਗੋਬਿੰਦ ਦੇ ਨਾਲ ਉਸ ਬੱਚੀ ਦਾ ਰਿਸ਼ਤਾ ਕਰਨ ਵਾਸਤੇ ਤਿਆਰ ਹਾਂ, ਮੇਰਾ ਰਿਸ਼ਤਾ ਪ੍ਰਵਾਨ ਕਰੋ, ਪਰ ਮੈਂ ਗਰੀਬ ਹਾਂ ਸਤਿਗੁਰੂ ਜੀ। ਮਹਾਰਾਜ ਕਹਿੰਦੇ ਗੁਰੂ ਕੇ ਸਿੱਖ ਵੀ ਗਰੀਬ ਹੁੰਦੇ ਨੇ, ਤੇਰੇ ਪਾਸ ਸਿੱਖੀ ਹੈ, ਤੇਰੇ ਪਾਸ ਸ਼ਰਧਾ ਹੈ, ਤੇਰੇ ਪਾਸ ਗੁਰੂ ਨਾਨਕ ਦਾ ਆਸਰਾ ਹੈ, ਤੂੰ ਕਿੱਥੋਂ ਗਰੀਬ ਆ। ਉਸੇ ਵੇਲੇ ਰਿਸ਼ਤਾ ਪ੍ਰਵਾਨ ਕਰ ਲਿਆ ਸਾਧ ਸਿੰਘ ਜੀ ਉਹਦੀ ਬੀਬੀ ਦਮੋਦਰੀ ਦਾ, ਰਿਸ਼ਤਾ ਪ੍ਰਵਾਨ ਕਰਕੇ ਉਸੇ ਵੇਲੇ ਸਗਾਈ ਕਰ ਦਿੱਤੀ ਅਤੇ ਖਬਰਾਂ ਪਹੁੰਚ ਗਈਆਂ ਦਿੱਲੀ। ਚੰਦੂ ਨੂੰ ਪਤਾ ਲੱਗਾ ਕਿ ਮੇਰਾ ਰਿਸ਼ਤਾ ਛੱਡਦਾ ਸੜ ਬਲ ਗਿਆ, ਕਿ ਇੰਨੀ ਹਿੰਮਤ, ਮੈਨੂੰ ਸਮਝਿਆ ਹੀ ਕੁਛ ਨਹੀਂ, ਮੈਨੂੰ ਦੱਸਿਆ ਹੀ ਕੁਝ ਨਹੀਂ, ਮੇਰਾ ਰਿਸ਼ਤਾ ਹੀ ਠੁਕਰਾ ਦਿੱਤਾ ਅਤੇ ਪਹਿਲਾਂ ਸਭ ਗੱਲਾਂ ਭੁੱਲ ਗਿਆ ਜਿਹੜੀਆਂ ਆਪ ਕੀਤੀਆਂ ਸੀ, ਕਮੀਨੀਆਂ ਗੱਲਾਂ ਜਿਹੜੀਆਂ ਘਨੌਣੀਆਂ ਗੱਲਾਂ ਆਪ ਕੀਤੀਆਂ ਸੀ ਉਹ ਭੁੱਲ ਗਿਆ ਵੀ ਤੁਸੀਂ ਫਕੀਰਾਂ ਦੇ ਘਰ ਰਿਸ਼ਤਾ ਕਰਿਆ ਹੈ। ਇੱਦੂ ਵੀ ਭੈੜੇ ਲਫ਼ਜ਼ ਕਹੇ ਪਰ ਸਾਧ ਸੰਗਤ ਮਨ ਵਿੱਚ ਈਰਖਾ ਦੀ ਅੱਗ ਬਲ ਗਈ ਕਿ ਮੈਂ ਇਹਦਾ ਬਦਲਾ ਲਵਾਂਗਾ। ਇਹਦਾ ਬਦਲਾ ਲੈਣ ਵਾਸਤੇ ਸਤਿਗੁਰੂ ਜੀ ਨੂੰ ਇਹਦਾ ਹਰਜਾਨਾ ਚੁਕਾਉਣਾ ਪਵੇਗਾ, ਹਾਲੇ ਵੀ ਹੰਕਾਰ ਵਿੱਚ ਹੈ। ਅਤੇ ਸਾਧ ਸਿੰਘ ਜੀ ਫਿਰ ਸਰਕਾਰੇ ਦਰਬਾਰੇ ਕਈ ਤਰ੍ਹਾਂ ਦੀਆਂ ਲੁੱਤੀਆਂ ਲਾਈਆਂ, ਕੂੰਜਾਂ ਲਾਈਆਂ ਵੀ ਜਿਹੜੀ ਗੁਰੂ ਅਰਜਨ ਸਾਹਿਬ ਜੀ ਨੇ ਬਾਣੀ ਰਚੀ ਹੈ ਨਾ, ਇਹ ਇਸਲਾਮ ਦੇ ਖਿਲਾਫ ਹੈ, ਇਹਦਾ ਨਿਰਣਾ ਕਰਨਾ ਚਾਹੀਦਾ। ਅਤੇ ਬਾਦਸ਼ਾਹ ਜਹਾਂਗੀਰ ਨੇ ਕੁਝ ਸਿੱਖਾਂ ਦੀ ਡਿਊਟੀ, ਕੁਝ ਆਪਦੇ ਬੰਦੇ ਦੀ ਡਿਊਟੀ ਲਾਈ ਵੀ ਜਾਓ ਪਤਾ ਕਰੋ। ਸਾਧ ਸਿੰਘ ਜੀ ਬਾਬਾ ਬੁੱਢਾ ਜੀ ਦੀ ਡਿਊਟੀ ਧੰਨ ਗੁਰੂ ਅਰਜਨ ਸਾਹਿਬ ਜੀ ਨੇ ਲਾਈ ਅਤੇ ਜਦੋਂ ਕੁਝ ਮੁਲਾਣਿਆਂ ਨੇ, ਕੁਝ ਕਾਜ਼ੀਆਂ ਨੇ ਵੇਖਣਾ ਚਾਹਿਆ ਵੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ, ਗੁਰਬਾਣੀ ਵਿੱਚ ਇਸਲਾਮ ਦੇ ਖਿਲਾਫ ਕੀ ਆ, ਅਤੇ ਬਾਬਾ ਬੁੱਢਾ ਜੀ ਨੂੰ ਕਿਹਾ ਗਿਆ ਬਾਬਾ ਜੀ ਤੁਸੀਂ ਸਹਿਜ ਸੁਭਾਏ ਉੱਥੇ ਪ੍ਰਕਾਸ਼ ਕਰੋ ਅਤੇ ਸਾਨੂੰ ਬਾਣੀ ਸੁਣਾਓ। ਬਾਬਾ ਜੀ ਕਹਿੰਦੇ ਆ ਜਾਓ ਭਾਈ।
ਇਹ ਪੋਥੀ ਐਂ ਤਾਂ ਹੈ ਨਹੀਂ ਮੈਂ ਵੀ ਜਿੱਥੇ ਮਰਜ਼ੀ ਲਿਆਵਾਂ ਐਂ ਤਾਂ ਚੰਦੋਆ ਲੱਗੇਗਾ, ਵਿਛਾਈ ਹੋਵੇਗੀ, ਉੱਥੇ ਜਾ ਕੇ ਮਰਜ਼ਾਦਾ ਦੇ ਮੁਤਾਬਕ ਇਹਦਾ ਪ੍ਰਕਾਸ਼ ਹੋਵੇਗਾ, ਐਵੇਂ ਕੀਤਾ ਗਿਆ। ਪਰ ਜਦੋਂ ਪੋਥੀ ਸਾਹਿਬ ਪ੍ਰਕਾਸ਼ ਕੀਤੀ, ਹੁਕਮਨਾਮਾ ਲਿਆ, ਹੁਕਮਨਾਮਾ ਕੀ ਆਇਆ? ਅਵਲੇ ਅੱਲਾ ਨੂਰ ਪਾਇਆ ਕੁਦਰਤ ਕੇ ਸਭ ਬੰਦੇ, ਝੁੱਕ ਗਏ ਸਭ ਵੀ ਹੈ। ਕੁਰਾਨ ਸ਼ਰੀਫ ਕਹਿੰਦੀ ਹੈ ਕਿ ਕੁਦਰਤ ਨੇ ਜਿਹੜੀ ਖੁਦਾਈ ਪੈਦਾ ਕੀਤੀ ਹੈ ਉਹ ਨੂਰ ਤੋਂ ਕੀਤੀ ਹੈ, ਪ੍ਰਕਾਸ਼ ਤੋਂ ਕੀਤੀ ਹੈ। ਅਤੇ ਧੰਨ ਗੁਰੂ ਅਰਜਨ ਸਾਹਿਬ ਦੀ ਬਾਣੀ ਦੇ ਵਿੱਚ ਵੀ ਲਿਖਿਆ ਹੋਇਆ, ਅਵਲੇ ਅੱਲਾ ਨੂਰ ਪਾਇਆ ਕੁਦਰਤ ਕੇ ਸਭ ਬੰਦੇ, ਏਕ ਨੂਰ 'ਤੇ ਸਭ ਜਗ ਉਪਜਿਆ, ਕੌਣ ਭਲੇ ਕੋ ਮੰਦੇ, ਕੋਈ ਕੌਣ ਮੰਦਾ ਕੌਣ ਚੰਗਾ, ਇਹ ਤਾਂ ਉਹਦੇ ਨੂਰ ਤੋਂ, ਉਹਦੇ ਪ੍ਰਕਾਸ਼ ਤੋਂ ਪੈਦਾ ਹੋਏ ਆ। ਮਾਨੇ ਕਿ ਮਨ ਤੂੰ ਜੋਤ ਸਰੂਪ ਹੈ, ਜਿੱਥੇ ਆਪਦਾ ਵੀ ਮਾਨੇ ਲਿਖਿਆ, ਜੋਤ ਰੂਪ ਹਰ ਆਪ ਗੁਰੂ ਨਾਨਕ ਕਹਾਇਓ, ਤਤ ਅੰਗਦ ਭਇਓ ਤਤ ਸਿਓ ਤਤ ਮਿਲਾਇਓ। ਇਹ ਜੋਤ ਹੈ, ਨੂਰ ਹੈ, ਇਸ ਨੂਰ ਤੋਂ ਹੀ ਸਾਰੀ ਦੁਨੀਆ ਪੈਦਾ ਹੋਈ ਹੈ। ਉਹ ਕਹਿੰਦੇ ਨਹੀਂ, ਗੁਰੂ ਗ੍ਰੰਥ ਸਾਹਿਬ ਦੀ ਬਾਣੀ 'ਚ ਕੁਝ ਗਲਤ ਨਹੀਂ ਲਿਖੇ, ਅਤੇ ਜਿਹਨੂੰ ਗਲਤ ਕਿਹਾ ਸੀ ਉਹ ਵੀ ਜਾ ਕੇ ਬਾਬਾ ਫਰੀਦ ਦੀ ਬਾਣੀ ਪੜ੍ਹੀ, ਅਤੇ ਉੱਥੇ ਆਇਆ ਫਰੀਦਾ ਬੇਨਵਾਜਾ ਕੁੱਤਿਆ, ਇਹ ਨਾ ਭਲੀ ਰੀਤ ਕਭੀ ਚੱਲਣਾ ਆਇਆ, ਪੰਜੇ ਵਕਤ ਮਸੀਤ। ਕਹਿੰਦੇ ਵੀ ਇਦੋਂ ਉੱਪਰ ਕੀ ਲਿਖ ਸਕਦੇ, ਕੀ ਹਦਾਇਤ ਕਰ ਸਕਦੇ ਇਸਲਾਮ ਨੂੰ, ਵੀ ਜਿਹੜਾ ਇਸਲਾਮੀ ਨਹੀਂ, ਜਿਹੜਾ ਨਮਾਜ਼ੀ ਨਹੀਂ, ਮਸਜਿਦ ਜਾਣ ਵਾਲਾ ਹੀ ਨਹੀਂ, ਅਤੇ ਉਹਦੀ ਜੂਨ ਤਾਂ ਕੁੱਤਿਆਂ ਵਰਗੀ ਹੋਣੀ ਚਾਹੀਦੀ ਹੈ। ਅਤੇ ਮਹਾਰਾਜ ਨੇ ਇਕੱਲੇ ਇਸਲਾਮ ਨੂੰ ਨਹੀਂ ਕਿਹਾ, ਸਾਨੂੰ ਵੀ ਕਿਹਾ, ਕਰਤੂਤ ਪਸ਼ੂ ਕੀ ਮਾਨਸ ਜਾਤ, ਲੋਕ ਵਿਚਾਰਾ ਕਰੇ ਦਿਨ ਰਾਤ। ਕਹਿੰਦੇ ਜੀ ਅਸੀਂ ਵੀ ਪਰਮਾਤਮਾ ਨੂੰ ਮੰਨਦੇ ਨਹੀਂ, ਨਾਮ ਸਿਮਰਦੇ ਨਹੀਂ, ਸੇਵਾ ਕਰਦੇ ਨਹੀਂ, ਅੰਮ੍ਰਿਤ ਵੇਲੇ ਉੱਠਦੇ ਹੀ ਨਹੀਂ, ਅਤੇ ਫਿਰ ਸਾਡਾ ਕਲਬੂਤ ਹੈ ਮਨੁੱਖ ਦਾ, ਕਰਤੂਤ ਨਹੀਂ। ਰਹੋ ਵਿਚਾਰ, ਜਦੋਂ ਗੱਲ ਇੱਥੇ ਆ ਗਈ ਫਿਰ ਕਹਿੰਦੇ ਵੀ ਨਹੀਂ, ਇਹ ਤਾਂ ਗੱਲ ਬਣੀ ਨਾ। ਅਤੇ ਚੰਦੂ 'ਤੇ ਬੜਾ ਸ਼ੈਤਾਨ ਦਿਮਾਗ ਸੀ ਨਾ, ਉਹ ਕਹਿੰਦਾ ਗੁਰੂ ਸਾਹਿਬ ਨੂੰ ਸੱਦ ਕੇ ਪੁੱਛ ਲਓ, ਉਹਨੂੰ ਮਤਲਬ ਸੀ ਕਿ ਇੱਕ ਵਾਰੀ ਗੁਰੂ ਸਾਹਿਬ ਦਰਬਾਰ 'ਚ ਆ ਕੇ ਮੇਰੇ ਹੱਥ ਆ ਜਾਣ, ਅਤੇ ਫਿਰ ਮਨ ਮਰਜ਼ੀ ਮੈਂ ਕਰਾਂਗਾ। ਜਹਾਂਗੀਰ ਕਹਿੰਦਾ ਸੱਦ ਲਓ। ਹੁਣ ਜਦੋਂ ਐਦਗੀ ਆਏ ਤਾਂ ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਨੂੰ ਕੋਈ ਭੁੱਲ ਸੀ? ਕੋਈ ਭੁੱਲ ਨਹੀਂ ਸੀ। ਜਦੋਂ ਐਦਗੀ ਆਏ ਕਿ ਮਹਾਰਾਜ ਤੁਹਾਨੂੰ ਲਾਹੌਰ ਸੱਦਿਆ, ਮਹਾਰਾਜ ਕਹਿੰਦੇ ਕੋਈ ਨਹੀਂ ਭਾਈ ਚੱਲਾਂਗੇ। ਬਾਬਾ ਬੁੱਢਾ ਜੀ ਨੂੰ ਸੱਦਿਆ, ਕਹਿੰਦੇ ਬੁੱਢਾ ਜੀ ਅੰਮ੍ਰਿਤ ਵੇਲੇ ਸਾਹਿਬਜ਼ਾਦੇ ਨੂੰ ਗੁਰਤਾ ਗੱਦੀ ਦੇਣੀ, ਅੰਮ੍ਰਿਤ ਵੇਲੇ ਗੁਰਤਾ ਗੱਦੀ ਦੇਣੀ ਆ, ਅਤੇ ਤੂੰ ਇਸ ਤਰ੍ਹਾਂ ਕਰੀ, ਜਦੋਂ ਕੋਠਾ ਸਾਹਿਬ ਵਿਖੇ ਉੱਥੇ ਪ੍ਰਕਾਸ਼ ਕਰਕੇ ਗੁਰਬਾਣੀ ਦਾ ਪ੍ਰਕਾਸ਼ ਕਰਨਾ, ਕੜਾਹ ਪ੍ਰਸ਼ਾਦ ਦੀ ਦੇਗ ਤਿਆਰ ਕਰਨੀ ਆ, ਅਤੇ ਤੂੰ ਤਾਂ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਗੁਰਤਾ ਗੱਦੀ ਦੇ ਤਿਲਕ ਬਾਬਾ ਜੀ ਦਿੰਦਾ ਹੀ ਆਇਆ, ਤੈਨੂੰ ਸਾਰੀ ਸਮੱਗਰੀ ਦਾ ਪਤਾ, ਸਾਰੀ ਸਮੱਗਰੀ ਤਿਆਰ ਕਰਨੀ, ਨਾਲ ਭਾਈ ਗੁਰਦਾਸ ਨੂੰ ਲੈ ਲਈ, ਭਾਈ ਵਿਧੀ ਚੰਦ ਨੂੰ ਲੈ ਲਈ, ਸਾਰੇ ਸਿੱਖ ਨਾਲ ਲਏ। ਇਤਿਹਾਸ 'ਤੇ ਇਹ ਵੀ ਲੈਂਦਾ, ਭਾਈ ਜੇਠਾ ਜੀ, ਭਾਈ ਲੰਗਾਹਾ ਜੀ, ਭਾਈ ਕਲਿਆਣਾ ਜੀ, ਭਾਈ ਪੁਰਾਣਾ ਜੀ, ਇਹ ਸਾਰੇ ਗੁਰੂ ਕੇ ਸਿੱਖ ਇਕੱਤਰ ਹੋਏ, ਅਤੇ ਇਸ ਦਰਬਾਰ ਵਿੱਚ ਸਤਿਗੁਰੂ ਪਾਤਸ਼ਾਹ ਜੀ ਨੇ
ਇੱਕ ਗੱਲ ਸਾਧ ਸੰਗਤ ਜੀ ਬਹੁਤ ਧਿਆਨ ਨਾਲ ਸਮਝਣ ਵਾਲੀ ਆ ਵੀ ਅਸਲੀਅਤ ਕੀ ਆ। ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਆਏ, ਗੁਰਬਾਣੀ ਨੂੰ ਮੱਥਾ ਟੇਕਿਆ, ਸਮੱਗਰੀ ਤਿਆਰ ਹੈ। ਸਮੱਗਰੀ ਤਿਆਰ ਕਰਕੇ, ਸਮੱਗਰੀ ਕੀ ਹੈ? ਪੰਜ ਪੈਸੇ ਨੇ, ਨਾਲੀਅਰ ਹੈ, ਉਹ ਥਾਲ ਵਿੱਚ ਪਿਆ ਹੈ, ਢੱਕਿਆ ਹੋਇਆ। ਹੁਣ ਗੁਰਤਾਗਤ ਦੀ ਕੀ ਆ? ਵੱਖ ਵੱਖ ਸਮਿਆਂ 'ਤੇ ਇਹਦਾ ਇਤਿਹਾਸ ਦਾ ਬੜਾ ਜ਼ਿਕਰ ਕੀਤਾ, ਕਵੀ ਸੰਤੋਖ ਸਿੰਘ ਨੇ, ਗਿਆਨੀ ਗਿਆਨ ਸਿੰਘ ਨੇ, ਹੋਰ ਵਿਦਵਾਨਾਂ ਨੇ ਬੜਾ ਕੀਤਾ। ਇਹ ਕੀ ਆ? ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਆਪਣੇ ਹੀ ਸਾਹਿਬਜ਼ਾਦੇ, ਜਿਹੜੇ ਹਾਲੇ ਉਮਰ ਬੜੀ ਛੋਟੀ ਆ, ਸਤਿਸੰਗ ਜੀ ਹਾਲੇ 11.25 ਸਾਲ ਦੀ ਉਮਰ ਹੈ, ਉਹਨਾਂ ਦੀਆਂ 3 ਪ੍ਰਕਰਮਾਂ ਕੀਤੀਆਂ ਸਤਿਗੁਰੂ ਜੀ ਨੇ। ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਆਪ ਦੀਨ ਦੁਨੀਆ ਦੇ ਮਾਲਕ ਨੇ, ਜਿਹਨੂੰ ਭੱਟਾਂ ਨੇ ਕਿਹਾ ਕਿ ਆਪ ਰੱਬ ਸੀ। ਧੰਨ ਗੁਰੂ ਅਰਜਨ ਸਾਹਿਬ ਗੁਰੇ ਅਰਜਨ ਪ੍ਰਤੱਖ ਹਰ, ਉਸ ਧੰਨ ਗੁਰੂ ਅਰਜਨ ਸਾਹਿਬ ਗੁਰੂ ਗਰੀਬ ਨਿਵਾਜ ਨੇ 3 ਪ੍ਰਕਰਮਾਂ ਕੀਤੀਆਂ, ਅਤੇ 3 ਪ੍ਰਕਰਮਾਂ ਕਰਕੇ ਫਿਰ ਸੀਸ ਝੁਕਾ ਕੇ ਜਿਹੜੀ ਆਪਣੇ ਅੰਦਰ ਦੀ ਜੋਤ ਸੀ ਗੁਰੂ ਨਾਨਕ ਸਾਹਿਬ ਦੀ, ਉਹ ਜੋਤ ਅਸਥਿਤ ਕਰ ਦਿੱਤੀ ਗੁਰੂ ਹਰਗੋਬਿੰਦ ਸਾਹਿਬ 'ਚ। ਅਸਲ ਸ਼ਕਤੀ ਉਹ ਜੋਤ ਹੈ, ਅਸਲ ਗੁਰੂ ਕੌਣ ਹੈ? ਉਹ ਜੋਤ ਹੈ, ਜਿਹੜੀ ਜੋਤ ਅੱਜ ਧੰਨ ਗੁਰੂ ਗ੍ਰੰਥ ਸਾਹਿਬ ਵਿੱਚ। ਸਾਧ ਸੰਗਤ, ਇਹ ਜੋਤ, ਕਿਉਂਕਿ ਜਿਹਨੂੰ ਕਿਹਾ ਸੀ ਨਾ ਜੋਤ ਰੂਪ ਹਰਿ ਆਪ ਗੁਰੂ ਨਾਨਕ ਕਹਾਇਆ, ਉਹ ਜੋਤ ਨੇ ਕਹਾਇਆ ਸੀ, ਵਿਅਕਤੀ ਨੇ ਨਹੀਂ ਸੀ ਕਹਾਇਆ। ਅਤੇ ਮਹਾਰਾਜ ਨੇ ਉਹ ਜੋਤ ਜਿਹੜੀ ਸੀ ਉਹ ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ 'ਚ ਰੱਖ ਕੇ ਸੀਸ ਝੁਕਾ ਦਿੱਤਾ। ਬਾਬਾ ਬੁੱਢਾ ਜੀ ਨੂੰ ਪਤਾ ਸੀ ਵੀ ਇਹੀ ਰਿਵਾਜ ਹੈ, ਇਹੀ ਰੀਤੀ ਹੈ, ਇਹੀ ਮਰਜ਼ਾਦਾ ਹੈ। ਖੁਸ਼ੀਆਂ ਮਨਾਈਆਂ, ਦੇਗਾਂ ਵੰਡੀਆਂ ਗਈਆਂ। ਪਰ ਸਵਾਲ ਇੱਕ ਹੋਇਆ ਕਿ ਮਹਾਰਾਜ ਜੀ, ਆਪ ਜੀ ਤਾਂ ਲਾਹੌਰ ਚੱਲੇ ਹੋ ਅਤੇ ਆਪ ਜੀ ਨੇ ਵਾਪਸ ਆ ਹੀ ਜਾਣਾ। ਮਹਾਰਾਜ ਕਹਿੰਦੇ, ਲੱਗਦਾ ਭਾਈ ਸਮੇਂ ਦੇ ਹਾਲਾਤ ਇਹੋ ਜਿਹੇ ਨਜ਼ਰ ਆਉਂਦੇ ਨੇ, ਜਾਣੀ ਜਾਣ ਸਤਿਗੁਰੂ ਘੱਟ ਘੱਟ ਕੇ ਅੰਤਰ ਕੀ ਜਾਣ ਅਤੇ ਭਲੇ ਬੁਰੇ ਕੀ ਪੀਰ ਪਛਾਣ ਤਾਂ ਸਭ ਜਾਣਦੇ ਨੇ ਪਰ ਪ੍ਰਗਟ ਨਹੀਂ ਕਰਦੇ। ਕਹਿੰਦੇ ਹਾਲਾਤ ਇਸ ਤਰ੍ਹਾਂ ਦੇ ਲੱਗਦੇ ਨੇ ਕਿ ਸਿਰਫ ਜਾਣਾ ਹੀ ਹੈ ਅਤੇ ਉੱਥੋਂ ਆਉਣਾ ਨਹੀਂ, ਹਾਲਾਤ ਇਸ ਤਰ੍ਹਾਂ ਦੇ ਨੇ। ਇਸ ਕਰਕੇ ਅਤੇ ਫਿਰ ਸਾਹਿਬਜ਼ਾਦੇ ਨੂੰ ਮੁਖਾਤਬ ਹੋ ਕੇ ਸਤਿਗੁਰੂ ਪਾਤਸ਼ਾਹ ਜੀ ਨੇ ਕੁਝ, ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਅਗਲੇ ਉਪਦੇਸ਼ ਬਖਸ਼ਿਸ਼ ਕੀਤੇ ਕਿ ਸਾਹਿਬਜ਼ਾਦਾ ਲਾਲ ਜੀ, ਜੇ ਜ਼ਾਲਮ ਲੋਕ ਸਬਰ ਦੇ ਨਾਲ ਸਬਰ ਕੀਤਿਆਂ ਜ਼ੁਲਮ ਸਹਿੰਦਿਆਂ ਨਾ ਭਤੀਜਣ ਤਾਂ ਫਿਰ ਸਬਰ ਹੋਰ ਨਹੀਂ ਕਰਨਾ ਚਾਹੀਦਾ। ਹੁਣ ਸਮਾਂ ਆਏਗਾ, ਮੈਨੂੰ ਲਾਹੌਰ ਸੱਦਿਆ, ਹੁਣ ਜਿੰਨਾ ਵੀ ਜ਼ੁਲਮ ਹੋਏਗਾ ਮੈਂ ਸਬਰ ਦੇ ਨਾਲ ਉਹਦਾ ਮੁਕਾਬਲਾ ਕਰਾਂਗਾ, ਹਰ ਪੱਖ ਤੋਂ ਕਰਾਂਗਾ। ਪਰ ਜਦੋਂ ਤੁਸੀਂ ਸਭ ਕੁਝ ਵੇਖ ਲਿਆ, ਉਹਦੇ ਤੋਂ ਬਾਅਦ ਇਹਨਾਂ ਜ਼ਾਲਮਾਂ ਨੂੰ ਸੋਧਣ ਵਾਸਤੇ ਤਿਆਰੀ ਕਰਨੀ ਚਾਹੀਦੀ ਹੈ। ਅਤੇ ਇੱਥੇ ਪਹਿਲੇ ਹੀ ਦਿਨ ਜਦੋਂ ਗੁਰਤਾਗਤ ਦੀ ਬਖਸ਼ਿਸ਼ ਕੀਤੀ ਗਈ, ਬਾਬਾ ਬੁੱਢਾ ਜੀ ਨੂੰ ਪਹਿਲਾਂ ਹੀ ਹੁਕਮ ਸੀ ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਕਿ ਨਾਲ ਜਿੱਥੇ ਤਿਲਕ ਦਿੰਦੇ ਹਾਂ, ਜਿੱਥੇ ਨਾਲੀਅਰ ਦਿੰਦੇ ਹਾਂ, ਪੰਜ ਪੈਸੇ ਦਿੰਦੇ ਹਾਂ, ਅੱਜ ਸ੍ਰੀ ਸਾਹਿਬ ਵੀ ਪਾਈ ਜਾਏਗੀ, ਇੱਕ ਨਹੀਂ ਬਲਕਿ 2 ਪਾਈਆਂ ਜਾਣਗੀਆਂ। ਕਈਆਂ ਇਤਿਹਾਸਕਾਰਾਂ ਨੇ ਲਿਖਿਆ ਕਿ ਗਲਤੀ ਨਾਲ ਬਾਬਾ ਬੁੱਢਾ ਜੀ ਨੇ
ਦੂਜੇ ਪਾਸੇ ਕਿਰਪਾਨ ਪਾ ਦਿੱਤੀ, ਕਿਹਾ ਬਾਬਾ ਜੀ ਉਲਟ ਪੈ ਗਈ, ਕਹਿੰਦੇ ਪਾਈ ਰਹਿਣ ਦਿਓ, ਹੋਰ ਲਿਆਓ, ਰਹੋ ਵਿਚਾਰ। ਪਰ ਨਹੀਂ, ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਦਾ ਹੁਕਮ ਸੀ, ਮੀਰੀ ਪੀਰੀ ਦੇ ਮਾਲਕ ਬਣਾਉਣਾ ਸੀ, ਇਸ ਵਾਸਤੇ ਦੋ ਤਲਵਾਰਾਂ ਪਹਿਨਾ ਕੇ ਗੁਰਤਾ ਗੱਦੀ ਦਿੱਤੀ। ਸਤਿਸੰਗ ਜੀ, ਸਤਿਗੁਰੂ ਪਾਤਸ਼ਾਹ ਜੀ ਨੇ ਇਹ ਗੁਰਤਾ ਗੱਦੀ 1606 ਈਸਵੀ ਨੂੰ, ਜਦੋਂ ਮਹਾਰਾਜ ਦੀ ਉਮਰ ਹਲੇ 10.5-11 ਸਾਲ ਦੀ, ਉਦੋਂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਗੁਰਤਾ ਗੱਦੀ ਦੇ ਕੇ ਅਤੇ ਨਾਲ ਹਦਾਇਤਾਂ ਕਰਤੀਆਂ, ਲਾਲ ਜੀ ਅੱਜ ਤਖਤਾਂ ਦੇ ਉੱਪਰੋਂ ਸਾਨੂੰ ਇਲਹਾਮ ਹੁੰਦੇ ਨੇ, ਫਤਵੇ ਜਾਰੀ ਹੁੰਦੇ ਨੇ, ਇਹਨਾਂ ਤਖਤਾਂ ਦਾ ਮੁਕਾਬਲਾ ਕਰਨ ਵਾਸਤੇ ਅਸੀਂ ਇੱਕ ਰੱਬੀ ਤਖਤ ਬਣਾਉਣਾ ਹੈ, ਜਿਹਦਾ ਨਾਮ ਹੋਏਗਾ ਅਕਾਲ ਤਖਤ। ਅਕਾਲ ਤਖਤ ਦੀ ਸਿਰਜਣਾ ਕਰਨੀ ਹੈ। ਪਤਾ ਲੱਗਿਆ ਕਿ 10 ਫੁੱਟ ਦੇ ਤਖਤ ਬਣਦੇ ਨੇ, ਪਰ ਜਿਹੜਾ ਅਕਾਲ ਦਾ ਤਖਤ ਹੋਵੇਗਾ ਇਹ 2 ਫੁੱਟ ਉੱਚਾ ਰੱਖਿਓ। ਸਾਧ ਸੰਗਤ, ਜਿਹੜਾ ਇਹ ਤਖਤ ਬਣਿਆ ਇਹ 12 ਫੁੱਟ ਦਾ ਬਣਿਆ, 12 ਫੁੱਟ ਦਾ। ਵਕਤ ਨਹੀਂ ਕਿ ਮੈਂ ਸ਼ਹੀਦੀ ਵਾਲੇ ਪਾਸੇ ਜਾਵਾਂ। ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਦੀ ਸ਼ਹੀਦੀ ਹੋਈ, ਕੌਣ ਸੀ ਨਾਲ? ਸਤਿਸੰਗ ਜੀ, ਪਿੱਛੇ ਛੱਡ ਕੇ ਬਾਬਾ ਬੁੱਢਾ ਜੀ, ਭਾਈ ਗੁਰਦਾਸ ਜੀ, ਭਾਈ ਬਹਿਲੋ ਜੀ, ਭਾਈ ਸਾਲੋ ਜੀ ਅਤੇ ਭਾਈ ਕਲਿਆਣਾ ਜੀ, ਇਹ 5 ਸਿੱਖ ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਸਾਰਾ ਕਾਰੋਬਾਰ ਸਾਂਭਣ ਵਾਸਤੇ ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਇਹਨਾਂ ਕੋਲ ਛੱਡ ਗਏ। ਅਤੇ ਜਿਹੜੇ ਸਤਿਗੁਰੂ ਦੇ ਨਾਲ ਸਿੱਖ ਗਏ 5, ਉਹਨਾਂ ਵਿੱਚ ਬਾਬਾ ਬਿਧੀ ਚੰਦ ਜੀ, ਭਾਈ ਜੇਠਾ ਜੀ, ਭਾਈ ਪ੍ਰਾਣਾ ਜੀ, ਭਾਈ ਲੰਗਾਹਾ ਜੀ, ਇਹ 5 ਸਿੰਘ ਸਤਿਗੁਰੂ ਦੇ ਨਾਲ ਲਾਹੌਰ ਗਏ। ਰੋ ਵਿਚਾਰ, ਸ਼ਹਾਦਤ ਹੋ ਗਈ, ਸਤਿਗੁਰੂ ਪਾਤਸ਼ਾਹ ਜੀ ਨੇ ਤਖਤ ਦੀ ਰਚਨਾ ਕੀਤੀ। ਤਖਤ ਦੀ ਰਚਨਾ ਕਰਕੇ ਹੁਣ ਸਤਿਗੁਰੂ ਪਾਤਸ਼ਾਹ ਜੀ ਹਲੇ, ਮੈਂ ਇੱਥੇ ਬੇਨਤੀ ਕਰਾਂ, ਗੁਰਤਾ ਗੱਦੀ ਦੀ ਜੋਤ 8 ਸਾਲ ਦੀ ਉਮਰ ਵਿੱਚ ਵੀ ਆਈ ਅਤੇ ਗੁਰਤਾ ਗੱਦੀ ਦੀ ਜੋਤ 72 ਸਾਲ ਦੀ ਉਮਰ ਵਿੱਚ ਵੀ ਆਈ। ਇਹ ਸਰੀਰ ਦਾ ਸੰਬੰਧ ਨਹੀਂ, ਇਹ ਜੋਤ ਦਾ ਸੰਬੰਧ ਹੈ। ਜਿੱਥੇ ਜੋਤ ਜਾਗ ਗਈ ਸਾਧ ਸੰਗਤ, ਉਹ ਫਿਰ ਜੋਤ ਫੈਸਲੇ ਲੈਂਦੀ ਹੈ। ਗੁਰੂ ਨੇ ਫੈਸਲਾ ਲਿਆ, ਤਖਤ ਦੀ ਰਚਨਾ ਹੋਈ ਅਤੇ ਤਖਤ ਤੋਂ ਫਿਰ ਹੁਕਮ ਜਾਰੀ ਹੋਏ। ਮੀਰੀ ਪੀਰੀ ਦੇ ਮਾਲਕ ਨੇ ਹੁਕਮ ਕੀਤੇ ਕਿ ਗੁਰੂ ਨਾਨਕ ਦੇ ਦਰ 'ਤੇ ਜਿਹੜਾ ਵੀ ਗੁਰੂ ਸਿੱਖ ਸੁਗਾਤਾਂ ਲੈ ਕੇ ਆਵੇ, ਉਹਨਾਂ ਨੂੰ ਪਹਿਲ ਦੇਵੇ ਕਿ ਇੱਥੇ ਸੋਹਣੇ ਸ਼ਾਸਤਰ, ਸੋਹਣੇ ਘੋੜੇ ਅਤੇ ਜਿਹੜੇ ਗੁਰੂ ਕੇ ਸਿੱਖਾਂ ਵਿੱਚੋਂ ਸੋਹਣੀਆਂ ਜਵਾਨੀਆਂ ਵਾਰਨ ਵਾਸਤੇ, ਗੁਰੂ ਨੂੰ ਨਿਸ਼ਾਵਰ ਕਰਨ ਵਾਸਤੇ ਇੱਥੇ ਪੁੱਜਣਗੇ, ਉਹਨਾਂ ਨੂੰ ਵੀ ਛਾਤੀ ਨਾਲ ਲਾਇਆ ਜਾਏਗਾ। ਸਤਿਸੰਗ ਜੀ, ਗੁਰੂ ਦਾ ਹੁਕਮ, ਤੜਾ ਤੜ ਗੁਰੂ ਕੇ ਨੌਜਵਾਨ ਸੂਰਬੀਰ ਯੋਧੇ ਬਹਾਦਰ ਮਹਾਰਾਜ ਸੱਚੇ ਪਾਤਸ਼ਾਹੀ ਦਰ 'ਤੇ ਆਉਣ ਲੱਗੇ। ਮਹਾਰਾਜ, ਸਾਡਾ ਸਰੀਰ ਹਾਜ਼ਰ ਹੈ, ਸਾਨੂੰ ਚਾਹੋ ਪਹਾੜ ਨਾਲ ਟਕਰਾ ਦਿਓ, ਅਸੀਂ ਆਪ ਜੀ ਦੇ ਹੁਕਮ ਵਿੱਚ ਰਵਾਂਗੇ। ਇਹੋ ਜਿਹੇ ਨੌਜਵਾਨ 500 ਸੰਬੰਧ ਗੁਰੂ ਕੇ ਸਿੱਖਾਂ ਦਾ ਜੱਥਾ ਤਿਆਰ ਹੋ ਗਿਆ, ਫੌਜ ਤਿਆਰ ਹੋ ਗਈ, ਸਤਿਗੁਰੂ ਜੀ ਨੇ ਨਗਾਰਾ ਬਣਾਇਆ, ਨਗਾਰਾ ਬਣ ਗਿਆ। ਅਤੇ ਹੁਣ ਬਾਬਾ ਬੁੱਢਾ ਜੀ ਨੂੰ ਕਹਿੰਦੇ ਨੇ, ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ, ਕਹਿੰਦੇ ਕਿਲ੍ਹਾ ਬਣਾਉਣਾ, ਕਿਲ੍ਹਾ। ਅੱਛਾ,
1609 ਦੇ ਵਿੱਚ ਕਿਲ੍ਹਾ ਸ਼ੁਰੂ ਕੀਤਾ, ਕਿਲ੍ਹਾ ਲੋਹਗੜ੍ਹ ਜਿਹੜਾ ਅੰਮ੍ਰਿਤਸਰ ਦੇ ਵਿੱਚ ਇੱਕੋ ਹੀ ਕਿਲ੍ਹਾ, ਸਾਧ ਸੰਗਤ ਕਿਲ੍ਹਾ ਬਣਾਇਆ। ਬੜੀ ਜਲਦੀ ਦੂਰੋਂ ਦਰੇਡਿਆਂ ਤੋਂ ਰਾਜ ਮਿਸਤਰੀ ਸੱਦ ਕੇ ਮਹਾਰਾਜ ਨੇ ਬੜਾ ਸੁੰਦਰ ਢੁੱਕਵੀਂ ਥਾਂ 'ਤੇ ਕਿਲ੍ਹਾ ਬਣਾਇਆ। ਅਤੇ ਜਦੋਂ ਕਿਲ੍ਹਾ ਬਣ ਗਿਆ, ਸਿੱਖਾਂ ਦੇ ਹੌਸਲੇ ਬੁਲੰਦ ਹੋ ਗਏ ਕਿ ਸਤਿਗੁਰੂ ਪਾਤਸ਼ਾਹ ਜੀ ਨੇ ਹੁਣ ਸ਼ਸਤਰ, ਘੋੜੇ, ਨਗਾਰੇ, ਤੀਰ ਅੰਦਾਜ਼ੀਆਂ, ਗੱਤਕੇਬਾਜ਼ੀ, ਫੌਜਾਂ, ਅਤੇ ਕਿਲ੍ਹਾ ਵੀ ਬਣ ਗਿਆ। ਹੁਣ ਮਹਾਰਾਜ ਜਦੋਂ ਵੀ ਹੁਕਮ ਕਰਨ ਤਾਂ ਅਸੀਂ ਜ਼ਾਲਮਾਂ ਨਾਲ ਦੋ ਹੱਥ ਕਰਨ ਵਾਸਤੇ ਹਮੇਸ਼ਾ ਤਿਆਰ ਰਹਾਂਗੇ। ਸਾਧ ਸਿੰਘ ਜੀ, ਦੂਸਰੇ ਪਾਸੇ ਪਿਰਥੀਏ ਦੀ ਅੱਗ ਵੀ ਹਲੇ ਬੁਝੀ ਨਹੀਂ, ਜੋ ਈਰਖਾ ਦੀ ਅੱਗ ਮੱਚੀ ਹੋਈ ਹੈ ਨਾ, ਉਹ ਬੁਝੀ ਨਹੀਂ। ਉਹ ਤਾਂ ਆਪਣੀ ਧੁੰਨ ਦੇ ਵਿੱਚ ਲੱਗਾ ਹੋਇਆ ਵੀ ਮੈਂ ਤਾਂ ਬਦਲਾ ਲੈਣਾ, ਪਰ ਸਾਧ ਸੰਗਤ ਇਹਦੀਆਂ ਮਨ 'ਚ ਹੀ ਰਹਿਣੀਆਂ। ਆਪਾਂ ਕੱਲ੍ਹ ਨੂੰ ਕੁਝ ਬੇਨਤੀਆਂ ਕਰਾਂਗੇ, ਪਰ ਸਤਿਗੁਰੂ ਪਾਤਸ਼ਾਹ ਜੀ ਜਦੋਂ ਇੱਥੋਂ ਤੱਕ ਆਏ ਨਾ, ਇਹ ਤੋਂ ਪਹਿਲਾਂ ਫਿਰ ਜਹਾਂਗੀਰ ਨੂੰ ਕਿਹਾ ਜਾਂਦਾ ਹੈ, ਇਤਿਹਾਸ ਕਹਿੰਦਾ ਕਿ ਜਹਾਂਗੀਰ ਸਖ਼ਤ ਬਿਮਾਰ ਹੈ ਅਤੇ ਬੜੇ ਬੜੇ ਹਕੀਮ ਸੱਦੇ ਹੋਏ ਨੇ। ਸੱਦੇ ਹੋਏ ਹਕੀਮਾਂ ਨੂੰ ਹੁਣ ਜਿਹੜੇ ਨਾਲ ਦੇ ਹੁੰਦੇ ਆ ਨਾ ਸਲਾਹਕਾਰ, ਇਹ ਚੰਗੀਆਂ ਸਲਾਹਾਂ ਦੇ ਕੇ ਕਿਸੇ ਨੂੰ ਨੇਕ ਇਨਸਾਨ ਵੀ ਬਣਾ ਦਿੰਦੇ ਨੇ ਅਤੇ ਕਿਸੇ ਨੂੰ ਪੁੱਠੀਆਂ ਸਲਾਹਾਂ ਦੇ ਕੇ ਗਰਕ ਵੀ ਕਰ ਦਿੰਦੇ ਨੇ। ਹੁਣ ਜਹਾਂਗੀਰ ਨੂੰ ਸਲਾਹ ਦਿੱਤੀ ਕਿ ਗੁਰੂ ਨਾਨਕ ਦਾ ਦਰ ਬੜਾ ਵੱਡਾ ਹੈ, ਇੱਕ ਪਾਸੇ ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਨੂੰ ਸ਼ਹੀਦ ਕਰ ਚੁੱਕੇ ਨੇ, ਦੂਸਰੇ ਪਾਸੇ ਉਹ ਦੂਸਰਾ ਦਾਅ ਖੇਡਣ ਵਾਸਤੇ ਕਹਿੰਦੇ ਗੁਰੂ ਨਾਨਕ ਦਾ ਦਰ ਬੜਾ ਵੱਡਾ ਹੈ, ਜੇ ਗੁਰੂ ਹਰਗੋਬਿੰਦ ਸਾਹਿਬ ਤੁਹਾਡੇ ਵਾਸਤੇ 45 ਦਿਨ ਸਵਾ ਮਹੀਨਾ ਜਾਪ ਕਰ ਦੇਣ ਕਿਤੇ ਇਕਾਂਤ ਬੈਠ ਕੇ, ਅਤੇ ਉਹਦਾ ਪ੍ਰਬੰਧ ਮੈਂ ਕਰ ਦਿੰਦਾ ਅਤੇ ਤੁਹਾਡੀ ਸਾੜ ਸਤੀ ਟਲ ਜਾਏਗੀ, ਤੁਹਾਨੂੰ ਕੁਝ ਵੀ ਨਹੀਂ ਹੋਏਗਾ। ਅਤੇ ਉਹ ਕਹਿੰਦੇ ਬੁਲਾ ਲਓ ਉਹਨਾਂ ਨੂੰ, ਕੋਈ ਗੱਲ ਨਹੀਂ। ਕਿੱਥੇ ਬੁਲਾਓਗੇ? ਕਹਿੰਦੇ ਗਵਾਲੀਅਰ, ਬੜੀ ਇਕਾਂਤ ਜਗ੍ਹਾ ਹੈ, ਗਵਾਲੀਅਰ ਦੇ ਕਿਲ੍ਹੇ ਦੀ ਸਾਫ਼ ਸਫਾਈ ਕਰਦੇ ਹਾਂ, ਉੱਥੇ ਗੁਰੂ ਦੇ ਰਹਿਣ ਦਾ ਪ੍ਰਬੰਧ ਕੀਤਾ ਜਾਵੇਗਾ, ਉੱਥੇ ਉਹ ਭਜਨ ਬੰਦਗੀ ਕਰਨਗੇ, ਤੁਹਾਡੀ ਸਾੜ ਸਤੀ ਟਲ ਜਾਏਗੀ। ਅਸਲ ਵਿੱਚ ਪਿਰਥੀਏ ਦੀ ਕੁਟਲ ਚਾਲ ਸੀ ਕਿ ਇੱਥੇ ਗਵਾਲੀਅਰ ਦੇ ਕਿਲ੍ਹੇ 'ਚ ਬੰਦ ਕਰਕੇ, ਕੈਦ ਕਰਕੇ ਗੁਰੂ ਨੂੰ ਹਮੇਸ਼ਾ ਵਾਸਤੇ ਇੱਥੇ ਹੀ ਖਤਮ ਕਰ ਦਿੱਤਾ ਜਾਏ, ਇੱਕ ਹੋਰ ਚਾਲ ਸੀ। ਇਸੇ ਤਰ੍ਹਾਂ ਹੋਇਆ, ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਦੇ ਪਾਸ ਜਦੋਂ ਸੁਨੇਹਾ ਪਹੁੰਚਿਆ ਕਿ ਆਹ ਹੁਕਮ ਆਇਆ ਦਿੱਲੀ ਦੇ ਬਾਦਸ਼ਾਹ ਦਾ, ਮਹਾਰਾਜ ਕਹਿੰਦੇ ਕੋਈ ਗੱਲ ਨਹੀਂ, ਇਹ ਦੁਨਿਆਵੀ ਪਾਤਸ਼ਾਹੀਆਂ ਨੇ, ਇਹਦੇ ਉੱਪਰ ਇੱਕ ਹੋਰ ਮਾਲਕ ਬੈਠਾ ਜਿਹੜਾ ਖੁਦਾ ਮਾਲਕ ਹੈ, ਜਿਹਨੂੰ ਮੰਨਦੇ ਨਹੀਂ, ਜਿਹਨੂੰ ਭੁੱਲੀ ਬੈਠੇ ਨੇ। ਅਤੇ ਸਤਿਗੁਰੂ ਗੁਰਸਿੱਖਾਂ ਨੂੰ ਕਹਿੰਦੇ ਬਾਬਾ ਬੁੱਢਾ ਜੀ, ਇਹ ਸਾੜ ਸਤੀ ਜਹਾਂਗੀਰ 'ਤੇ ਨਹੀਂ, ਇਹ ਸਾੜ ਸਤੀ ਚੰਦੂ 'ਤੇ ਆਈ ਲੱਗਦੀ ਆ, ਤੁਸੀਂ ਘਬਰਾਇਓ ਨਾ, ਜਿਹੜੇ ਚੰਦੂ ਨੇ ਪਾਪ ਕੀਤੇ ਨੇ ਉਹ ਸਾੜ ਸਤੀ ਉਤਾਰਾਂਗੇ, ਵਹਿੰਦੇ ਜਾਇਓ। ਪਰ ਗੁਰੂ ਸਾਹਿਬ ਨੂੰ ਹਲੇ ਹਲੇ ਬਾਬਾ ਬੁੱਢਾ ਜੀ ਨੂੰ, ਭਾਈ ਗੁਰਦਾਸ ਜੀ ਨੂੰ, ਇਹਨਾਂ ਗੁਰਸਿੱਖਾਂ ਨੂੰ ਨਹੀਂ ਪਤਾ ਕਿ ਕੈਦ ਵਿੱਚ, ਗਵਾਲੀਅਰ ਵਿੱਚ ਕੈਦ ਕਰ ਲਿਆ ਜਾਏਗਾ ਗੁਰੂ ਨੂੰ। ਸਤਿਗੁਰੂ ਜੀ ਦਿੱਲੀ ਗਏ,
ਅਤੇ ਚੰਦੂ ਨੇ ਜੋ ਪਹਿਲਾਂ ਹੀ ਪ੍ਰਬੰਧ ਕੀਤੇ ਸੀ ਉੱਥੋਂ ਗਵਾਲੀਅਰ ਦੇ ਕਿਲੇ 'ਚ ਬੰਦ ਕਿਹਾ ਕਿ ਸਿਰਫ ਸਵਾ ਮਹੀਨਾ ਤੁਸੀਂ ਇੱਥੇ ਰਹਿ ਕੇ ਸਿਮਰਨ ਕਰਨਾ ਹੈ। ਜਹਾਂਗੀਰ ਦੀ ਸਿਹਤਯਾਬੀ ਵਾਸਤੇ ਯਤਨ ਕਰਨੇ ਨੇ, ਮਹਾਰਾਜ ਤਾਂ ਜਾਣੀ ਜਾਣ ਸਨ, ਅਤੇ ਉੱਥੇ ਪਹਿਲਾਂ ਹੀ 52 ਰਾਜੇ ਵੱਖ ਵੱਖ ਰਿਆਸਤਾਂ ਦੇ ਰਾਜੇ ਪਹਿਲਾਂ ਹੀ ਕੈਦ ਕੀਤੇ ਹੋਏ ਸਨ, ਜਿਨ੍ਹਾਂ 'ਚੋਂ ਬਹੁਤ ਸਾਰੇ ਬਿਮਾਰ ਸਨ, ਕੁਝ ਮਾਨਸਿਕ ਤੌਰ 'ਤੇ ਪਰੇਸ਼ਾਨ ਸਨ। ਪਰ ਜਦੋਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਦੀਵਾਨ ਸਜਾਏ, ਬਾਣੀ ਸੁਣਾਈ, ਬਹੁਤ ਨਿਹਾਲ ਹੋਏ, ਉਹਨਾਂ ਨੇ ਸੋਚਿਆ ਕਿ ਸਾਡੇ ਵਾਸਤੇ ਤਾਂ ਰੱਬ ਖੁਦਾ ਗਵਾਲੀਅਰ ਦੇ ਕਿਲੇ 'ਚ ਸਾਡੇ ਵਾਸਤੇ ਹੀ ਆਇਆ। ਉਹਨਾਂ ਦਾ ਖਾਣ ਪੀਣ ਸੁਧਰਿਆ, ਉਹਨਾਂ ਦਾ ਰਹਿਣ ਸੁਧਰਿਆ, ਸਤਸੰਗਤ ਹੋਣ ਲੱਗੀ। ਅਤੇ ਜਦੋਂ ਸਵਾ ਮਹੀਨਾ ਲੰਘ ਗਿਆ, ਕਈ ਮਹੀਨੇ ਲੰਘ ਗਏ, ਅਤੇ ਬਾਬਾ ਬੁੱਢਾ ਜੀ ਜੱਥੇ ਲੈ ਕੇ ਜਿੱਥੋਂ ਪ੍ਰਭਾਤ ਫੇਰੀਆਂ ਚੱਲੀਆਂ ਸਾਧ ਸੰਗਤ, ਰੋਜ਼ ਗਵਾਲੀਅਰ ਦੇ ਕਿਲੇ ਦੀ ਪ੍ਰਭਾਤ ਫੇਰੀ ਹੁੰਦੀ। ਇੱਕ ਬਾਬਾ ਬੁੱਢਾ ਜੀ ਸ਼ਬਦ ਪੜ੍ਹਦੇ, ਭਾਈ ਗੁਰਦਾਸ ਜੀ ਸ਼ਬਦ ਪੜ੍ਹਦੇ, ਅਤੇ ਨਾਲ ਸੰਗਤਾਂ ਨੂੰ ਜਾਗਰਤ ਕਰਦੇ ਕਿ ਗੁਰੂ ਸਾਹਿਬ ਕਿਲੇ 'ਚ ਬੰਦ ਨੇ। ਹੌਲੀ ਹੌਲੀ ਸੰਗਤ ਵੱਧਦੀ ਗਈ ਵੱਧਦੀ ਗਈ। ਇੱਥੇ ਕਵੀ ਸੰਤੋਖ ਸਿੰਘ ਅਤੇ ਹੋਰ ਨਜ਼ਾਰੇ ਬੰਨੇ ਨੇ ਇੱਥੇ, ਉਹ ਕਹਿੰਦੇ ਨੇ ਭਾਈ ਜੇਠਾ ਅਤੇ ਭਾਈ ਪੁਰਾਣਾ ਜਾ ਕੇ ਆਪਣੇ ਢੰਗ ਦੇ ਨਾਲ ਸੁਨੇਹਾ ਦਿੰਦੇ ਨੇ ਜਹਾਂਗੀਰ ਨੂੰ। ਅਤੇ ਇੱਕ ਦਿਨ ਜਹਾਂਗੀਰ ਸੁੱਤਾ ਹੈ, ਅਤੇ ਸੁੱਤਾ ਸੁਪਨੇ 'ਚ ਕੀ ਦੇਖਦਾ ਕਿ ਮੇਰੀ ਛਾਤੀ 'ਤੇ ਘੋੜੇ ਚੜ੍ਹ ਰਹੇ ਨੇ, ਅਤੇ ਘੋੜਿਆਂ 'ਤੇ ਸਵਾਰ ਗੁਰੂ ਕੇ ਸਿੱਖ ਨੇ। ਇਹ ਕੀ ਹੋ ਰਿਹਾ? ਦਿਨ ਚੜ੍ਹਿਆ, ਬੜਾ ਘਬਰਾਇਆ ਹੋਇਆ, ਪਰ ਕਹਿੰਦਾ ਕੋਈ ਗੱਲ ਨਹੀਂ, ਸੁਪਨੇ ਇਹੋ ਜਿਹੇ ਆ ਹੀ ਜਾਇਆ ਕਰਦੇ ਨੇ। ਅਗਲਾ ਦਿਨ ਫਿਰ ਹੋਇਆ ਅਤੇ ਫਿਰ ਉਸੇ ਤਰ੍ਹਾਂ ਹੀ ਬੀਤਿਆ, ਫਿਰ ਘੋੜਿਆਂ ਦੀਆਂ ਟਾਪਾਂ ਛਾਤੀ 'ਤੇ ਖੜਕੀਆਂ। ਕਹਿੰਦਾ ਇਹ ਤਾਂ ਕੋਈ ਗੱਲ ਹੋਰ ਹੈ, ਗੱਲ ਇੱਥੇ ਮੁੱਕਣ ਵਾਲੀ ਨਹੀਂ। ਕਹਿੰਦੇ ਜਾਓ ਉਸ ਸਿੱਖ ਨੂੰ ਲੈ ਕੇ ਆਓ। ਭਾਈ ਜੇਠਾ ਜੀ ਗਏ, ਕਹਿੰਦੇ ਬਾਦਸ਼ਾਹ ਸਵਾ ਮਹੀਨਾ ਹੋਇਆ ਨਹੀਂ ਹਲੇ, ਅਤੇ ਜੇ ਸਵਾ ਮਹੀਨਾ ਚੇਤੇ ਨਹੀਂ ਨਾ, ਚੇਤੇ ਰੱਖੀ, ਘੋੜਿਆਂ ਦੀਆਂ ਟਾਪਾਂ ਛਾਤਾਂ ਛਾਤੀ 'ਤੇ ਆਉਣਗੀਆਂ। ਅਤੇ ਉੱਧਰ ਸਾਧ ਸਿੰਘ ਜੀ ਜਿਹੜਾ ਕਿਲੇ ਦਾ ਦਰੋਗਾ ਸੀ ਨਾ, ਸ਼ਾਇਦ ਉਹਦਾ ਨਾਂ ਹਰਦਾਸ, ਇਤਿਹਾਸ ਵਿੱਚ ਆਉਂਦਾ ਹੈ, ਉਹਨੂੰ ਚਿੱਠੀ ਲਿਖੀ ਚੰਦੂ ਨੇ ਵੀ ਹੁਣ ਸੁਨਹਿਰੀ ਮੌਕਾ, ਤੈਨੂੰ ਮੂੰਹ ਮੰਗਵਾਂ ਮੈਂ ਇਨਾਮ ਦਿਆਂਗਾ, ਸਮੇਤ 52 ਰਾਜਿਆਂ ਦੇ ਗੁਰੂ ਸਾਹਿਬ ਨੂੰ ਇੱਥੇ ਜ਼ਹਿਰ ਦੇ ਕੇ ਮਾਰ ਦੇ, ਲੰਗਰ ਦੇ ਵਿੱਚ ਜ਼ਹਿਰ ਦੇ ਦੇ। ਪਰ ਉਹ ਰੋਜ਼ ਦੇ ਦਰਸ਼ਨ ਕਰਕੇ, ਰੋਜ਼ ਦੇ ਸਤਿਗੁਰੂ ਦੇ ਬਚਨ ਸੁਣ ਕੇ ਉਹ ਤਾਂ ਸ਼ਰਧਾਲੂ ਬਣ ਚੁੱਕਿਆ, ਸਾਧ ਸਿੰਘ ਪੱਥਰ ਦਿਲ ਮੋਮ ਬਣ ਜਾਂਦੇ ਨੇ। ਸਤਿਗੁਰੂ ਪਾਤਸ਼ਾਹੀ ਦੇ ਦਰਸ਼ਨ ਕਰਕੇ ਉਹ ਤਾਂ ਸ਼ਰਧਾਲੂ ਬਣ ਚੁੱਕਾ ਸੀ। ਉਹ ਚਿੱਠੀਆਂ ਪਾਸੇ ਰੱਖੀ ਗਿਆ, ਇੱਕ ਨਹੀਂ ਦੋ ਚਿੱਠੀਆਂ ਆਈਆਂ। ਅਤੇ ਜਦੋਂ ਗਵਾਲੀਅਰ ਤੋਂ ਵਾਪਸ ਆਉਣਾ ਸੀ, ਇੱਧਰੋਂ ਜਹਾਂਗੀਰ ਨੇ ਹੁਕਮ ਭੇਜ ਦਿੱਤਾ ਵੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਨੂੰ ਕਿਉਂ ਗਵਾਲੀਅਰ ਦੇ ਕਿਲੇ 'ਚ ਰੱਖਿਆ? ਉਹ ਤਾਂ ਸਵਾ ਮਹੀਨੇ ਰੱਖਣਾ ਸੀ, ਆਪਾਂ ਵੱਧ ਰੱਖੀ ਬੈਠੇ ਹਾਂ, ਛੱਡੋ ਉਹਨਾਂ ਨੂੰ। ਅਤੇ ਨਾਲ ਕਿਹਾ ਗਿਆ ਕਿ ਗੁਰੂ ਹਰਗੋਬਿੰਦ ਸਾਹਿਬ ਦਿੱਲੀ ਹੁੰਦੇ ਜਾਣ, ਮੈਨੂੰ ਮਿਲ ਕੇ ਜਾਣ।
ਇਤਿਹਾਸ ਕਹਿੰਦਾ ਜਦੋਂ ਇੱਥੇ ਮੇਲ ਹੋਇਆ ਨਾ ਅਤੇ ਇੱਥੇ ਅਰਦਾਸ ਜਿਹੜਾ ਦਰੋਗਾ ਸੀ ਉਹ ਵੀ ਖੜ੍ਹਾ ਸੀ, ਉਹ ਗੁਰੂ ਸਾਹਿਬ ਦੇ ਨਾਲ ਹੀ ਆਇਆ ਸੀਗਾ ਅਤੇ ਆਪਣੇ ਸਿਰੋਂ ਕੁਝ ਭਾਰ ਲਾਉਣ ਕਰਨ ਇਤਿਹਾਸਕਾਰਾਂ ਨੇ ਦੋ ਤਿੰਨ ਗੱਲਾਂ ਇੱਥੇ ਵੱਖ ਵੱਖ ਤਰੀਕਿਆਂ ਨਾਲ ਲਿਖੀਆਂ। ਜਹਾਂਗੀਰ ਨੇ ਕਿਹਾ ਕਿ ਚੰਦੂ ਦੇ ਕਾਰਨ ਹੀ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਤਸੀਹ ਦਿੱਤੇ ਗਏ, ਇਹ ਚੰਦੂ ਦਾ ਕਸੂਰ ਸੀ, ਆਪਣੇ ਗਲੋਂ ਕੁਝ ਭਾਰ ਲਾਉਣਾ ਚਾਹੁੰਦਾ ਸੀ। ਅਤੇ ਅਰਦਾਸ ਜਿਹੜਾ ਦਰੋਗਾ ਸੀ ਕਿਲ੍ਹੇ ਦਾ, ਉਹ ਕਹਿੰਦਾ ਬਾਦਸ਼ਾਹ ਸਲਾਮਤ ਦੋ ਚਿੱਠੀਆਂ ਮੈਨੂੰ ਚੰਦੂ ਨੇ ਭੇਜੀਆਂ ਨੇ, ਆਹ ਮੇਰੇ ਕੋਲ ਚਿੱਠੀਆਂ ਨੇ, ਉਹ ਜਿਨ੍ਹਾਂ ਵਿੱਚ ਇਹਦਾ ਲਿਖਿਆ ਹੋਇਆ ਕਿ ਤੂੰ ਜ਼ਹਿਰ ਦੇ ਕੇ ਗੁਰੂ ਨੂੰ ਖਤਮ ਕਰ ਦੇ। ਇਤਿਹਾਸ ਕਹਿੰਦਾ ਕਿ ਇੱਥੇ ਜਹਾਂਗੀਰ ਬੜਾ ਗੁੱਸੇ ਹੋਇਆ ਅਤੇ ਉਹਨੇ ਗੁਰੂ ਦਾ ਮੁਰਜਮ ਜਾਣ ਕੇ ਚੰਦੂ ਨੂੰ ਪੇਸ਼ ਕਰ ਦਿੱਤਾ ਵੀ ਗੁਰੂ ਸਾਹਿਬ ਇਹ ਤੁਹਾਡਾ ਮੁਰਜਮ ਹੈ, ਤੁਹਾਨੂੰ ਜ਼ਹਿਰ ਦੇ ਕੇ ਮਾਰਨਾ ਚਾਹੁੰਦਾ ਸੀ, ਇਹਨੂੰ ਜੋ ਮਰਜ਼ੀ ਸਜ਼ਾ ਦਿਉ। ਅਤੇ ਸਿੱਖਾਂ ਦੇ ਮਨ ਵਿੱਚ ਤਾਂ ਪਹਿਲਾਂ ਹੀ ਬੜਾ ਰੋਸ ਸੀ ਵੀ ਇਹਨੇ ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਨੂੰ ਤੁਸੀਂ ਇਹ ਦਿੱਤੇ ਆ। ਅਤੇ ਫਿਰ ਉਹਨੂੰ ਜਹਾਂਗੀਰ ਤੋਂ ਲੈ ਲਿਆ ਆਪਣੇ ਕਬਜ਼ੇ 'ਚ ਅਤੇ ਬਾਹਰ ਆਪਣੇ ਖੇਮਿਆਂ 'ਚ ਜਾਂਦਿਆਂ ਹੀ ਉਹਦੇ ਗਲ ਵਿੱਚ ਸੰਗਲੀ ਪਾ ਲਈ, ਕਹਿੰਦੇ ਚੰਦੂ ਤੂੰ ਬੰਦਿਆਂ ਵਾਂਗੂ ਨਹੀਂ ਕੁੱਤਿਆਂ ਵਾਂਗੂ ਤੁਰਨਾ ਹੁਣ ਤੋਂ, ਤੇਰੇ ਗਲ ਵਿੱਚ ਸੰਗਲੀ ਇਸੇ ਵਾਸਤੇ ਪਾਈ ਆ, ਤੂੰ ਹੱਥ ਵੀ ਲਾ ਕੇ ਚੱਲੇਗਾ ਪੈਰ ਵੀ ਲਾ ਕੇ ਚੱਲੇਗਾ, ਜਿੱਥੇ ਜਿੱਥੇ ਸਾਡਾ ਜੱਥਾ ਜਾਏਗਾ ਅਤੇ ਤੂੰ ਨਾਲ ਇਸੇ ਤਰ੍ਹਾਂ ਚੱਲਣਾ, ਅਤੇ ਜਿੱਥੇ ਸੰਗਤ ਵੇਖਦੀ ਵੀ ਇਹ ਚੰਦੂ ਆ, ਜਿੱਥੇ ਡੇਰਾ ਹੁੰਦਾ ਗੁਰੂ ਸਾਹਿਬ ਜੀ ਦਾ ਉੱਥੇ ਉਹਨੂੰ ਕਿੱਲੇ ਨਾਲ ਸੰਗਲੀ ਬੰਨ੍ਹ ਦਿੱਤੀ ਜਾਂਦੀ, ਜਿਹਨੂੰ ਪਤਾ ਲੱਗਦਾ ਵੀ ਇਹ ਚੰਦੂ ਹੈ ਉਹ ਦੋ ਚਾਰ ਛਿੱਤਰ ਵੀ ਮਾਰ ਆਉਂਦਾ ਉਹਦੇ। ਇਸੇ ਹਾਲਤ ਵਿੱਚ ਜਦੋਂ ਸਤਿਗੁਰੂ ਪਾਤਸ਼ਾਹ ਜੀ ਲਾਹੌਰ ਗਏ ਨਾ, ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ, ਇਤਿਹਾਸ ਕਹਿੰਦਾ ਹੈ, ਮੈਂ ਸੰਖੇਪ ਵਿੱਚ ਬੇਨਤੀਆਂ ਕਰ ਰਿਹਾ, ਇਤਿਹਾਸ ਕਹਿੰਦਾ ਕਿ ਜਦੋਂ ਜਿੱਥੇ ਭੱਠ ਤਪਾਇਆ ਗਿਆ ਸੀ, ਜਿੱਥੇ ਲੋਹ ਗਰਮ ਕੀਤੀ ਗਈ ਸੀ, ਜਿਹੜੇ ਕੜਛੇ ਦੇ ਨਾਲ ਭਟੂੰਜੇ ਨਾਂ ਦਾ ਵਿਅਕਤੀ ਜਿਹੜਾ ਸੀ ਉਹ ਚੰਦੂ ਦੇ ਕਹਿਣ ਦੇ ਉੱਪਰ, ਚੰਦੂ ਦੇ ਹੁਕਮ ਨਾਲ ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਗੁਰੂ ਗਰੀਬ ਨਿਵਾਜ ਦੇ ਸੀਸ ਵਿੱਚ ਬਲਦੀ ਬਲਦੀ ਰੇਤ ਪਾਉਂਦਾ ਸੀ ਨਾ, ਜਦੋਂ ਉਸ ਘਰ ਦੇ ਮੂਹਰ ਦੀ ਲੰਘਣ ਲੱਗਾ ਤਾਂ ਉਹ ਹੀ ਕੜਛਾ ਉਹਦੇ ਕੋਲ ਸੀਗਾ, ਉਹਨੂੰ ਇੰਨਾ ਕ੍ਰੋਧ ਆਇਆ ਚੰਦੂ ਪਾਪੀਆ, ਤੂੰ ਤਾਂ ਪਾਪ ਕਰਨੇ ਹੀ ਕਰਨੇ ਸੀ, ਤੂੰ ਸਾਡੇ ਇਸ ਸਰੀਰ ਤੋਂ ਵੀ ਇੰਨੇ ਪਾਪ ਕਰਾਏ, ਇੰਨੇ ਜ਼ੁਲਮ ਕਰਾਏ, ਇੰਨਾ ਕ੍ਰੋਧ ਆਇਆ ਕਿ ਇੰਨੇ ਜ਼ੋਰ ਨਾਲ ਉਹ ਕੜਛਾ ਉਹਦੇ ਸਿਰ ਵਿੱਚ ਮਾਰਿਆ, ਚੰਦੂ ਉੱਥੇ ਮਰ ਗਿਆ, ਚੰਦੂ ਦੀ ਮੌਤ ਹੋ ਗਈ। ਅਤੇ ਸਤਿਗੁਰੂ ਪਾਤਸ਼ਾਹ ਜੀ ਉੱਥੇ ਸੰਗਤਾਂ 'ਚ ਪ੍ਰਚਾਰ ਕਰਦੇ ਹੋਏ ਵੀਰ ਅਸੀਂ ਵਾਰਾਂ ਸੁਣਾਉਂਦੇ ਹੋਏ, ਨਾਲ ਬਹੁਤ ਸਾਰੇ ਕਵੀ ਮਹਾਰਾਜ ਢਾਡੀ ਰੱਖੇ ਹੋਏ ਸਨ ਅਤੇ ਨਾਲ ਫੌਜਾਂ ਦਾ ਵਾਧਾ ਕਰਦੇ ਹੋਏ ਸਤਿਗੁਰੂ ਪਾਤਸ਼ਾਹ ਜੀ ਅੰਮ੍ਰਿਤਸਰ ਆ ਟਿਕੇ। ਇੱਥੇ ਜਦੋਂ ਆ ਕੇ ਟਿਕੇ ਨੇ, ਇਹ ਤੋਂ ਅਗਲਾ ਪ੍ਰਸੰਗ ਦਾਸ ਕੱਲ੍ਹ ਨੂੰ ਬੇਨਤੀ ਕਰੇਗਾ, ਸਤਿਗੁਰੂ ਪਾਤਸ਼ਾਹ ਦੇ ਚਾਰ ਯੁੱਧ ਕੱਲ੍ਹ ਨੂੰ ਬੇਨਤੀ ਕਰਾਂਗੇ, ਸਤਿਗੁਰੂ ਪਾਤਸ਼ਾਹ ਦੇ ਤਿੰਨ ਵਿਆਹ ਇਹ ਵੀ ਬੇਨਤੀ ਕਰਾਂਗੇ, ਅਤੇ ਸਤਿਗੁਰੂ ਪਾਤਸ਼ਾਹ ਦੇ ਗੁਰਬਾਣੀ ਪ੍ਰਤੀ ਅਥਾਹ ਪਿਆਰ ਸਤਿਕਾਰ ਜਿਹੜਾ ਸਾਨੂੰ ਹਰ ਇੱਕ ਸਿੱਖ ਨੂੰ ਹਿਰਦੇ 'ਚ ਵਸਾਉਣਾ ਚਾਹੀਦਾ ਵੀ ਅਸੀਂ ਗੁਰਬਾਣੀ ਕਿਵੇਂ ਪੜ੍ਹਨੀ ਹੈ, ਗੁਰਬਾਣੀ ਦਾ ਕਿਵੇਂ ਸਤਿਕਾਰ ਕਰਨਾ, ਇਹ ਕੱਲ੍ਹ ਨੂੰ ਬੇਨਤੀਆਂ ਕਰਾਂਗੇ। ਸੋ ਜਿੰਨੀਆਂ ਵੀ ਸੰਗਤਾਂ ਆਈਆਂ ਭਾਈ, ਸਤਿਗੁਰੂ ਕਿਰਪਾ ਕਰਨ ਸਭ ਸੰਗਤਾਂ ਦੀ ਹਾਜ਼ਰੀ, ਸਤਿਗੁਰੂ ਪਾਤਸ਼ਾਹ ਜੀ ਆਪਣੇ ਦਰ 'ਤੇ
ਪ੍ਰਵਾਨ ਕਰ ਲੈਣ। ਦਾਸ ਤੋਂ ਬੇਅੰਤੀ ਗਲਤੀਆਂ ਭੁੱਲਾਂ ਹੋਈਆਂ, ਅਣਜਾਣ ਬੱਚਾ ਸਮਝ ਕੇ, ਅਣਜਾਣ ਸੇਵਕ ਸਮਝ ਕੇ, ਅਗਿਆਨੀ ਜਾਣ ਕੇ ਖਿਮਾ ਕਰ ਦੇਣਾ। ਕਿਉਂਕਿ ਗੁਰੂ ਕਾ ਇਤਿਹਾਸ ਹੈ, ਗੁਰੂ ਕੇ ਇਤਿਹਾਸ ਬਾਰੇ ਬੇਨਤੀਆਂ ਕਰਦੇ ਹਾਂ, ਬੇਅੰਤ ਗਲਤੀਆਂ ਹੋ ਜਾਂਦੀਆਂ, ਇਸ ਲਈ ਖਿਮਾ ਕਰ ਦੇਣਾ। ਕੱਲ੍ਹ ਨੂੰ ਨਗਰ ਕੀਰਤਨ ਵੀ ਹੈ ਸਾਧ ਸੰਗਤ ਜੀ। ਅੱਜ ਕੱਲ੍ਹ ਬੜੇ ਸਾਧਨ ਨੇ, ਤੁਹਾਡੇ ਕੋਲ ਮੋਬਾਈਲ ਫੋਨ ਹੈ, ਵਟਸਐਪ ਹੈ, ਫੇਸਬੁੱਕ ਹੈ, ਆਪਾਂ ਉਹ ਵੀ ਤਾਂ ਹੋਰ ਢੰਗਾਂ ਵਾਸਤੇ ਵਰਤਦੇ ਰਹਿੰਦੇ ਨੂੰ, ਦੱਬ ਕੇ ਵਰਤੋ ਵੀ ਕੱਲ੍ਹ ਨੂੰ ਨਗਰ ਕੀਰਤਨ ਹੈ ਭਾਈ। ਨਗਰ ਕੀਰਤਨ ਦੇ ਵਿੱਚ ਆਪਾਂ ਹਾਜ਼ਰੀਆਂ ਭਰਨੀਆਂ, ਸਾਰੀ ਸੰਗਤ ਦੂਰ ਦਰੇਡੇ ਤੱਕ ਸਨੇਹ ਲਾ ਦਿਓ, ਜਿੱਥੋਂ ਤੱਕ ਸੰਗਤ ਪਹੁੰਚ ਸਕਦੀ ਆ, ਸਾਰੀਆਂ ਸੰਗਤਾਂ ਨੇ। ਕਿੰਨੇ ਵਜੇ ਚੱਲਣਾ ਭਾਈ? ਇੱਥੋਂ 2 ਵਜੇ ਨਗਰ ਕੀਰਤਨ ਦੀ ਆਰੰਭਤਾ ਹੋਣੀ ਆ। ਇਸ ਵਾਸਤੇ ਸਭ ਸੰਗਤਾਂ ਨੇ, ਦੇਖੋ ਇੱਕ ਦਿਨ ਕੱਢਣਾ ਕੋਈ ਔਖਾ ਨਹੀਂ ਹੁੰਦਾ, ਅਤੇ ਫਿਰ ਜਿੰਨੇ ਕਦਮ ਅਸੀਂ ਗੁਰੂ ਦੇ ਨਾਲ ਚੱਲਣਾ ਭਾਈ, ਅਤੇ ਚਰਨ ਚੱਲੋ ਮਾਰਗ ਕੋ ਬਿੰਦ, ਮਹਾਰਾਜ ਦਾ ਹੁਕਮ ਹੈ। ਮਨ ਅੰਤਰ ਕੀ ਉੱਤਰ ਹੈ ਚਿੰਤ, ਕਹਿੰਦੇ ਚਿੰਤਾ ਤਾਂ ਮਨ ਦੀ ਉੱਤਰਨੀ ਹੈ ਸਾਡੇ, ਅਸੀਂ ਕੁਛ ਆਣ ਥੋੜ੍ਹੋ ਕਰਨਾ। ਇਸ ਕਰਕੇ ਸਤਿਗੁਰੂ ਦੀ ਕਿਰਪਾ ਦੇ ਪਾਤਰ ਬਣਨ ਵਾਸਤੇ ਭਾਈ ਸਮਾਂ ਕੱਢੋ, 2 ਵਜੇ ਹਾਜ਼ਰ ਹੋਵੋ ਇੱਥੇ। ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਆਪਾਂ ਕਦਮ ਕਦਮ ਚੱਲਾਂਗੇ, ਲੇਖੇ ਵਿੱਚ ਲੱਗੇਗਾ। ਪ੍ਰਬੰਧਕ ਜਣਾਂ ਦਾ ਬਹੁਤ ਬਹੁਤ ਧੰਨਵਾਦ, ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ੋ, ਗੱਜ ਕੇ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੁਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀ, ਇਹ ਸਨ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਸਾਬਕਾ ਜਥੇਦਾਰ, ਦਮਦਮੀ ਟਕਸਾਲ ਦੇ ਮੁਖੀ ਭਾਈ ਜਸਬੀਰ ਸਿੰਘ ਜੀ ਰੋਡੇ। ਸੋ ਜਿਨ੍ਹਾਂ ਨੇ ਆਪ ਜੀਆਂ ਨੂੰ, ਸੋ ਜੋ ਕਿ ਦਮਦਮੀ ਟਕਸਾਲ ਦੇ ਮੁੱਖ ਬੁਲਾਰੇ ਸਾਬਕਾ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਭਾਈ ਜਸਬੀਰ ਸਿੰਘ ਜੀ ਰੋਡੇ, ਜਿਨ੍ਹਾਂ ਨੇ ਆਪ ਜੀਆਂ ਨੂੰ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਜੀਆਂ ਦੇ ਇਤਿਹਾਸ ਦੇ ਨਾਲ ਜੋੜਨਾ ਕੀਤਾ ਹੈ, ਬੜੇ ਸੁਚੱਜੇ ਢੰਗ ਦੇ ਨਾਲ ਸੰਪੇਖ ਰੂਪ ਦੇ ਵਿੱਚ ਆਪ ਸੰਗਤਾਂ ਨੂੰ ਇਤਿਹਾਸ ਸਰਵਣ ਕਰਵਾਇਆ ਹੈ। ਜੋ ਕਿ ਇਹ ਪ੍ਰਸੰਗ ਚੱਲੇ ਹਨ, ਸਤਿਗੁਰੂ ਜੀ ਅੰਮ੍ਰਿਤਸਰ ਵਾਪਸ ਪੁੱਜੇ ਹਨ, ਸੋ ਉਸ ਤੋਂ ਅੱਗੇ ਦਾ ਜੋ ਇਤਿਹਾਸ ਹੈ ਕੱਲ੍ਹ ਦੇ ਸਮੇਂ ਦੇ ਵਿੱਚ ਆਪ ਸੰਗਤਾਂ ਦੇ ਸਨਮੁੱਖ ਰੱਖਣਾ ਕਰਨਗੇ। ਸੋ ਹੁਣ ਸਾਡੇ ਪਾਸ ਬਾਬਾ ਜਗੀਰ ਸਿੰਘ ਜੀ ਪਿਪਲੀ ਸਾਹਿਬ ਕਾਨੋਵਾਲ ਵਾਲੇ ਪਹੁੰਚ ਚੁੱਕੇ ਹਨ, ਸੋ ਆਪ ਸੰਗਤਾਂ ਨੂੰ 11:30 ਵਜੇ ਤੱਕ ਕੀਰਤਨ ਸਰਵਣ ਕਰਾਉਣਗੇ। ਉਸ ਤੋਂ ਉਪਰੰਤ ਜੋ ਕਿ ਆਨੰਦ ਸਾਹਿਬ ਜੀ ਦੇ ਪਾਠ ਅਰਦਾਸ ਅਤੇ ਦੀਵਾਨ ਦੀ ਸਮਾਪਤੀ ਹੋਏਗੀ, ਅਤੇ ਫਿਰ ਅੰਮ੍ਰਿਤ ਵੇਲੇ ਜੋ ਕਿ ਦੀਵਾਨ ਸੱਜਣਾ ਕਰਨਗੇ 3 ਵਜੇ ਤੋਂ। ਸੋ ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਨੀਆਂ। ਸੋ ਜੋ ਸੰਗਤ ਥੱਲੇ ਬੈਠੀ ਹੈ, ਸੋ ਭਾਈ ਉਹਨਾਂ ਨੂੰ ਵੀ ਬੇਨਤੀ ਹੈ, ਦਰਬਾਰ ਸਾਹਿਬ ਦੇ ਵਿੱਚ ਪਹੁੰਚੋ, ਗੁਰੂ ਦਾ ਹਾਰ ਜਾਂ ਸਰਵਣ ਕਰ ਕਰਕੇ ਲਾਹ ਪ੍ਰਾਪਤ ਕਰਨਾ ਕਰੋ। ਜੋ ਸੰਗਤ ਸੱਜ ਬੈਠੀ ਹੈ, ਸੋ ਵਡਭਾਗੇ ਹਨ, ਇਸੇ ਤਰ੍ਹਾਂ ਇਕਾਗਰਤਾ ਬਣਾ ਕਰਕੇ ਬੈਠੇ ਰਹਿਣਾ ਹੈ, ਅਤੇ ਗੁਰੂ ਦਾ ਹਰ ਜਸ 1 ਘੰਟੇ ਦਾ ਸਮਾਂ ਹੋਰ ਹੈ, ਕੁਝ ਜ਼ਿਆਦਾ ਸਮਾਂ ਨਹੀਂ। ਸੋ ਬੜੇ ਪਿਆਰ ਦੇ ਨਾਲ ਇਸੇ ਤਰ੍ਹਾਂ ਸੱਜ ਕਰਕੇ ਬੈਠ ਕਰਕੇ ਹਰ ਜਸ ਸਰਵਣ ਕਰਨਾ ਹੈ। ਸੋ ਇੰਨੀਆਂ ਕੁ ਬੇਨਤੀਆਂ ਪ੍ਰਵਾਨ, ਆਓ ਕੀਰਤਨ ਸਰਵਣ ਕਰਦੇ ਹਾਂ ਬਾਬਾ ਜੀ ਪਾਸੋਂ। ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ।
ਵਾਹਿਗੁਰੂ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤੁਹਾਡੇ ਅੱਗੇ ਅਰਦਾਸ ਹਮਾਰੀ ਜੀਓ ਪਿੰਡ ਸਭ ਤੇਰਾ ਕਹੋ ਨਾਨਕ ਸਭ ਤੇਰੀ ਵਡਿਆਈ ਤੇਰੀ ਵਡਿਆਈ ਕੋਈ ਨਾ ਜਾਣੈ ਮੇਰਾ ਡੰਡੋਤ ਬੰਦਨ ਅਨਕ ਬਾਰ ਸਰਬ ਕਲਾ ਸਮਰੱਥ ਡੋਲਣ ਤੇ ਰੱਖੋ ਪ੍ਰਭੂ ਨਾਨਕ ਦੇ ਕਰ ਹੱਥ ਪੂਰਾ ਪ੍ਰਭ ਆਰਾਧਿਆ ਪੂਰਾ ਜਾਕਾ ਨਾਉ ਨਾਨਕ ਪੂਰਾ ਪਾਇਆ ਪੂਰੇ ਕੇ ਗੁਣ ਗਾਓ ਨਾਨਕ ਪੂਰਾ ਪਾਇਆ ਪੂਰੇ ਕੇ ਗੁਣ ਗਾਓ ਗਾਵੋ ਸੰਗਤੇ ਗੁਣ ਪੂਰਿਆਂ ਗੁਰਾਂ ਦੇ ਗਾਵੋ ਸੰਗਤੇ ਗੁਣ ਪੂਰਿਆਂ ਗੁਰਾਂ ਦੇ ਗਾਵੋ ਸੰਗਤੇ ਗੁਣ ਪੂਰਿਆਂ ਗੁਰਾਂ ਦੇ ਗਾਵੋ ਸੰਗਤੇ ਪੂਰਿਆਂ ਗੁਰਾਂ ਦੇ ਗਾਵੋ ਸੰਗਤੇ ਗੁਣ ਪੂਰਿਆਂ ਗੁਰਾਂ ਗਾਵੋ ਸੰਗਤੇ ਗੁਣ ਪੂਰਿਆਂ ਪੂਰੇ
ਗਾਵੋ ਸੰਗਤੇ ਗੁਣ ਪੂਰਿਆ ਗੁਰਾਂਦੇ 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 ਗਾਵੋ ਸੰਗਤੇ ਸੰਗਤ ਕੈਸੀ
ਜਿੱਥੇ ਇੱਕੋ ਨਾਮ ਵਿਖਾਣੀਏ, ਜਿੱਥੇ ਇੱਕੋ ਨਾਮ ਵਿਖਾਣੀਏ, ਜਿੱਥੇ ਇੱਕੋ ਨਾਮ ਵਿਖਾਣੀਏ, ਜਿੱਥੇ ਇੱਕੋ ਨਾਮ ਵਿਖਾਣੀਏ, ਇੱਕੋ ਨਾਮ ਹੁਕਮ ਹੈ ਗੁਰ ਸਤਿਗੁਰ ਜੀ ਆਪ ਜਾਇ ਜਿਉ, ਇੱਕੋ ਨਾਮ ਹੁਕਮ ਹੈ ਗੁਰ ਸਤਿਗੁਰ ਜੀ ਆਪ ਜਾਇ ਜਿਉ, ਵਾਹਿਗੁਰੂ 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 ਗੁਰ ਕੀ ਮੂਰਤ ਵਾਹਿਗੁਰੂ ਮਨ ਮੈਂ ਧਿਆਨ ਗੁਰ ਕੈ ਸ਼ਬਦ ਮੰਤਰ ਮਨ ਮਾਨ ਗੁਰ ਕੀ ਮੂਰਤ ਹਿਰਦੈ ਵਸਾਈ ਜੋ ਇੱਛੈ ਸੋਈ ਫਲ ਪਾਈ ਗੁਰਦੁਆਰਾ ਸ੍ਰੀ ਗੁਪਤਸਰ ਸਾਹਿਬ ਵਿਖੇ ਜਿੱਥੇ ਕੱਲ੍ਹ ਦੇ ਰੋਜ਼ ਤੋਂ ਗੁਰੂ ਹਰਗੋਬਿੰਦ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਦੇ ਪਵਨ ਪਵਿੱਤਰ ਪ੍ਰਕਾਸ਼ ਦਿਹਾੜੇ ਦੀਆਂ ਖੁਸ਼ੀਆਂ ਦੇ ਅੰਦਰ ਗੁਰਬਾਣੀ ਦੇ ਪ੍ਰਵਾਹ ਚੱਲ ਰਹੇ ਨੇ। ਦਿਨ ਰਾਤ ਸੰਗਤਾਂ ਤਨ ਮਨ ਧਨ ਦੀ ਸੇਵਾ ਨਾਲ ਹੀ ਇਸ਼ਨਾਨ ਕਰ ਰਹੀਆਂ ਨੇ। ਸੋ ਅੱਜ ਜਿੱਥੇ ਕੱਲ੍ਹ ਨੂੰ ਪਵਿੱਤਰ ਗੁਰਬਾਣੀ ਦੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਨੇ, ਨਾਲ ਦੀ ਨਾਲ ਹੀ ਸੰਗਤਾਂ ਆਨੰਦ ਮਾਣ ਰਹੀਆਂ ਨੇ। ਅੱਜ ਵੀ ਰਾਤ ਦਾ ਆਨੰਦ ਜੋ ਆਪ ਜੀਆਂ ਨੇ ਸ੍ਰੀ ਰਹਿਰਾ ਸਾਹਿਬ ਤੋਂ ਉਪਰੰਤ ਗੁਰੂ ਘਰ ਦੇ ਮੁੱਖ ਕੀਰਤਨੀਏ ਸੇਵਾਦਾਰ ਹਜ਼ੂਰੀ ਰਾਗੀ ਉਪਰੰਤ ਸਹਾਰਨਪੁਰ ਤੋਂ ਭਾਈ ਗੁਰਮੀਤ ਸਿੰਘ ਜੀ ਉਹਨਾਂ ਦੀ ਰਸਨਾ ਤੋਂ ਆਪ ਜੀ ਨੇ ਗੁਰੂ ਹਰਗੋਬਿੰਦ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਸੋਭਾ ਵਡਿਆਈ ਬੜੇ ਪਿਆਰ ਸਹਿਤ ਸ਼ਬਦ ਸਰਵਣ ਕੀਤੇ ਨੇ। ਦਾਸ ਤੋਂ ਪਹਿਲੇ ਬੜੇ ਪਿਆਰ ਦੇ ਨਾਲ ਸਭ ਤੋਂ ਉੱਤਮ ਹਰ ਕੀ ਕਥਾ ਨਾਮ ਸੁਨੰਤ ਦਰਦ ਦੁੱਖ ਲੱਥ ਬੜੇ ਪਿਆਰ ਦੇ ਨਾਲ ਗੁਰੂ ਘਰ ਦੇ ਦਮ ਦਮੀ ਟਕਸਾਲ ਦੇ ਜੋ ਮੁੱਖ ਬੁਲਾਰੇ ਨੇ ਬੜੇ ਪਿਆਰ ਦੇ ਨਾਲ ਜਥੇਦਾਰ ਭਾਈ ਜਸਬੀਰ ਸਿੰਘ ਜੀ ਰੋਡੇ ਨਗਰ ਤੋਂ ਆਪ ਜੀਆਂ ਨੂੰ ਰੱਬੀ ਬਾਣੀ ਨਾਲ ਗੁਰੂ ਕੀ ਸਿਫਤ ਸਲਾਹ ਦੇ ਨਾਲ ਜੋੜ ਰਹੇ ਸੀ। ਰਹਿੰਦਾ ਹੋਇਆ ਸਮਾਂ ਆਪ ਜੀ ਸਫਲਾ ਕਰਨ ਵਾਸਤੇ ਬੇਨਤੀ ਹੈ,
ਜਿੰਨੀਆਂ ਵੀ ਸੰਗਤ ਆਈਆਂ ਨੇ ਇੱਕ ਵਾਰੀ ਜੋ ਕੀਰਤਨ ਧੰਨ ਗੁਰੂ ਨਾਨਕ ਸਾਹਿਬ ਜੀ ਨੇ ਸਾਨੂੰ ਭਗਤੀ ਰੂਪ ਦੇ ਵਿੱਚ ਬਖਸ਼ੇ ਕੀਤਾ ਹੈ, ਕਲਯੁੱਗ ਦੀ ਭਗਤੀ ਬੰਦਗੀ, ਉਸ ਪਿਆਰ ਦੇ ਵਿੱਚ ਆਪ ਜੀ ਚੌਂਕੜੇ ਲਾ ਕੇ ਬਈਏ ਨੇਤਰਾਂ ਕਰਕੇ ਦਰਸ਼ਨ ਕਰਨੇ ਨੇ, ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਕਰੀਏ, ਕੰਨਾਂ ਕਰਕੇ ਸੁਣੀਏ ਅਤੇ ਕੇਵਲ ਸਤਿਗੁਰੂ ਜੀ ਦੀ ਉਪਮਾ ਵਡਿਆਈ ਸੁਣੀਏ, ਗੁਰੂ ਕਾ ਜਸ ਸੁਣੀਏ, ਜੇਵਾ ਕਰਕੇ ਜੇ ਬੋਲਣਾ ਅਤੇ ਗੁਰੂ ਦੇ ਪਿਆਰ ਦੇ ਵਿੱਚ ਸਤਿਗੁਰਾਂ ਦੀ ਮਹਿਮਾ ਗਾਈਏ। ਜਿੰਨੀ ਵੀ ਸੰਗਤ ਥੱਲੇ ਦਰਬਾਰ ਸਾਹਿਬ ਦੀ ਖਜੂਰੀ ਤੋਂ ਥੱਲੇ ਬੈਠੀ ਹੈ ਸੰਗਤ, ਉਹਨਾਂ ਨੂੰ ਵੀ ਬੇਨਤੀ ਹੈ ਕਿ ਸਮਾਂ ਕਾਫੀ ਬੀਤ ਗਏ, ਸਮਾਂ ਆਪਣੀ ਰਫਤਾਰ ਦੇ ਨਾਲ ਤੁਰਿਆ ਜਾਂਦਾ, ਸਮਾਪਤੀਆਂ ਵੱਲ ਵੱਧ ਰਿਹਾ। ਆਏ ਹਾਂ ਕੋਈ 10 ਕਿਲੋਮੀਟਰ ਦੀ ਦੂਰੀ ਤੋਂ ਆਇਆ, ਕੋਈ 100 ਕਿਲੋਮੀਟਰ ਦੀ ਦੂਰੀ ਤੋਂ ਆਇਆ, ਬੜਾ ਨਮੇਰਾ ਪੰਧ ਕਰਕੇ ਸੰਗਤਾਂ ਆਈਆਂ ਨੇ। ਆਏ ਕਾਹਦੇ ਵਾਸਤੇ? ਲਾਹਾ ਲੈਣ। ਅਤੇ ਲਾਹਾ ਕਿਵੇਂ ਮਿਲਣਾ? ਲਾਹਾ ਸੰਗਤ ਤੋਂ ਦੂਰ ਰਹਿ ਕੇ ਨਹੀਂ ਮਿਲੇਗਾ। ਬੱਚਾ ਵਿੱਦਿਆ ਉਹਨੂੰ ਆਉਂਦੀ ਹੈ, ਹਾਜ਼ਰੀ ਉਸ ਬੱਚੇ ਦੀ ਲੱਗਦੀ ਹੈ ਜਿਹੜਾ ਕਲਾਸ ਵਿੱਚ ਆ ਕੇ ਬਵੇ। ਜਿਹੜਾ ਬੱਚਾ ਕਲਾਸ ਤੋਂ ਬਾਹਰ ਬੈਠਾ ਉਹਨੇ ਕੀ ਪੜ੍ਹਨਾ? ਅਧਿਆਪਕ ਦਾ ਪੜ੍ਹਾਇਆ ਕੀ ਸਿੱਖਣਾ? ਜਿਹੜਾ ਬਾਹਰ ਬੈਠਾ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਆ ਕੇ ਗੁਰਮਤਿ ਦਾ ਉਪਦੇਸ਼, ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਵਿੱਤਰ ਗੁਰਬਾਣੀ ਜਿਹੜੀ ਦਰਗਾਹੀ ਉਪਦੇਸ਼ ਹੈ, ਉਹ ਸਾਨੂੰ ਇੱਥੋਂ ਮਿਲਣਾ ਅਤੇ ਇੱਥੋਂ ਖੁਸ਼ੀਆਂ ਨਸੀਬ ਹੁੰਦੀਆਂ ਨੇ। ਲੋਕ ਪ੍ਰਲੋਕ ਦੇ ਸੁੱਖ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਚਰਨਾਂ ਦੇ ਵਿੱਚ ਬਹਿ ਕੇ ਮਿਲਦੇ ਨੇ। ਦੋਨਾਂ ਜਹਾਨਾਂ ਦੇ ਸੁੱਖ ਜਿਹੜੇ ਨੇ ਗੁਰੂ ਕੋਲ ਬਹਿ ਕੇ ਮਿਲਦੇ ਨੇ। ਜੇ ਗੁਰੂ ਕੋਲ ਬੈਠੇ ਨਾ ਰਹੇ ਬਾਹਰ ਤਾਂ ਸਮਾਂ ਪਿਆਰਿਓ ਲੰਘ ਹੀ ਜਾਣਾ। ਕਿਸੇ ਨੇ ਆਪਣੀ ਜ਼ਿੰਦਗੀ ਦਾ ਟਾਈਮ ਲੰਘਾ ਲਿਆ ਸਿਮਰਨ ਕਰਕੇ, ਸੇਵਾ ਕਰਕੇ, ਸਮਾਂ ਸਭ ਦਾ ਹੀ ਲੰਘ ਜਾਂਦਾ ਹੈ ਪਿਆਰਿਓ। ਕਿਸੇ ਨੇ ਆਪਣੀ ਜ਼ਿੰਦਗੀ ਜਿਹੜੀ ਨਸ਼ਿਆਂ ਨਾਲ ਜੋੜ ਕੇ ਬਤੀਤ ਕਰਨ ਲਈ ਦੁਨੀਆਂ 'ਤੇ ਆ ਕੇ, ਸੰਸਾਰ 'ਤੇ ਆ ਕੇ ਪਾਪਾਂ ਦੀਆਂ ਪੰਡਾਂ ਬੰਨ ਕੇ ਦੁਨੀਆਂ ਤੋਂ ਸੰਸਾਰ ਤੋਂ ਤੁਰ ਗਏ। ਅਤੇ ਕਿਸੇ ਨੇ ਆਪਣਾ ਮਿਲਿਆ ਹੋਇਆ ਮਾਨਕ ਤਨ ਜੋ ਸਤਿਗੁਰਾਂ ਨੇ ਉਪਦੇਸ਼ ਬਖਸ਼ ਕੀਤਾ ਹੈ, ਉਸ ਉਪਦੇਸ਼ ਦੇ ਧਾਰਨੀ ਬਣ ਕੇ ਜਿਸ ਦੀ ਬਾਬਤ ਸਰੀਰ ਮਿਲਿਆ, ਭੱਜ ਹੋ ਗੋਬਿੰਦ ਭੂਲ ਮਤ ਜਾਹੋ, ਮਾਨਸ ਜਨਮ ਕਾ ਇਹੀ ਲਾਹੋ। ਮਾਨਸ ਜਨਮ ਦਾ ਲਾਹਾ ਸਿਮਰਨ ਕਰਕੇ ਪ੍ਰਾਪਤ ਹੁੰਦਾ ਹੈ, ਮਾਨਸ ਜਨਮ ਦਾ ਲਾਹਾ ਸੇਵਾ ਨਾਲ ਪ੍ਰਾਪਤ ਹੁੰਦਾ ਹੈ। ਸੋ ਮਾਨਸ ਜਨਮ ਦਾ ਲਾਹਾ, ਮਹਾਂਪੁਰਖਾਂ ਦਾ ਉਪਰਾਲਾ, ਸੇਵਾਦਾਰਾਂ ਦਾ ਉਪਰਾਲਾ, ਜੁੜਨਾ ਅਤੇ ਜੋੜਨ ਵਾਸਤੇ। ਸੋ ਸਾਧ ਸੰਗਤ, ਜਿੱਥੇ ਸਾਨੂੰ ਸਰੀਰਕ ਭੋਜਨ ਗੁਰੂ ਘਰਾਂ ਦੇ ਵਿੱਚ ਆ ਕੇ ਪ੍ਰਾਪਤ ਹੁੰਦੇ ਨੇ, ਤਨ ਦੇ ਭੋਜਨ ਗੁਰੂ ਕਾ ਲੰਗਰ, ਉੱਥੇ ਦਰਗਾਹੀ ਭੋਜਨ ਮਿਲਦਾ ਹੈ। ਜਿਹੜਾ ਦਰਗਾਹੀ ਭੋਜਨ ਜਿਸ ਦੀ ਬਾਬਤ
ਭਗਤ ਰਵਿਦਾਸ ਜੀ ਬੜਾ ਪਿਆਰਾ ਬੋਲ ਕਥਨ ਕਰ ਰਹੇ ਨੇ। ਤੁਮਰੇ ਭਜਨ ਕਟੇ ਜਮ ਫਸਾ ਭਗਤ ਹੇਤ ਗਾਵੇ ਰਵਿਦਾਸਾ। ਜਿਹੜਾ ਭੋਜਨ ਸਾਨੂੰ ਜਮਾਂ ਦੀ ਮਾਰ ਤੋਂ ਬਚਾ ਦੇਵੇ, ਜਿਹੜਾ ਭੋਜਨ ਸਾਨੂੰ ਨਿਰੰਕਾਰ ਦੇ ਦੇਸ਼ ਦੇ ਵਿੱਚ ਲੈ ਜਾਵੇ, ਜਿਸ ਭੋਜਨ ਦੇ ਛਕਿਆਂ ਸੈਂਕੜੇ ਬਿਮਾਰੀਆਂ ਦਾ ਨਾਸ ਹੁੰਦਾ ਹੈ, ਦੁੱਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ। ਇਸ ਭੋਜਨ ਨੂੰ ਛਕਣ ਵਾਸਤੇ ਫਿਰ ਸਾਨੂੰ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਸ਼ਰਧਾ ਦੀ ਝੋਲੀ ਵਿਛਾ ਕੇ ਬਹਿਣਾ ਪਵੇਗਾ। ਆਓ ਇੱਕ ਵਾਰੀ ਸਾਰੀ ਸੰਗਤ ਰਸਨਾ ਪਵਿੱਤਰ ਕਰੀਏ, ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਪਿਆਰ ਲਈਏ, ਸਾਰੇ ਪਿਆਰ ਦੇ ਨਾਲ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋ ਗੁਰੂ ਜੋਤ ਦਾ ਆਉਣਾ ਸੰਸਾਰ ਦੇ ਵਿੱਚ, ਗੁਰੂ ਜੋਤ ਦਾ ਆਉਣਾ ਭੂਲੇ ਮਾਰਗ ਜਿਨੇ ਬਤਾਇਆ, ਐਸਾ ਗੁਰ ਵੱਡ ਭਾਗੀ ਪਾਏ। ਜਿੱਥੇ ਅੱਜ ਛੇਵੀਂ ਜੋਤ ਛੇਵੇਂ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਆਪਾਂ ਸੋਭਾ ਸੁਣ ਰਹੇ ਹਾਂ, ਧੰਨ ਗੁਰੂ ਨਾਨਕ ਸਾਹਿਬ ਜੀ ਤੋਂ ਲੈ ਕੇ ਇਹ ਜੋਤ ਭੁੱਲਿਆਂ ਨੂੰ ਰਾਹੇ ਪਾਉਣ ਵਾਸਤੇ ਸੰਸਾਰ ਦੇ ਵਿੱਚ ਆਈ ਸੀ। ਪੜੋ ਪਿਆਰ ਨਾਲ ਪਾਵੇ ਜੀ ਬਾਬਾ ਭੁੱਲਿਆਂ ਨੂੰ ਰਾਗ, 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 ਪਾਵੇ ਜੀ ਬਾਬਾ ਭੁੱਲਿਆਂ ਨੂੰ ਰਾਗ। ਇੱਕ ਵਾਰੀ ਕਹਿਣ ਤੇ ਬੇਨਤੀ ਪ੍ਰਵਾਨ ਕਰਿਓ ਸਾਰੇ ਜਿੰਨੇ ਵੀ ਹਜ਼ੂਰੀ ਵਿੱਚ ਬੈਠੇ ਆ, ਪ੍ਰਸ਼ਾਦਾ ਦੇਖਣ ਦਾ ਆਨੰਦ ਹੋਰ ਹੁੰਦਾ, ਥਾਲੀ ਵਿੱਚ ਪਿਆ ਹੋਵੇ ਉਹਦਾ ਆਨੰਦ ਹੋਰ ਹੈ, ਛਕਣ ਦਾ ਆਨੰਦ ਹੋਰ ਹੈ। ਸਰੀਰ ਧਰਤੀ ਹੈ, ਕਰਮਾਂ ਰੂਪੀ ਬੀਜ ਹੈ, ਨਾਮ ਦਾ ਬੀਜ ਜਿੱਥੇ ਆਪਾਂ ਪੈਰਾਂ ਕਰਕੇ ਬੀਜੇ ਹੈ, ਸਰੀਰ ਰੂਪੀ ਧਰਤੀ ਦੇ ਵਿੱਚ ਆਏ ਹਾਂ, ਅੱਖੀਆਂ ਕਰਕੇ ਬੀਜ ਬੀਜਿਆ ਦਰਸ਼ਨਾਂ ਦਾ, ਕੰਨਾਂ ਕਰਕੇ ਗੁਰਬਾਣੀ ਸੁਣ ਰਹੇ ਹੈ, ਸੁਣਨ ਦਾ ਬੀਜ ਹੈ। ਆਓ ਜੇਬਾਂ ਨੂੰ ਵੀ ਆਪਾਂ ਗੁਰੂ ਸ਼ਬਦ ਦੇ ਨਾਲ ਜੋੜੀਏ, ਨਾਮ ਦੇ ਨਾਲ ਜੋੜੀਏ। ਭੈਣਾਂ ਵੀ ਤੇ ਵੀਰ ਵੀ ਆਪਣੀ ਵਾਰੀ ਦਾ ਖਿਆਲ ਰੱਖੋ, ਸਮੇਂ ਸਿਰ ਹੀ ਆਪਾਂ ਸਮਾਪਤੀਆਂ ਹੋ ਜਾਣੀਆਂ ਕੀਰਤਨ ਦੀਆਂ। ਜਿਹੜਾ ਕੀਰਤਨ ਵਿੱਚ ਜਾਗਣਾ, ਗੁਰੂ ਦੇ ਪਿਆਰ ਦੇ ਵਿੱਚ ਜਿਹੜਾ ਜਾਗ ਗਿਆ, ਉਹ ਫਿਰ ਸਾਧ ਸੰਗਤ ਹਸਪਤਾਲਾਂ ਦੀ ਮਾਰ ਤੋਂ ਬਚ ਗਏ, ਦੁੱਖਾਂ ਦੀ ਮਾਰ ਤੋਂ ਬਚ ਗਏ। ਉਹ ਪਿਆਰਾ ਸਾਧ ਸੰਗਤ ਹੋਰ ਪਾਸਿਓਂ ਉਹਦਾ ਟਾਈਮ ਬਚ ਗਿਆ ਜਿਹੜਾ ਗੁਰੂ ਦੇ ਪਿਆਰ ਦੇ ਵਿੱਚ ਜਾਗ ਗਿਆ। ਜਾਗਣਾ ਜਾਗਣ ਨੀਕਾ ਹਰ ਕੀਰਤਨ ਮੈਂ, ਜਾਗਣਾ ਜਾਗਣਾ ਕਿਹੜਾ ਸਫਲ ਹੈ, ਜਿਹੜਾ ਨਿਤਨੇਮ ਕਰਦੇ ਹਾਂ ਸੰਗਤ ਵਿੱਚ ਬੈਠ ਕੇ ਗੁਰੂ ਗੁਰੂ ਜਪਦੇ ਹਾਂ, ਜਾਗਣਾ ਇਹ ਜਾਗਣਾ ਸਫਲ ਹੈ।
ਆਪਣੀ ਵਾਰੀ ਦਾ ਖਿਆਲ ਰੱਖੋ। ਪਹਿਲੇ ਹਿੱਸੇ ਦੇ ਵਿੱਚ ਆਪ ਜੀ ਦਾ ਦਾਸ ਬੋਲਦਾ, ਦੂਜੇ ਹਿੱਸੇ ਦੇ ਵਿੱਚ ਸਾਰੇ ਵੀਰ, ਤੇ ਤੀਜੇ ਹਿੱਸੇ ਵਿੱਚ ਮੇਰੀਆਂ ਭੈਣਾਂ ਸਾਰੇ ਜਪੋ। ਜਿਵੇਂ ਭੋਜਨ ਬੱਚੇ ਤੋਂ ਲੈ ਕੇ ਬਜ਼ੁਰਗ ਤੱਕ ਸਾਰਿਆਂ ਵਾਸਤੇ ਜ਼ਰੂਰੀ ਹੈ, ਬਾਣੀ ਵੀ ਜ਼ਰੂਰੀ ਹੈ, ਸਭ ਵਾਸਤੇ ਇਹ ਭੋਜਨ ਹੈ। ਬਾਬਾ ਫੁੱਲਿਆ ਅਨੁਰਾਗੇ, ਬਾਬੇ ਸੰਗ ਤੇ 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 ਬਾਣੀ ਫੁੱਲਿਆ ਅਨੁਰਾਗੇ, ਬਾਬੇ ਸੰਗ ਤੇ ਬਾਣੀ ਮਾਰਗ ਜਿੰਨੇ ਬਤਾਇਆ, ਐਸਾ ਗੁਰ ਵੱਡ ਭਾਗੀ ਪਾਇਆ, ਜਿੰਨੇ ਮਾਨਕ ਤਨ ਨੂੰ ਸਫਲਾ ਕਰਨ ਵਾਸਤੇ ਯੁਗਤ ਦੱਸੀ, ਜਿੰਨੇ ਰਾਹ ਦੱਸੇ, ਜੋਤ ਸੀ ਧੰਨ ਗੁਰੂ ਨਾਨਕ ਸਾਹਿਬ ਜੀ ਦੀ। ਅੱਜ ਇਹ ਸੇਵੇਂ ਜਾਮੇ ਜੋਤ ਧੰਨ ਧੰਨ ਬਾਬਾ ਬੁੱਢਾ ਜੀ ਮਹਾਰਾਜ, ਜਿਨ੍ਹਾਂ ਦੇ ਬਚਨਾਂ ਦਾ ਸਦਕਾ ਮਾਤਾ ਗੰਗਾ ਜੀ ਦੇ ਗ੍ਰਹਿ, ਗੁਰੂ ਅਰਜਨ ਸਾਹਿਬ ਜੀ ਦੇ ਗ੍ਰਹਿ, ਸਾਧ ਸੰਗਤ ਗੁਰੂ ਕੀ ਵਡਾਲੀ ਦੀ ਧਰਤੀ, ਜਿੱਥੇ ਸੇਵੇਂ ਪਾਤਸ਼ਾਹ ਜੀ ਦਾ ਅਵਤਾਰ ਹੋਇਆ, ਸਾ ਧਰਤ ਪਈ ਹਰਿਆਵਲੀ, ਜਿੱਥੇ ਮੇਰਾ ਸਤਿਗੁਰ ਬੈਠਾ ਆਈ, ਸੇ ਜੰਤ ਭਏ ਹਰਿਆਵਲੇ, ਜਿੰਨੀ ਮੇਰਾ ਸਤਿਗੁਰ ਦੇਖਿਆ ਜਾਈ, ਧੰਨ ਧੰਨ ਪਿਤਾ ਧੰਨ ਧੰਨ ਕੁੱਲ, ਧੰਨ ਧੰਨ ਸੋ ਜਨਨੀ ਜਿਨ ਗੁਰੂ ਜਣਿਆ ਮਾਈ। ਧੰਨ ਪਿਤਾ ਸੀ ਗੁਰੂ ਅਰਜਨ ਸਾਹਿਬ ਜੀ, ਤੇ ਧੰਨ ਧੰਨ ਮਾਤਾ ਗੰਗਾ ਜੀ। ਸਾਧ ਸੰਗਤ ਧੰਨ ਉਹ ਮਾਵਾਂ ਨੇ ਜਿਨ੍ਹਾਂ ਨੇ ਆਪਣੀ ਅੰਸ਼ ਤੋਂ ਸੂਰਬੀਰ ਬਹਾਦਰਾਂ ਨੂੰ ਅਵਤਾਰਾਂ ਨੂੰ ਪੈਦਾ ਕੀਤਾ ਹੈ, ਧੰਨ ਧੰਨ ਮਾਤਾ ਗੰਗਾ ਜੀ। ਉਹ ਤਾਂ ਬਿਰਲੀਆਂ ਜਗਤ ਵਿੱਚ ਮਾਵਾਂ,
ਜਿਨ੍ਹਾਂ ਨੇ ਪੁੱਤ ਜੰਮੇ ਸੂਰਮੇ ਜਗਤੀ ਵਿੱਚ ਮਾਵਾਂ ਜਿਨ੍ਹਾਂ ਨੇ ਪੁੱਤ ਜੰਮੇ ਸੂਰਮੇ ਜਗਤ ਵਿੱਚ ਮਾਵਾਂ ਜਿਨ੍ਹਾਂ ਨੇ ਪੁੱਤ ਜੰਮੇ ਸੂਰਮੇ ਜਗਤ ਵਿੱਚ ਮਾਵਾਂ ਜਿਨ੍ਹਾਂ ਨੇ ਪੁੱਤ ਜੰਮੇ ਸੂਰਮੇ ਉਹ ਤਾਂ ਵਿਰਲੀਆਂ ਜਗਤ ਵਿੱਚ ਮਾਵਾਂ ਜਿਨ੍ਹਾਂ ਨੇ ਪੁੱਤ ਜੰਮੇ ਉਹ ਤਾਂ ਵਿਰਲੀਆਂ ਜਗਤ ਵਿੱਚ ਮਾਵਾਂ ਜਗਤ ਵਿੱਚ ਮਾਵਾਂ ਜਗਤ ਵਿੱਚ ਮਾਵਾਂ ਨਾਨੇ ਪੁੱਤ ਜੰਮੇ ਸੂਰਮੇ ਗਿਰਲੀਆ ਜਗਤ ਵਿੱਚ ਮਾਵਾਂ ਨਾਨੇ ਪੁੱਤ ਜੰਮੇ ਸੂਰਮੇ ਗਿਰਲੀਆ ਜਗਤ ਵਿੱਚ ਮਾਵਾਂ ਜਿਨ੍ਹਾਂ ਨੇ ਪੁੱਤ ਜੰਮੇ ਸੂਰਮੇ ਉਹ ਤਾਂ ਗਿਰਲੀਆ ਜਗਤ ਵਿੱਚ ਮਾਵਾਂ ਜਿਨ੍ਹਾਂ ਨੇ ਪੁੱਤ ਜੰਮੇ ਸੂਰਮੇ ਪੁੱਤ ਜੰਮੇ ਸੂਰਮੇ ਪਿਆਰੇ ਜੀ ਨਾਨ ਪੁੱਤ ਜੰਮੇ ਸੂਰਮੇ ਪਿਆਰੇ ਜੀ ਜਿਨਾਨੇ ਪੁੱਤ ਜੰਮੇ ਪਿਆਰੇ ਜੀ ਜਿਨਾਨੇ ਪੁੱਤ ਜੰਮੇ ਪਿਆਰੇ ਜੀ ਜਿਨਾਨੇ ਪੁੱਤ ਜੰਮੇ ਸੂਰਮੇ ਪਿਆਰੇ ਜਗਤ ਵਿੱਚ ਮਾਵਾਂ ਜਗਤ ਵਿੱਚ ਮਾਵਾਂ ਨਾਨੇ ਪੁੱਤ ਜੰਮੇ ਸੂਰਮੇ ਦੁਨੀਆ ਜਗਤ ਵਿੱਚ ਮਾਵਾਂ ਨਾਨੇ ਪੁੱਤ ਜੰਮੇ ਸੂਰਮੇ ਦੁਨੀਆ ਜਗਤ ਵਿੱਚ ਮਾਵਾਂ ਨਾਨੇ ਪੁੱਤ ਜੰਮੇ ਸੂਰਮੇ ਜਨਨੀ ਜਿਨ ਜਾਇਆ ਧਨ ਪਿਤਾ ਪ੍ਰਧਾਨ ਸੋ ਸਾਧ ਸੰਗ ਧੰਨ ਧੰਨ ਮਾਤਾ ਗੰਗਾ ਜੀ ਜਿਨ੍ਹਾਂ ਦੇ ਗ੍ਰਹਿ ਜਿਨ੍ਹਾਂ ਨੂੰ ਬਾਬਾ ਬੁੱਢਾ ਸਾਹਿਬ ਜੀ ਨੇ ਅੱਜ ਭੋਜਨ ਛਕਣ ਦੇ ਸਮੇਂ ਹੀ ਜਿਹੜੇ ਅੰਮ੍ਰਿਤ ਬੋਲ ਧੰਨ ਧੰਨ ਸ੍ਰੀ ਮਾਨ ਭਾਈ ਗੁਰਦਾਸ ਜੀਆਂ ਨੇ ਆਪਣੀ ਮੁਬਾਰਕ ਰਸਨਾ ਤੋਂ ਉਚਾਰਨ ਕੀਤੇ ਨੇ ਪੰਜ ਪਿਆਲੇ ਪੰਜ ਪੀਰ ਸੱਠਮ ਪੀਰ ਬੈਠਾ ਗੁਰ ਭਾਰੀ
ਅਰਜਨ ਕਾਇਆ ਪਲਟ ਕੇ ਮੂਰਤ ਹਰ ਗੋਬਿੰਦ ਸਵਾਰੀ, ਚੱਲੀ ਪੀੜੀ ਸੋਢੀਆਂ ਰੂਪ ਦਿਖਾਵਣ ਵਾਰੋ ਵਾਰੀ, ਦਲ ਭੰਜਨ ਗੁਰ ਸੂਰਮਾ ਵੱਡ ਜੋਧਾ ਉਪਕਾਰੀ। ਸੋ ਸਾਧ ਸੰਗਤ ਸਭ ਨੂੰ ਗੱਲ ਬੱਕੜੀ ਵਿੱਚ ਲੈਣ ਵਾਸਤੇ ਅੱਜ ਵੱਡੇ ਜੋਧੇ ਸੇਵੇਂ ਪਾਤਸ਼ਾਹ ਪਰੋਪਕਾਰੀ, ਜਿਨ੍ਹਾਂ ਨੇ ਭਗਤੀ ਦੇ ਨਾਲ ਸ਼ਕਤੀ ਦਾ ਸੰਮੇਲਨ ਕੀਤਾ, ਮੇਰੇ ਪੀਰ ਦੀਆਂ ਦੋ ਤਲਵਾਰਾਂ ਧਾਰਨ ਵਾਲੇ ਸਤਿਗੁਰੂ ਛੇਵੇਂ ਪਾਤਸ਼ਾਹ ਸ੍ਰੀ ਅਕਾਲ ਤਖਤ ਸਾਹਿਬ ਦੇ ਸਿਰਜਣਹਾਰ, ਜਿਨ੍ਹਾਂ ਨੇ ਅੱਜ ਸਾਰਿਆਂ ਨੂੰ, ਸਾਰੇ ਸੰਸਾਰ ਨੂੰ ਜਿਹੜੇ ਅੰਮ੍ਰਿਤ ਬਚਨ ਕਹੇ ਸਨ ਸਤਿਗੁਰਾਂ ਨੇ ਬਾਣੀ ਦੇ ਵਿੱਚ, ਖੱਤਰੀ ਬ੍ਰਹਮਣ ਸੂਦ ਵੈਸ ਉਪਦੇਸ਼ ਚਉ ਵਰਨਾ ਕੋ ਸਾਂਝਾ, ਗੁਰਮੁਖ ਨਾਮ ਜਪੈ ਸੋਦਰੈ ਕਲ ਮੈਂ ਘਟ ਘਟ ਨਾਨਕ ਮਾਂਝਾ, ਉਹਨਾਂ ਬਚਨਾਂ ਨੂੰ ਸਮੇਂ ਅਨੁਸਾਰ ਛੇਵੇਂ ਪਾਤਸ਼ਾਹ ਮਹਾਰਾਜ ਨੇ ਅੱਜ ਪੂਰਿਆ ਕੀਤਾ। ਸਾਧ ਸੰਗਤ ਦਇਆਵਾਨ ਹਿਰਦਾ ਪਰੋਪਕਾਰੀ ਹਿਰਦਾ, ਸਤਿਗੁਰਾਂ ਨੇ ਸ਼ਸਤਰ ਸਜਾਏ ਨੇ, ਘੋੜੇ ਭੇਟਾਵਾਂ ਮੰਗੀਆਂ ਨੇ ਆਪਣੇ ਸੇਵਕਾਂ ਤੋਂ, ਸਿੱਖਾਂ ਤੋਂ, ਜਿਹੜੇ ਜਿਹੜੇ ਵੀ ਪਿਆਰੇ ਆਉਂਦੇ ਰਹੇ ਉਹਨਾਂ ਨੂੰ ਸਮੇਂ ਦੌਰਾਨ ਆਖਿਆ, ਅੱਜ ਦਾ ਜੋ ਟਾਈਮ ਆ ਗਿਆ ਜਿੱਥੇ ਆਪਾਂ ਹੋਰ ਭੇਟਾਵਾਂ ਗੁਰੂ ਘਰਾਂ ਦੇ ਵਿੱਚ ਲੈ ਕੇ ਆਉਂਦੇ, ਮਾਇਆ ਲੈ ਕੇ ਆਉਂਦੇ, ਕੱਪੜੇ ਲੈ ਕੇ ਆਉਂਦੇ, ਆਉਣ ਵਾਲੇ ਸਮੇਂ ਦੇ ਵਿੱਚ ਸ਼ਸਤਰ ਤੇ ਘੋੜੇ ਲੈ ਕੇ ਆਓ। ਸੋ ਬੇਅੰਤ ਗੁਰਮੁਖਾਂ ਨੇ ਧੰਨ ਗੁਰੂ ਹਰਗੋਬਿੰਦ ਮਹਾਰਾਜ ਦੇ ਬਚਨ ਕਮਾਏ ਨੇ, ਬਚਨ ਕਮਾਉਣ ਵਾਲਾ ਇਹ ਗੁਰੂ ਦੀਆਂ ਖੁਸ਼ੀਆਂ ਦਾ ਪਾਤਰ ਬਣਦਾ ਹੈ। ਸਾਧ ਸੰਗਤ ਸਭ ਨੂੰ ਗੱਲ ਵੱਕੜੀ ਵੇ ਸਤਿਗੁਰਾਂ ਨੇ ਲਾ ਕੇ ਪਿਆਰ ਕੀਤਾ ਹੈ। ਸੋ ਅਕਾਲ ਤਖਤ ਦੇ ਸਿਰਜਣਹਾਰ ਸਤਿਗੁਰੂ ਜੀ ਵੱਡ ਜੋਧਾ ਬਹੁ ਪਰਉਪਕਾਰੀ, ਇਹ ਸਾਧ ਸੰਗਤ ਬਚਨ ਸਮੇਂ ਅਨੁਸਾਰ ਜਿਹੜੇ ਨੇ ਉਹ ਸਤ ਹੋਏ ਨੇ। ਵੱਡ ਜੋਧਾ ਪਰਉਪਕਾਰੀ, ਧੰਨ ਗੁਰੂ ਸੇਵੇਂ ਪਾਤ ਜੋਧਾ ਬਹੁ ਪਰ ਉਪਕਾਰੀ, ਧੰਨ ਗੁਰੂ ਛੇਵੇਂ ਪਾਤਸ਼ਾਹ, ਵਨ ਜੋਧਾ ਬਹੁ ਪਰ ਉਪਕਾਰੀ,
ਦਾ ਬੋਹ ਪਰ ਉਪਕਾਰੀ ਧੰਨ ਪਿਆਰੇ ਜੀ ਧੰਨ ਗੁਰੂ ਕਿਵੇਂ ਪਾਤਸ਼ਾਹ ਪਿਆਰੇ ਜੀ ਧੰਨ ਗੁਰੂ ਕਿਵੇਂ ਪਾਤਸ਼ਾਹ ਪਿਆਰੇ ਜੀ ਧੰਨ ਗੁਰੂ ਛੇਵੇਂ ਪਾਤਸ਼ਾਹ ਪਿਆਰੇ ਜੀ ਧੰਨ ਗੁਰੂ ਛੇਵੇਂ ਪਾਤਸ਼ਾਹ ਪਿਆਰੇ ਜੀ ਧੰਨ ਗੁਰੂ ਛੇਵੇਂ ਪਾਤਸ਼ਾਹ ਪਿਆਰੇ ਜੀ ਪਿਆਰੇ ਜੀ ਧੰਨ ਗੁਰੂ ਛੇਵੇਂ ਪਾਤਸ਼ਾਹ ਪਿਆਰੇ ਜੀ ਧੰਨ ਗੁਰੂ ਪਾਤਸ਼ਾਹ ਪਿਆਰੇ ਜੀ ਧੰਨ ਗੁਰੂ ਛੇਵੇਂ ਪਾਤਸ਼ਾਹ ਪਿਆਰੇ ਜੀ ਧੰਨ ਗੁਰੂ ਛੇਵੇਂ ਪਾਤਸ਼ਾਹ ਜੋ ਦਾ ਬੋ ਪਰਿਓ ਪੁਕਾਰੀ ਪਰ ਗੁਰਸੇ ਮੇ ਪਾਤਸ਼ਾਹ ਸਭ ਪਰੇ ਉਪਕਾਰ ਪਰ ਗੁਰਸੇ ਮੇ ਪਾਤਸ਼ਾਹ ਜੋ ਦਾ ਬੋ ਪਰੇ ਉਪਕਾਰੀ ਧੰਨ ਗੁਰੂ ਕੇ ਪਾਤਸ਼ਾਹ ਜੋ ਦਾ ਬੋ ਪਰੇ ਉਪਕਾਰੀ ਸਤਿ ਵਡ ਜੋਤਾ ਬੋਹ ਪਰ ਉਪਕਾਰੀ ਧੰਨ ਗੁਰੂ ਛੇਵੇਂ ਪਾਤਸ਼ਾਹ ਵਡ ਜੋਤਾ ਬੋਹ ਪਰ ਉਪਕਾਰੀ ਧੰਨ ਗੁਰੂ ਛੇਵੇਂ ਪਾਤਸ਼ਾਹ ਛੇਵੇਂ ਪਾਤਸ਼ਾਹ ਜਿਨ੍ਹਾਂ ਨੂੰ ਅੱਜ ਸਾਧ ਸੰਗਤ ਪਿਆਰ ਨਾਲ ਭਾਈ ਗੁਰਦਾਸ ਜੀ ਨੇ ਲਿਖ ਦਿੱਤਾ ਦਲ ਭੰਜਨ ਗੁਰ ਸੂਰਮਾ ਵੱਡ ਜੋਧਾ ਪੋ ਪਰਿਉਪਕਾਰੀ ਪਰਿਉਪਕਾਰੀ ਜੇ ਅੱਜ ਗਵਾਲੀਅਰ ਦੇ ਕਿਲੇ ਦੇ ਵਿੱਚ ਉਹ 52 ਰਿਹਾ ਕਰਾਏ ਨੇ ਵੱਡਾ ਪਰਉਪਕਾਰ ਦੁਖੀਆਂ ਦੇ ਦੁੱਖ ਆਪਣੀ ਝੋਲੀ ਵਿੱਚ ਪਾ ਲੈਣ ਦੁਖੀਆਂ ਦੇ ਦੁੱਖ ਸੁਣਦਿਆਂ ਹੋਏ ਜਿੱਥੇ ਸੁਤਰੇ ਸਾਹ ਵਰਗਿਆਂ ਨੂੰ ਮਾਣ ਬਖਸ਼ੇ ਗਲ ਵਕੜੀ ਵਿੱਚ ਲਿਆ ਰੋਂਦੇ ਹੋਇਆਂ ਨੂੰ ਜਿਨ੍ਹਾਂ ਦਾ ਕੋਈ ਸਹਾਰਾ ਨਹੀਂ ਸੀ ਬਣਿਆ ਘਰ ਤੋਂ ਬਾਰ ਬਾਰ ਛੁੱਟ ਦਿੱਤਾ ਉਹਨਾਂ ਦਾ ਆਸਰਾ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਦਾ ਘਰ ਬਣਿਆ ਹੈ ਅਤੇ ਜਿਨ੍ਹਾਂ ਦਾ ਆਸਰਾ ਗੁਰੂ ਦਾ ਘਰ ਬਣ ਜਾਵੇ ਵਿੱਚ ਕਰਤਾ ਪੁਰਖ ਖਲੋਵਾ ਵਾਲਨਾ ਵਿੰਗਾ ਹੋਇਆ ਸਾਧ ਸੰਗਤ ਐਸੇ ਸਤਿਗੁਰੂ ਜੀ ਦੇ ਚਰਨਾਂ ਦੇ ਵਿੱਚ ਦੇਸ ਵਿਦੇਸ਼ ਤੋਂ ਗੁਰੂ ਦੇ ਸਿੱਖ ਆਉਂਦੇ ਰਹੇ ਨੇ ਦੇਸ ਵਿਦੇਸ਼ ਤੋਂ ਜਿੱਥੋਂ ਵੀ ਕੋਈ ਚੱਲ ਕੇ ਇੱਕ ਵਾਰੀ ਸਤਿਗੁਰਾਂ ਦੀ ਸ਼ਰਨ ਦੇ ਵਿੱਚ ਆ ਗਏ ਤੇ ਆ ਕੇ ਬੇਨਤੀਆਂ ਕੀਤੀਆਂ ਨੇ ਗਰੀਬ ਨਿਵਾਜ ਸਤਿਗੁਰ ਆਇਓ ਸ਼ਰਨ ਤੁਹਾਰੀ ਮਿਲੈ ਸੁਖ ਨਾਮ ਹਰ ਸੋਭਾ ਚਿੰਤਾ ਲਾਹੀ ਹਮਾਰੀ ਛੇਵੇਂ ਪਾਤਸ਼ਾਹ ਜੀ ਤੋਂ ਪਹਿਲਾਂ ਸਿੱਖਾਂ ਦੀ ਸਿੱਖੀ ਦੀ ਸੰਭਾਲ ਪੰਜਵੇਂ ਪਾਤਸ਼ਾਹ ਧੰਨ ਗੁਰੂ ਅਰਜਨ ਸਾਹਿਬ ਜੀ ਨੇ ਕੀਤੀ ਸੀ
ਤੇ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਹੀ ਕਿਤੇ ਭਾਈ ਤਲੋਕਾ ਜੀ ਪੰਜਵੇਂ ਪਾਤਸ਼ਾਹ ਜੀ ਦੇ ਵੇਲੇ ਆਏ ਸਨ, ਜਿਨ੍ਹਾਂ ਦੀ ਫਿਰ ਪੈਰ ਅੱਗੇ ਜਾ ਕੇ ਛੇਵੇਂ ਪਾਤਸ਼ਾਹ ਜੀ ਨੇ ਰੱਖੀ। ਆ ਜਦੋਂ ਚੱਲ ਕੇ ਆਏ ਸੀ, ਆ ਕੇ ਬੇਨਤੀ ਕੀਤੀ ਹੈ ਗਰੀਬ ਨਵਾਜ, ਕਿਰਤ ਵਿਰਤ ਕਰਦੇ, ਨੌਕਰੀ ਕਰਦੇ ਤੇ ਨਾਲ ਨਾਲ ਐਸੀ ਕਿਰਪਾ ਕਰੋ ਜਿਹਦੇ ਨਾਲ ਇਹ ਮਿਲਿਆ ਹੋਇਆ ਮਾਨਕ ਤਨ ਜਿਹੜਾ ਜੀਵਨ ਹੈ ਉਹ ਸਫਲਾ ਹੋ ਜਾਵੇ। ਪਿਆਰ ਨਾਲ ਧੰਨ ਗੁਰੂ ਅਰਜਨ ਸਾਹਿਬ ਜੀ ਨੇ ਪਿਆਰੇ ਬਚਨ ਝੋਲੀ ਵਿੱਚ ਪਾਏ ਸਨ, ਜਿਨ੍ਹਾਂ ਦੀ ਬਾਬਤ ਗੁਰਬਾਣੀ ਦੇ ਵਿੱਚ ਬੋਲ ਨੇ, ਪੰਜਾਂ ਦੇ ਧਾਰਨੀ ਹੋ ਜਾਣਾ ਪੰਚ ਵਸਾਏ ਪੰਚ ਰਸਾਈ, ਪੰਜ ਹਿਰਦੇ ਵਿੱਚ ਵਸਾ ਲੈਣੇ ਤੇ ਪੰਜਾਂ ਨਾਲ ਰੁੱਸ ਜਾਣਾ, ਸਤ ਸੰਤੋਖ ਦਇਆ ਧਰਮ ਤੇ ਵਿਚਾਰ। ਗੁਰੂ ਘਰ ਦੇ ਵਿੱਚੋਂ ਸੰਗਤਾਂ ਦੇ ਭਲੇ ਵਾਸਤੇ ਐਸੇ ਗੁਣ ਮਿਲਦੇ ਨੇ, ਸਤ ਸੰਤੋਖ ਦਇਆ ਧਰਮ ਤੇ ਵਿਚਾਰ, ਇਹ ਪੰਜ ਗੁਣ। ਤੇ ਪੰਜਾਂ ਨਾਲ ਰੁੱਸਣਾ ਕਾਮ ਕ੍ਰੋਧ ਲੋਭ ਮੋਹ ਹੰਕਾਰ, ਇਹਨਾਂ ਨਾਲ ਰੁੱਸਣਾ। ਸਤਿਗੁਰਾਂ ਨੇ ਪਿਆਰ ਨਾਲ ਆਖਿਆ ਸੀ ਭਾਈ ਤਲੋਕੇ ਨੂੰ, ਕਦੇ ਵੀ ਮਨ ਦੇ ਵਿੱਚ ਕੋਈ ਇਸ ਸਰੀਰ ਦੇ ਨਾਲ ਜੀਵ ਹਿੰਸਾ ਕੋਈ ਪਾਪਰ ਨਹੀਂ ਕਰਨਾ, ਹਮੇਸ਼ਾ ਦਇਆ ਰੱਖਣੀ, ਕਿਉਂਕਿ ਦਇਆ ਤੋਂ ਅੱਗੇ ਧੌਲ ਧਰਮ ਦਇਆ ਕਾ ਪੂਤ ਸੰਤੋਖ ਥਾਪ ਰੱਖਿਆ ਜਿਨ ਸੂਤ। ਸਾਧ ਸੰਗਤ, ਮਾਂ ਤੋਂ ਹੀ ਬੱਚੇ ਦਾ ਜਨਮ ਹੁੰਦਾ, ਜੇ ਮਾਂ ਨਹੀਂ ਫਿਰ ਬੱਚੇ ਦਾ ਜਨਮ ਨਹੀਂ, ਜੇ ਦਇਆ ਨਹੀਂ ਤੇ ਫਿਰ ਧਰਮ ਕਿੱਥੋਂ ਪੈਦਾ ਹੋ ਜਾਏਗਾ। ਵਾਹਿਗੁਰੂ, ਪਹਿਲੇ ਦਇਆ ਫਿਰ ਧਰਮ। ਤੇ ਕਲਗੀਧਰ ਜੀ ਨੇ ਵੀ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਪਹਿਲੇ ਦਇਆ ਰਾਮ ਜੀ ਆਏ ਸਨ, ਅੱਗੇ ਧਰਮ ਚੰਦ, ਜਿਨ੍ਹਾਂ ਨੂੰ ਸਤਿਗੁਰਾਂ ਨੇ ਅੰਮ੍ਰਿਤ ਦਾਤ ਦੇ ਕੇ ਆਪਣੇ ਪੰਜ ਪਿਆਰੇ ਬਣਾਏ। ਸਮੇਂ ਅਨੁਸਾਰ ਦਇਆ ਧਰਮ ਤੇ ਵਿਚਾਰ, ਇਹ ਬਚਨ ਕੀਤੇ ਸਨ। ਤੇ ਜਿਹੜਾ ਪਿਆਰ ਨਾਲ ਬਚਨ ਲੈ ਕੇ ਆਪਣੇ ਘਰ ਜਾ ਕੇ ਬਚਨਾਂ ਦੀ ਕਰੇ ਕਮਾਈ, ਕਰਦੇ ਨੇ ਸਾਨੂੰ ਬਚਨ, ਕਰਦੇ ਨੇ ਸਾਨੂੰ ਬਚਨ, ਸਾਰਦੇ ਨੇ ਸਾਨੂੰ ਬਚਨ ਗੁਰਾਂ ਦੇ, ਸਾਨੂੰ ਬਚਨ ਗੁਰਾਂ ਦੇ, ਸਾਰਦੇ ਨੇ ਸਾਨੂੰ ਬਚਨ ਗੁਰਾਂ ਦੇ, ਸਾਰਦੇ ਨੇ ਸਾਨੂੰ ਬਚਨ ਗੁਰਾਂ ਦੇ, ਬਚਨ ਗੁਰਾਂ ਦੇ, ਬਚਨ ਗੁਰਾਂ ਦੇ, ਬਚਨ ਗੁਰਾਂ ਦੇ, ਬਚਨ ਗੁਰਾਂ ਦੇ,
ਬਚਨ ਗੁਰਾਂ ਦੇ ਸਾਨੂੰ ਬਚਨ ਗੁਰਾਂ ਦੇ ਤਾਰਦੇ ਨੇ ਸਨ ਬਚਨੇ ਗੁਰਾਂ ਦੇ ਤਾਰਦੇ ਨੇ ਸਾਨੂੰ ਬਚਨ ਗੁਰਾਂ ਦੇ ਤਾਰਦੇ ਨੇ ਸਾਨੂੰ ਬਚਨ ਗੁਰਾਂ ਦੇ ਤਾਰਦੇ ਨੇ ਸਾਨੂੰ ਤਾਰਦੇ ਨੇ ਸਨ ਬਚਨ ਬਚਨ ਜਿਸ ਦੇ ਨਾਲ ਹੈ ਜਿਸ ਨੇ ਗੁਰੂ ਦਾ ਬਚਨ ਧਾਰਨ ਕੀਤਾ ਹੋਏ ਪੱਲੇ ਬੰਨਿਆ ਹੋਏ ਗੁਰ ਕਾ ਬਚਨ ਬਸੈ ਜੀ ਨਾਲੇ ਜਲ ਨਹੀਂ ਡੋਬੈ ਤਸਕਰ ਨਹੀਂ ਲੇਵੈ ਪਾਹੇ ਨਾ ਸਾਕੇ ਜਾਲੇ ਬੜੀ ਤਾਕਤ ਹੈ ਬੜੀਆਂ ਬਰਕਤਾਂ ਨੇ ਬੜੀਆਂ ਹੀ ਖੁਸ਼ੀਆਂ ਨੇ ਗੁਰੂ ਦੇ ਬਚਨ ਦੇ ਵਿੱਚ ਪਰ ਕਮਾਉਣਾ ਬੜਾ ਔਖਾ ਬੜਾ ਔਖਾ ਕਮਾਉਣਾ ਬਚਨ ਸਤਿਗੁਰਾਂ ਦਾ ਗੁਰ ਪੀਰਾਂ ਕੀ ਚੱਕਰੀ ਮਹਾ ਕਰੜੀ ਬੜੀ ਔਖੀ ਹੈ ਸਤਿਗੁਰਾਂ ਦੀ ਸੇਵਾ ਦੇ ਵਿੱਚ ਜੀਵਨ ਲਾਉਣਾ ਬੜਾ ਔਖਾ ਗੁਰੂ ਦਾ ਬਚਨ ਕਮਾਉਣਾ ਸੋ ਸਾਧ ਸੰਗਤ ਘਰ ਗਿਆ ਜਾ ਕੇ ਬਾਦਸ਼ਾਹ ਦੇ ਪਾਸ ਆਪਣੀ ਨੌਕਰੀ ਕਰਨ ਦਾ ਸਮਾਂ ਬੀਤਦਾ ਤੁਰਿਆ ਜਾਂਦਾ ਹੈ ਇੱਕ ਦਿਨ ਐਸਾ ਸਬਬ ਬਣਿਆ ਜਦੋਂ ਬਾਦਸ਼ਾਹ ਦੇ ਨਾਲ ਸਿਪਾਹੀ ਹੋਣ ਦੇ ਨਾਤੇ ਕਿਤੇ ਬਾਹਰ ਚੱਲੇ ਨੇ ਨਾਲ ਗਿਆ ਸ਼ਿਕਾਰ ਖੇਡਣ ਵਾਸਤੇ ਹੁਣ ਤੁਰੇ ਜਾਂਦਿਆਂ ਹਰਨੀ ਨਾਮ ਦਾ ਸ਼ਿਕਾਰ ਨਿਕਲਿਆ ਅੱਗਿਓਂ ਦੂਰ ਚੱਲਿਆ ਗਿਆ ਪਿੱਛੇ ਦੌੜ ਕੇ ਅੱਜ ਸਾਧ ਸੰਗਤ ਜਿਹੜੀ ਕੋਲ ਰੱਖੀ ਸੀ ਤਲਵਾਰ ਉਹਦੇ ਨਾਲ ਵਾਰ ਕੀਤਾ ਹਰਨੀ ਦੇ ਪੇਟ ਵਿੱਚ ਦੋ ਬੱਚੇ ਸਨ ਮਾਰੇ ਗਏ ਉਸ ਸਮੇਂ ਜਦੋਂ ਇੱਦਾਂ ਦਾ ਟਾਈਮ ਅੱਖੀਆਂ ਸਾਹਮਣੇ ਆਇਆ ਫਿਰ ਮਨ ਵਿੱਚ ਪਛਤਾਵਾ ਕੀਤਾ ਮਨ ਸਤਿਗੁਰਾਂ ਨੇ ਪਿਆਰ ਨਾਲ ਸਮਝਾਇਆ ਸੀ ਜੀਵਾਂ 'ਤੇ ਦਇਆ ਕਰਨੀ ਸ਼ਸਤਰ ਕੋਲ ਹੁੰਦਿਆਂ ਹੋਇਆਂ ਕੋਈ ਨਾ ਕੋਈ ਇੱਦਾਂ ਦਾ ਪਾਪ ਜ਼ਰੂਰ ਹੋ ਜਾਂਦਾ ਮਨ ਵਿੱਚ ਦੁੱਖ ਬੜਾ ਹੋਇਆ ਸਾਧ ਸੰਗਤ ਗੁਰੂ ਕੇ ਬਚਨਾਂ ਨੂੰ ਯਾਦ ਕਰਕੇ ਪਛਤਾਵਾ ਹੈ ਫਿਰ ਸੋਚਿਆ ਮਨਾ ਹੁਣ ਇੰਜ ਕੀਤਾ ਜਾਵੇ ਗਲ ਦੇ ਵਿੱਚ ਕਾਠ ਦੇ ਲੱਕੜੇ ਦੇ ਬਣਾ ਕੇ ਤਲਵਾਰ ਪਾਈ ਜਾਵੇ ਪਾ ਲਈ ਹੁਣ ਜਦੋਂ ਇੱਦਾਂ ਦੀ ਗੱਲ ਬਣ ਗਈ ਫਿਰ ਸਮੇਂ ਅਨੁਸਾਰ ਕਿਸੇ ਚੁਗਲਖੋਰ ਨੇ ਚੁਗਲੀ ਕਰ ਦਿੱਤੀ ਜਿਹੜਾ ਅੱਜ ਸਤਿਗੁਰੂ ਦਲ ਭੰਜਨ ਗੁਰ ਸੂਰਮਾ ਵੱਡ ਜੋਧਾ ਪੋ ਪਰਿਓ ਪਕਾਰੀ ਸਿੱਖਾਂ ਦੀ ਆਪਣੇ ਪਿਆਰਿਆਂ ਦੀ ਕਿਵੇਂ ਮਹਾਰਾਜ ਰਾਖੀ ਕਰਦੇ ਨੇ ਕਿਵੇਂ ਪਰੋ ਪਕਾਰ ਕਰਦੇ ਨੇ ਸੋ ਸਾਧ ਸੰਗਤ ਉਸ ਸਮੇਂ ਫਿਰ ਜਦੋਂ ਲੱਕੜ ਦੀ ਤਲਵਾਰ ਪਾ ਕੇ ਅੱਜ ਸਰੀਰ 'ਤੇ ਧਾਰਨ ਕਰਕੇ ਰੱਖਣੀ ਕਿਸੇ ਨੇ ਕਹਿ ਦਿੱਤਾ ਬਾਦਸ਼ਾਹ ਨੂੰ ਜਿਹਦੇ ਉੱਤੇ ਤੁਸੀਂ ਬਹੁਤਾ ਵਿਸ਼ਵਾਸ ਰੱਖਦੇ ਹੋ ਭਰੋਸਾ ਰੱਖਦੇ ਹੋ ਉਹਦੇ ਗਲ ਦੇ ਵਿੱਚ ਤੇ ਲੱਕੜ ਦੀ ਕਾਠ ਦੀ ਤਲਵਾਰ ਕੋਈ ਸਮਾਂ ਆਇਆ ਤੇ ਧੋਖਾ ਦੇਗਾ ਅੱਜ ਸਾਧ ਸੰਗਤ ਜਦੋਂ ਚੁਗਲਖੋਰ ਨੇ ਚੁਗਲੀ ਕਰ ਦਿੱਤੀ ਬਾਦਸ਼ਾਹ ਨੇ ਤਲਵਾਰਾਂ ਪਰਖਣ ਵਾਸਤੇ ਫਿਰ ਦਿਨ ਰੱਖ ਦਿੱਤਾ ਟਾਈਮ ਰੱਖੇ
ਟਾਈਮ ਆਇਆ ਤੇ ਸਾਰੇ ਸਿਪਾਹੀ ਇਕੱਠੇ ਕਰ ਲਏ। ਸਾਰਿਆਂ ਦੀਆਂ ਤਲਵਾਰਾਂ ਵੇਖੀਆਂ ਜਾ ਰਹੀਆਂ ਹਨ, ਲੈਣਾ ਲੱਗੀਆਂ ਹੋਈਆਂ। ਤੇ ਇਧਰ ਭਾਈ ਤਲੋਕਾ ਜੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਵਚਨ ਕਮਾਉਣ ਵਾਸਤੇ ਜਿਹਨੇ ਗਲ ਦੇ ਵਿੱਚ ਲੱਕੜ ਦੀ ਤਲਵਾਰ ਪਾਈ ਹੋਈ, ਜਦੋਂ ਬਾਦਸ਼ਾਹ ਦੇਖਦਾ ਦੇਖਦਾ ਤਲਵਾਰਾਂ ਅੱਗੇ ਨੂੰ ਤੁਰਿਆ ਹੁੰਦਾ ਤੇ ਇਹ ਪਿਆਰ ਨਾਲ ਦੋਵੇਂ ਹੱਥ ਜੋੜ ਕੇ ਛੇਵੇਂ ਪਾਤਸ਼ਾਹ ਦਾ ਧਿਆਨ ਧਰਦਿਆਂ ਹੋਇਆਂ ਬੇਨਤੀਆਂ ਕਰ ਰਿਹਾ, ਗਰੀਬ ਨਵਾਜ ਕਿਰਪਾ ਕਰੋ। ਰੱਖੋ ਸਤਿਗੁਰ ਜੀ ਪੈਜ ਨਾਮ ਆਪਣੇ, ਰੱਖੋ ਸਤਿਗੁਰ ਜੀ ਪੈਜ ਨਾਮ ਆਪਣੇ, ਰੱਖੋ ਸਤਿਗੁਰ ਜੀ ਪੈਜ ਨਾਮ ਆਪਣੇ। ਰੱਖੋ ਸਤਿਗੁਰ ਜੀ ਪੈਜ ਨਾਮ ਆਪਣੇ ਵੀ, ਰੱਖੋ ਸਤਿਗੁਰ ਜੀ ਪੈਜ ਨਾਮ ਆਪਣੇ, 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 ਰੱਖੋ ਸਤਿਗੁਰ ਰੱਖੋ ਸਤਿਗੁਰੂ ਜੀ ਪੈਜ ਨਾਮ ਆਪਣੇ ਜੀ। ਸੁਣੋ ਬੇਨਤੀ ਠਾਕਰ ਮੇਰੇ, ਜੀ ਜੰਤ ਤੇਰੇ ਧਾਰੇ, ਰਾਗ ਪੈਜ ਨਾਮ ਆਪਣੇ ਕੀ ਕਰਨ ਕਰਾਵਨ ਹਾਰੇ। ਦੋਵੇਂ ਹੱਥ ਜੋੜ ਕੇ ਬੇਨਤੀਆਂ ਕੀਤੀਆਂ ਨੇ ਇੱਧਰ ਅੰਤਰਜਾਮੀ ਪਿਤਾ ਗੁਰੂ ਹਰਗੋਬਿੰਦ ਮਹਾਰਾਜ, ਅੱਜ ਆਪਣੇ ਸੇਵਕ ਦੀ ਪੈਜ ਰੱਖਣ ਵਾਸਤੇ ਸ੍ਰੀ ਸਾਹਿਬ ਮਿਆਨ ਦੇ ਵਿੱਚੋਂ ਕੱਢ ਕੇ ਕਦੀ ਉੱਪਰ ਨੂੰ ਕਦੇ ਥੱਲੇ ਨੂੰ ਕਰਦੇ ਨੇ। ਸਿੱਖਾਂ ਨੇ ਪੁੱਛਿਆ, ਗਰੀਬ ਨਵਾਜ ਅੱਜ ਕੀ ਇਹ ਕੌਤਕ ਕੀ ਖੇਡ ਹੈ, ਕਦੇ ਤਲਵਾਰ ਮਿਆਨ ਵਿੱਚ ਪਾ ਲੈਂਦੇ ਹੋ ਕਦੇ ਕੱਢ ਦਿਓ। ਸਤਿਗੁਰਾਂ ਨੇ ਪਿਆਰ ਨਾਲ ਆਖਿਆ, ਅੱਜ ਸਾਡੇ ਸਿੱਖ ਦੇ ਉੱਤੇ ਭੀੜ ਬਣੀ ਹੈ ਤੇ ਉਹ ਬੇਨਤੀਆਂ ਕਰ ਰਹੇ ਆ, ਉਹਦੀ ਅਸੀਂ ਤਲਵਾਰ ਜਿਹੜੀ ਉਹਨੇ ਸਤਿਗੁਰਾਂ ਦੀ ਬਖਸ਼ਿਸ਼ ਸੰਭਾਲਣ ਵਾਸਤੇ ਬਚਨ ਕਮਾਉਣ ਵਾਸਤੇ ਗਲ ਵਿੱਚ ਲੱਕੜ ਦੀ ਤਲਵਾਰ ਪਾਈ ਹੋਈ ਹੈ ਤੇ ਉਹਦੀ ਪਰਖ ਕੀਤੀ ਜਾ ਰਹੀ ਹੈ। ਜਦੋਂ ਬਾਦਸ਼ਾਹ ਦੇਖਦਾ ਦੇਖਦਾ ਭਾਈ ਤਲੋਕੇ ਦੇ ਅੱਗੇ ਆਇਆ, ਮਿਆਨ 'ਚੋਂ ਕੱਢੀ ਹੋਈ ਤਲਵਾਰ ਬਿਜਲੀ ਵਾਂਗੂ ਲਿਸ਼ਕਦੀ ਬਾਹਰ ਆਈ। ਅੱਜ ਸਾਧ ਸੰਗਤ ਹੈਰਾਨ ਰਹਿ ਗਏ ਦੇਖਣ ਵਾਲੇ। ਚੁਗਲਖੋਰ ਨੂੰ ਉਸ ਸਮੇਂ ਫਿਰ ਡੰਨ ਮਿਲਿਆ, ਭਾਈ ਤਲੋਕੇ ਦੀ ਹੋਰ ਤਨਖਾਹ ਵਧਾਈ ਗਈ, ਹੋਰ ਮਾਣ ਮਿਲਿਆ। ਆਪਣੇ ਸੇਵਕ ਹੀ ਆਪੇ ਰੱਖੈ, ਆਪੇ ਨਾਮ ਜਪਾਵੈ। ਇਹੀ ਸਤਿਗੁਰੂ ਸੱਚੇ ਪਾਤਸ਼ਾਹ ਆਪਣੇ ਸੇਵਕਾਂ ਦੀ ਪੈਜ ਰੱਖਣ ਵਾਲੇ। ਜਾਂ ਤੂੰ ਮੇਰੇ ਵੱਲ ਹੈ ਤਾਂ ਕਿਆ ਮੋਹ ਛੰਦਾ, ਤੁਧ ਸਭ ਕੁਛ ਮੈਨੂੰ ਸੌਂਪਿਆ ਜਾ ਤੇਰਾ ਵਾਲਾ। ਪੜੋ ਤੇ ਨਾਲ ਦੀ ਨਾਲ ਹੀ ਸਮਾਪਤੀ ਹੈ ਭਾਈ। ਜਾਂ ਤੂੰ ਮੇਰੇ ਵੱਲ ਤਾਂ ਕਿਆ ਮੋਹ ਛੰਦਾ, ਤੁਧ ਸਭ ਕੁਛ ਮੈਨੂੰ ਸੌਂਪਿਆ
ਹਾਏ ਖਰਚ ਰਹੰਦਾ ਲੱਖ ਚਰਾਸੀ ਬੇਦਨੀ ਸਭ ਸੇਵਕ ਰੰਦਾ ਇਹ ਵੈਰੀ ਮਿੱਤਰ ਸਭ ਕੀਤਿਆਂ ਲੇਖਾ ਕੋਈ ਨਾ ਪੁੱਛੀ ਜਹਰ ਬਖਸੰਦਾ ਆਨੰਦ ਪਿਆ ਸੁਖ ਪਾਇਆ ਮਿਲ ਗੁਰ ਗੋਬਿੰਦਾ ਸਭੇ ਕਾਜ ਸਵਾਰੀਆਂ ਜਾਂ ਖੁਦ ਪਾ ਵਿੱਚ ਕਰਤਾ ਪੁਰਖ ਖਲੋਵਾ ਵਾਲ ਨਾ ਵਿੰਗਾ ਹੋਵਾ ਸਵਾਹ ਸਾਧ ਸੰਗਤ ਦੇਸ ਵਿਦੇਸ਼ ਦੇ ਵਿੱਚ ਪਿਆਰ ਵਾਲੇ ਗੁਰਸਿੱਖ ਗੁਰੂ ਹਰਗੋਬਿੰਦ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਕੀਤੇ ਹੋਏ ਪਰੋਪਕਾਰਾਂ ਨੂੰ ਉਪਦੇਸ਼ਾਂ ਨੂੰ ਯਾਦ ਕਰ ਰਹੇ ਨੇ ਸਿਮਰਨ ਦੇ ਵਿੱਚ ਜੁੜੇ ਨੇ ਆਪਾਂ 2 ਮਿੰਟ ਦੇ ਲਈ ਸਮਾਂ ਹੋ ਗਿਆ ਸਾਰਿਆਂ ਨੇ ਜਿਹੜਾ ਨਾਮ ਰੂਪੀ ਧਨ ਸੰਗਤ ਰੂਪੀ ਘਰ ਦੇ ਵਿੱਚੋਂ ਮਿਲਦਾ ਹੈ ਆਓ ਸਤਨਾਮ ਵਾਹਿਗੁਰੂ ਦਾ ਸਿਮਰਨ ਕਰਕੇ ਸ਼ਬਦ ਦੇ ਨਾਲ ਜੁੜ ਕੇ ਲਾਹਾ ਲੈ ਕੇ ਆਪਣੇ ਆਪਣੇ ਘਰਾਂ ਨੂੰ ਜਿਹੜੀਆਂ ਸੰਗਤਾਂ ਇੱਥੋਂ ਨੇੜੋਂ ਆਈਆਂ ਉਹ ਕਈ ਵਾਰੀ ਹੁੰਦਾ ਰਾਤ ਆਪਣੇ ਘਰਾਂ ਵਿੱਚ ਵੀ ਜਾਂਦੀਆਂ ਨੇ ਆਓ ਸਾਹਿਬ ਦੇ ਚਰਨਾਂ ਦੇ ਵਿੱਚ ਬੇਨਤੀ ਕਰੀਏ ਗਰੀਬ ਨਵਾਜ ਸਾਡੇ 'ਤੇ ਕਰੋ ਕਿਰਪਾ ਹਮ ਭੀਖਕ ਭਿਖਾਰੀ ਤੇਰੇ ਤੂੰ ਨਿਜ ਪਤ ਹੈ ਦਾਤਾ ਹੋ ਦਿਆਲ ਨਾਮ ਦੇਹੋ ਮੰਗਤ ਜਨ ਕੋ ਸਦਾ ਰਹੂੰ ਰੰਗ ਰੰਗ ਰਾਤਾ ਸਤਿਗੁਰੂ ਜੀ ਮੇਰ ਕਨ ਸਭ ਨੂੰ ਖੁਸ਼ੀਆਂ ਵਰਤਾਉਣ ਸਭ ਪਰਿਵਾਰਾਂ ਵਿੱਚ ਗੁਰਸਿੱਖੀ ਆਵੇ ਸਭ ਪਰਿਵਾਰਾਂ ਨੂੰ ਸਿੱਖੀ ਦੀ ਦਾਤ ਸੇਵਾ ਦੀ ਦਾਤ ਮਿਲੇ ਇੰਨੀਆਂ ਕੁ ਬੇਨਤੀਆਂ ਕਰਦਾ ਹੋਇਆ ਦਾਸ ਖਿਮਾ ਦਾ ਜਾਚ ਕੇ ਆਓ ਪੜੋ ਤੇ ਨਾਲ ਦੀ ਨਾਲ ਹੀ ਸਮਾਪਤੀ ਪਾਈ ਸਤਨਾਮ 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 ਜੀ ਸਤਨਾਮ 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 ਜੀ ਵਾਹਿਗੁਰੂ 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 ਜੀ ਇੱਕ ਮੂਵੀ ਬਣਾ ਰਹੇ ਨੇ ਸਾਡੇ ਵੀਰ ਸੰਗਤਾਂ ਦੀ ਜਿੱਥੇ ਜਿੱਥੇ ਕੋਈ ਪ੍ਰੇਮੀ ਬੈਠਾ ਸਾਰਿਆਂ ਦੀ ਮੂਵੀ ਵਿੱਚ ਫੋਟੋ ਆ ਰਹੀ ਹੈ ਤੇ ਦੂਜੀ ਮੂਵੀ ਜਿਹੜੀ ਹੈ ਗੁਰੂ ਸਾਹਿਬ ਬਣਾਉਂਦੇ ਨੇ ਅੰਤਰਜਾਮੀ ਪਿਤਾ ਵੇਖਦੇ ਨੇ ਸਾਨੂੰ ਸਾਰਿਆਂ ਨੂੰ ਇੱਥੇ ਬੈਠੇ ਆ ਗੁਰੂ ਹਰਗੋਬਿੰਦ ਮਹਾਰਾਜ ਵੇਖ ਰਹੇ ਨੇ ਕਿੰਨਾ ਕੁ ਪਿਆਰ ਲੈ ਕੇ ਕਿਹੜਾ ਪਿਆਰਾ ਕਿੱਥੇ ਬੈਠਾ ਆਓ ਸਤਿਗੁਰਾਂ ਦੀ ਵੀ ਖੁਸ਼ੀ ਦੇ ਵਿੱਚ ਆਪਾਂ ਗੁਰੂ ਦੀ ਨਜ਼ਰ ਦੇ ਵਿੱਚ ਆਉਣ ਵਾਸਤੇ ਆਪਣੇ ਗੁਰੂ ਕੋਲੋਂ ਮੂਵੀ ਬਣਾ ਲਈਏ ਅਤੇ ਸਿਮਰਨ ਕਰਕੇ ਸੱਚੇ ਪਾਤਸ਼ਾਹ ਕਿਰਪਾ ਕਰਨ
ਜਿਨ੍ਹਾਂ ਨੂੰ ਨਾਮ ਜਪਦਿਆਂ ਦੇ ਉੱਤੇ ਗੁਰੂ ਖੁਸ਼ ਹੁੰਦਾ ਹੈ, ਜਿਹੜੇ ਨਾਮ ਦੇ ਪਿਆਰੇ ਨੇ ਗੁਰੂ ਗੁਰੂ ਜਪਣ ਵਾਲੇ ਉਹਨਾਂ 'ਤੇ ਗੁਰੂ ਖੁਸ਼ ਹੁੰਦਾ ਹੈ। ਜਦੋਂ ਰੱਬ ਖੁਸ਼ ਹੁੰਦਾ, ਜਦੋਂ ਉਹਨਾਂ ਦੀ ਮੂਵੀ ਬਣਦੀ ਹੈ, ਫਿਰ ਲੋਕ ਪ੍ਰਲੋਕ ਸਫਲਾ ਹੁੰਦਾ ਹੈ। ਸਾਰੇ ਆਪਣੀ ਮੂਵੀ ਬਣਾਈਏ ਗੁਰੂ ਗੁਰੂ ਜਪ ਕੇ। ਵਾਹ 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 ਵਾਹਿਗੁਰੂ 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 ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਪੂਰਾ ਪ੍ਰਭਿਆ ਰਾਤੇ ਵਾਹਿਗੁਰੂ ਪੂਰਾ ਜਾਕਾ ਨਾਉ ਨਾਨਕ ਪੂਰਾ ਪਾਇਆ ਪੂਰੇ ਕੇ ਗੁਣ ਗਾਉ ਸਤਿਗੁਰਾਂ ਦੀ ਵਡਿਆਈ ਕਰਦੇ ਹਾਂ ਗੁਰੂ ਹਰਗੋਬਿੰਦ ਮਹਾਰਾਜ ਦੀ ਸੋਭਾ ਕਰਦੇ ਹਾਂ ਕੀਰਤਨ ਦੀ ਸੇਵਾ ਕਰਦੇ ਹਾਂ ਬਹੁਤ ਸਾਰੀਆਂ ਭੁੱਲਾਂ ਹੋ ਗਈਆਂ ਸੰਗਤ ਬਖਸ਼ਣ ਹਾਰ ਗੁਰੂ ਸਾਹਿਬ ਬਖਸ਼ਿੰਦ ਨੇ ਕਿਰਪਾ ਕਰਕੇ ਬਖਸ਼ ਲੈਣ ਸਮਤ ਬਖਸ਼ੀ ਕਰਨ ਇਸੇ ਤਰ੍ਹਾਂ ਸੰਗਤਾਂ ਦੀ ਜੋ ਚਰਨ ਧੂੜ ਹੈ ਮਿਲਦੀ ਰਹੇ ਮਹਾਂਪੁਰਖਾਂ ਦੀਆਂ ਅਸੀਸਾਂ ਗੁਰੂ ਸਾਹਿਬ ਦੀ ਬਖਸ਼ਿਸ਼ ਗੁਰੂ ਗ੍ਰੰਥ ਸਾਹਿਬ ਮਹਾਰਾਜ ਮਿਹਰ ਭਰੀਆਂ ਨਦਰਾਂ ਕਰਨ ਇਸੇ ਤਰ੍ਹਾਂ ਸਤਿਗੁਰਾਂ ਦੀ ਸੋਭਾ ਵਡਿਆਈ ਕਰ ਦਰੀਏ ਭੁੱਲਾਂ ਦੀ ਖਿਮਾ ਨਾਨਕ ਨਾਮ ਚੜ੍ਹਦੀ ਕਲਾ ਤੇ ਪਾਣੀ ਸਰਬੱਤ ਦਾ ਭਲਾ ਰਾਮ ਕਲੀ ਮਹਲਾ ਤੀਜਾ ਨੰਦੀ ਇੱਕ ਓੰਕਾਰ ਸਤਿਗੁਰ ਪ੍ਰਸਾਦ ਅਨੰਦ ਪਿਆ ਮੈਂ ਪਾਇਆ ਸਤਿਗੁਰ ਦਾ ਪਾਇਆ ਸਹਿਜ ਸੇਤੀ ਰਾਗ ਰਤਨ ਪਰਵਾਰ ਰਬਦ ਗਾਉਣੇ ਆਈਆਂ ਗੱਲਾਂ ਸੁਨਰਤ ਸੁਆਮੀ ਜੋਗ ਮਨੁੱਖ ਕਹੇ ਨਾਨਕ ਮਨ ਮੇਰੇ ਸਾਡੇ ਸਾਡੀ ਬਾਜਾ ਨਹੀਂ ਸੁਲਾਹ ਤੇਰੀ ਨਾਮ ਮਨ ਨਾਨਕ ਸੱਚੇ ਸਾਹਿਬ ਕਰਦੇ ਰਹਿ ਸੱਚਾ ਮੇਰਾ ਆਧਾਰੋ ਸੱਚ ਨਾਮ ਆਧਾਰ ਮੇਰਾ ਸੁਖਾ ਸਭ ਗਵਾਇਆ ਸੁਖ ਮਨ ਆਏ ਬਸਿਆ ਸਭ ਸਦਾ ਗੁਰਬਾਣ ਪਿਤਾ ਗੁਰਬਿੰਦੋ ਨਾਨਕ ਸੁਣੋ ਕਲਾ ਜਿਤ ਕਰ ਤਾਰੀਆਂ ਪੰਜ ਧੂਮ ਤੋਂ ਵਾਸ ਕੀਤੇ ਕਾਲ ਕੰਠ ਮਾਰਿਆ ਹੋਰ ਕਰਮ ਪਾਇਆ ਤੁਸੀਂ ਨਾਨਕ ਨਾਲ ਕਲਾ ਕੇ ਹੋ ਕਹੇ ਨਾਨਕ ਦੇ ਸੁਖ ਹੋਵਾ ਜਿਸ
ਸਾਜਣ ਪਏ ਸੰਸੇ ਠਾਕੁਰ ਤੁਮ ਪੈ ਅਰਦਾਸ ਜੀਓ ਪਿੰਡ ਸਭ ਤੇਰੇ ਤੁਮ ਮਾਤ ਪਿਤਾ ਹਮ ਬਾਰਕ ਤੇਰੇ ਤੁਮਰੀ ਕਿਰਪਾ ਮਹਿ ਸੁਖ ਕੋਈ ਨਾ ਜਾਣੇ ਤੁਮਰਾ ਅੰਤ ਉੱਚੇ ਤੇ ਉੱਚਾ ਸਗਲ ਸਮਗਰੇ ਤੁਮਰੈ ਸੁਤਰ ਤਾਰੇ ਤੁਮ ਤੇ ਹੋਏ ਸੋ ਤੁਮਰੇ ਗਤ ਮਿਤ ਤੁਮਹੇ ਜਾਣੇ ਨਾਨਕ ਦਾਸ ਸਦਾ ਤੁਦ ਆਗੇ ਅਰਦਾਸ ਹਮਾਰੇ ਦਿਓ ਪਿੰਡ ਸਭ ਤੇਰਾ ਕਹੋ ਨਾਨਕ ਸਭ ਤੇਰੀ ਵਡਿਆਈ ਕੋਈ ਨਾਉ ਨ ਜਾਣੇ ਮੇਰਾ ਬੋਲਣਾ ਜੀ ਸਤਨਾਮ ਸ੍ਰੀ ਵਾਹਿਗੁਰੂ 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 ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੇਂ ਪ੍ਰੇਥਮ ਭਗਾਉਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੈ ਹੋਈ ਸਹਾਇ ਅਰਜਨ ਹਰ ਗੋਬਿੰਦ ਨਾਉ ਸਿਮਰਾਉ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ ਜਿਸ ਡਿੱਠੈ ਸਭ ਦੁੱਖ ਜਾਏ ਤਿਗ ਬਹਾਦਰ ਸਿਮਰੀਐ ਘਰ ਨਉ ਨਿਤ ਆਵੈ ਧਾਇ ਸਭ ਥਾਈ ਹੋਏ ਦੇ ਸਹਾਇ ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਸਭ ਥਾਈ ਹੋਏ ਦੇ ਸਹਾਇ ਦਸਾਂ ਪਾਤਸ਼ਾਹੀਆਂ ਦੇ ਕੇ ਆਤਮਕ ਜੋਤ ਸ਼ਬਦ ਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਕੇ ਪਾਠ ਦੀਦਾਰ ਦਾ ਧਿਆਨ ਧਾਰ ਖਾਲਸਾ ਦੇ ਬੋਲਾਓ ਦੇ ਪੰਜਾਂ ਪਿਆਰਿਆਂ ਚੌਹਾਂ ਸਾਹਿਬ ਜਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜਾਪੀਆਂ ਤਪੀਆਂ
ਜਿਨ੍ਹਾਂ ਨਾਮ ਜਪਿਆ ਵੰਡ ਕੇ ਛਕਿਆ ਦੇਖ ਚਲਾਏ ਤੇ ਗਵਾਹੇ ਦੇਖ ਕੇ ਅਣਡਿਠ ਕੀਤਾ ਤਿਨਾਂ ਪਿਆਰਿਆਂ ਸਚਿਆਰਿਆਂ ਦੇ ਪਵਿੱਤਰ ਕਮਾਈ ਦਾ ਧਿਆਨ ਧਾਰੋ ਖਾਲਸਾ ਦੇ ਬੋਲਾਓ ਦੇ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੁਹਾਈਆਂ ਚੜਖੜੀਆਂ ਤੇ ਚੜੇ ਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੇ ਸੇਵਾ ਲਏ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੇ ਕੇਸਾਂ ਸੁਆਸਾਂ ਸੰਗ ਨਿਭਾਏ ਤਿਨ੍ਹਾਂ ਦੇ ਪਵਿੱਤਰ ਕਮਾਈ ਦਾ ਧਿਆਨ ਧਾਰ ਖਾਲਸਾ ਦੇ ਬੋਲਾਓ ਦੇ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਾਰ ਬੋਲਾਓ ਦੇ ਪ੍ਰੇਤੋ ਮੈਂ ਸਰਬੱਤ ਖਾਲਸਾ ਦੇ ਕੇ ਅਰਦਾਸ ਹੈ ਦੇ ਸਰਬੱਤ ਖਾਲਸਾ ਦੇ ਕੋ ਵਾਹਿਗੁਰੂ 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 ਚੇਤੇ ਆਵੇ ਚੇਤੇ ਆਵਣ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਦੇ ਸਾਹਿਬ ਤਹਾਂ ਤਹਾਂ ਰੱਛਿਆ ਰਿਆਇਤ ਦੇਗ ਤੇਗ ਫਤਿਹ ਬਿਰਧ ਕੀ ਪੈਜ ਪੰਥ ਕੇ ਦੇਤ ਸ੍ਰੀ ਸਾਹਿਬ ਦੇ ਸਹਾਇ ਖਾਲਸੇ ਜੀ ਕੇ ਬੋਲ ਬਾਲੇ ਬੋਲੋ ਦੇ ਬਖਸ਼ੋ ਦੇ ਸਿੱਖਾਂ ਨੂੰ ਸਿੱਖੇ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੋਗਾ ਜੁਗ ਅਟਲ ਧਰਮ ਕਾ ਜੈਕਾਰ ਖਾਲਸਾ ਦੇ ਬੋਲੋ ਦੇ ਸਿੱਖਾਂ ਦਾ ਮਨ ਨੀਵਾ ਮਤ ਉੱਚੀ ਮਤ ਪਤ ਦਾ ਰਾਖਾ ਆਪ ਅਕਾਲ ਪੁਰਖ ਵਾਹਿਗੁਰੂ ਦੇ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰੇ ਗੁਰੂ ਧਾਮ ਜਿਨ੍ਹਾਂ ਤੋਂ ਆਪ ਦੇ ਪੰਥ ਨੂੰ ਵਿਛੋੜਿਆ ਗਿਆ ਹੈ ਪਾਤਸ਼ਾਹ ਦੇ ਤਿਨ੍ਹਾਂ ਦੇ ਖੁੱਲ੍ਹੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਨਿਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਣ ਨਿਓਟਿਆਂ ਦੀ ਓਟ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਧੰਨ 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 ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਓ ਆਪਣੀਆਂ ਦੇ ਚਰਣਾ ਕਮਲਾਂ ਪਾਸ ਅਰਦਾਸ ਬੇਨਤੀ ਜੋਦੜੀ ਹੈ ਸਤਿਗੁਰੂ ਜੀ ਆਪ ਜੀ ਦੇ ਫਰਮਾਨ ਹਨ ਪੰਜ ਪਿਆਲੇ ਪੰਜ ਪੀਰ ਸੱਠਮ ਪੀਰ ਬੈਠਾ ਗੁਰ ਭਾਰੇ ਅਰਜਨ ਕਾਇਆ ਪਲਟ ਕੈ ਮੂਰਤ ਹਰ ਗੋਬਿੰਦ ਸਵਾਰੀ ਦੇ ਮਹਾਂਵਾਕਾਂ ਅਨੁਸਾਰ ਧੰਨ ਧੰਨ ਸਾਹਿਬ ਸ੍ਰੀ ਗੁਰੂ ਹਰ ਗੋਬਿੰਦ ਪਾਤਸ਼ਾਹ ਜੀਓ
ਆਪ ਜੀਆਂ ਦੇ ਪਾਵਨ ਪ੍ਰਕਾਸ਼ ਪੁਰਬਾਂ ਦੇ ਸੰਬੰਧ ਵਿੱਚ ਸਮੂਹ ਸਾਧ ਸੰਗਤ ਵੱਲੋਂ ਰਲ ਮਿਲ ਕਰਕੇ ਗੁਰਦੁਆਰਾ ਗੁਪਤਸਰ ਸਾਹਿਬ ਮਨਮਾੜ ਵਿਖੇ ਸੰਧਿਆ ਵੇਲੇ ਤੋਂ ਖੁੱਲ੍ਹੇ ਦੀਵਾਨ ਸਜੇ ਹਨ ਸਤਿਗੁਰੂ ਜੀ। ਸਮੂਹ ਸਜੇ ਹੋਏ ਦੀਵਾਨਾਂ ਅੰਦਰ ਰਾਗੀ ਸਿੰਘਾਂ ਪਾਸੋਂ ਸ਼ਬਦ ਕੀਰਤਨ ਕਥਾ ਵਿਚਾਰ ਉਪਰੰਤ ਸਮੂਹ ਕੀਰਤਨੀ ਜਥੇ ਵੱਲੋਂ ਸ਼ਬਦ ਕੀਰਤਨ ਕਥਾ ਵਿਚਾਰ ਛੇ ਪੌੜੀਆਂ ਆਨੰਦ ਸਾਹਿਬ ਜੀ ਦੇ ਜਾਪ ਹੋਏ ਹਨ। ਆਪ ਜੀ ਕੀ ਹਜ਼ੂਰੀ ਵਿੱਚ ਬਾਣੀ ਪੜ੍ਹਦੇ ਹਾਂ, ਕੀਰਤਨ ਕਰਦੇ ਹਾਂ, ਵਿਚਰਦੇ ਹਾਂ, ਕਥਾ ਵਿਚਾਰ ਕਰਦੇ ਹਾਂ, ਬੇਅੰਤ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਹੋ ਗਈਆਂ ਹੋਣਗੀਆਂ, ਅਣਜਾਣ ਬੱਚੇ ਸਮਝ ਕੇ ਬਖਸ਼ ਲੈਣਾ, ਅਗਾਹ ਵਾਸਤੇ ਸੁਮਤ ਬਖਸ਼ਿਸ਼ ਕਰਨੀ, ਸਮੂਹ ਪੜੀ ਸੁਣੀ ਗੁਰਬਾਣੀ ਦਾ ਭਾਵ ਦਰ ਆਈਆਂ ਸੰਗਤਾਂ ਦੇ ਹਿਰਦਿਆਂ ਤੇ ਵਸਾਉਣਾ, ਦਰ ਆਈਆਂ ਸੰਗਤਾਂ ਦੇ ਕਦਮ ਕਦਮ ਲੇਖੇ ਵਿੱਚ ਲਾਉਣੇ, ਤਿਲ ਫੁੱਲ ਪ੍ਰੇਮ ਭੇਟਾਵਾਂ ਦਰ ਪ੍ਰਵਾਨ ਕਰਨੀਆਂ, ਯਾਤਰੂਆਂ ਦੀ ਯਾਤਰਾ ਸਫਲੀ ਕਰਨੀ, ਆਪ ਜੀਆਂ ਦੇ ਦਰ ਘਰ ਦੇ ਪ੍ਰੀਤਵਾਨ ਅਰਦਾਸਾਂ ਬੇਨਤੀਆਂ ਕਰਵਾ ਰਹੇ ਹਨ। ਗੁਰਮੀਤ ਸਿੰਘ ਟੁਡੇਜਾ ਪੁੱਤਰ ਦੀ ਦਾਤ ਵਾਸਤੇ ਅਰਦਾਸ ਬੇਨਤੀ, ਸਤਪਾਲ ਸਿੰਘ ਸੁਖ ਸ਼ਾਂਤੀ ਚੜ੍ਹਦੀ ਕਲਾ ਲਈ ਅਰਦਾਸ ਬੇਨਤੀ, ਸਨੋਤਰਾ ਫੈਮਿਲੀ ਸੁਖ ਸ਼ਾਂਤੀ ਚੜ੍ਹਦੀ ਕਲਾ ਵਾਸਤੇ ਅਰਦਾਸ ਬੇਨਤੀ, ਬੱਚੇ ਦੇ ਵਿਆਹ ਦੇ ਸੰਯੋਗ ਅਤੇ ਦੇਹ ਰੋਗਤਾ ਘਰ ਵਿੱਚ ਸੁਖ ਸ਼ਾਂਤੀ ਚੜ੍ਹਦੀ ਕਲਾ ਲਈ ਅਰਦਾਸ ਬੇਨਤੀ, ਨੀਤੂ ਗੋਪੀ ਪਿੱਲੋ ਸੰਯੋਗਾਂ ਲਈ ਅਰਦਾਸ ਬੇਨਤੀ, ਇਤੇਸ਼ ਓਬਰਾਏ ਸੁਖ ਸ਼ਾਂਤੀ ਚੜ੍ਹਦੀ ਕਲਾ ਅਤੇ ਕਾਰੋਬਾਰ ਦੀ ਚੜ੍ਹਦੀ ਕਲਾ ਲਈ ਅਰਦਾਸ ਬੇਨਤੀ, ਹਤੀਸ ਠਾਕੁਰ ਸੁਖ ਸ਼ਾਂਤੀ ਚੜ੍ਹਦੀ ਕਲਾ ਅਤੇ ਕਾਰੋਬਾਰ ਦੀ ਚੜ੍ਹਦੀ ਕਲਾ ਵਾਸਤੇ ਅਰਦਾਸ ਬੇਨਤੀ, ਇਕਨੂਰ ਸਿੰਘ ਔਜਲਾ ਸੁਖ ਸ਼ਾਂਤੀ ਚੜ੍ਹਦੀ ਕਲਾ ਵਾਸਤੇ ਅਰਦਾਸ ਬੇਨਤੀ, ਹੋਰ ਜਿਹਨਾਂ ਸੇਵਕਾਂ ਵੱਲੋਂ ਆਪ ਜੀਆਂ ਦੇ ਹਜ਼ੂਰ ਗੁਪਤ ਅਰਦਾਸਾਂ ਬੇਨਤੀਆਂ ਕਰਵਾਈਆਂ ਗਈਆਂ ਹਨ, ਸਤਿਗੁਰੂ ਜੀ ਉਹ ਸਮੂਹ ਸੇਵਕਾਂ ਦੇ ਮਨ ਦੀਆਂ ਮਨੋਕਾਮਨਾਵਾਂ ਭਾਵਨਾਵਾਂ ਗੁਰਮਤ ਦੇ ਅਨੁਸਾਰ ਪੂਰੀਆਂ ਕਰਨੀਆਂ, ਹਰ ਮੈਦਾਨ ਫਤਿਹ ਬਖਸ਼ਿਸ਼ ਕਰਨੇ, ਆਪ ਜੀ ਦੇ ਸਮੂਹ ਸਜੇ ਹੋਏ ਦੀਵਾਨਾਂ ਨੂੰ ਮੁੱਖ ਰੱਖਦਿਆਂ ਹੋਇਆਂ ਸਮੂਹ ਸਾਧ ਸੰਗਤਾਂ ਵੱਲੋਂ ਆਪ ਜੀਆਂ ਦੇ ਹਜ਼ੂਰ ਪੰਚਮ ਅੰਮ੍ਰਿਤ ਕੜਾਹ ਪ੍ਰਸ਼ਾਦ ਦੇਖ ਸਦਕਰ ਹਾਜ਼ਰ ਹੈ, ਤਿਆਰੇ ਕਰਦੇ ਹਾਂ, ਬੇਅੰਤ ਭੁੱਲਾਂ ਹੁੰਦੀਆਂ ਹਨ, ਖਿਮਾ ਬਖਸ਼ਣੇ, ਅਗਾਹਾਂ ਤੋਂ ਸਮਤ ਬਖਸ਼ਣੀ ਕਰੋ ਕਿਰਪਾ, ਅਨਕ ਪ੍ਰਕਾਰ ਭੋਜਨ ਬਹੁ ਕੀਏ ਬਹੁ ਵਿੰਜਨ ਮਿਸਟਾਏ, ਕਰੀ ਪਾਕ ਸਾਲ ਸੋਚ ਪਵਿੱਤਰਾ ਹੁਣ ਲਾਵੋ ਭੋਗ ਹਰ ਰਾਏ, ਭੋਗ ਲੱਗਿਆ ਪ੍ਰਸਾਦ ਸੰਗਤ ਵਿੱਚ ਵਰਤੇ ਜੋ ਜੀਵ ਛਕੇ ਆਪ ਜੀ ਦਾ ਨਾਮ ਸਤਨਾਮ ਸ੍ਰੀ ਵਾਹਿਗੁਰੂ ਵਾਹਿਗੁਰੂ ਜਪਣਾ ਕਰੇ, ਆਪ ਕਰੋ ਕਿਰਪਾ ਚੱਲ ਰਹੇ ਗੁਰਬਾਣੀ ਦੇ ਪ੍ਰਵਾਹ ਵਿੱਚੋਂ ਪਾਵਨ ਹੁਕਮ ਨਾਮੇ ਬਖਸ਼ਿਸ਼ ਕਰ, ਸੰਗਤਾਂ ਨੂੰ ਨਿਹਾਲ 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 ਕਰੋ, ਹੁਕਮਾਂ ਤੇ ਚੱਲਣ ਦੀ ਸਮਰੱਥਾ ਬਖਸ਼ਣੀ, ਸਹੀ ਪਿਆਰਿਆਂ ਨਾਲ ਮੇਲ ਕਰਵਾਉਣੇ, ਜਿਨ੍ਹਾਂ ਮਿਲਿਆ ਨਾਮ ਚਿੱਤ ਆਵੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ, ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ। ਬੋਲੇ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।